14 ਵਜੇ ਆਰਡਰ ਤੇ 315 ਨੰਬਰ ਭੇਜ ਠੀਕ ਹੈ। ਇਹ ਹੈਗਾ ਵੇ ਕੰਪੀਨੀਅਨ ਦੀ ਸਿਸਟਮਾਂ ਦੀ ਫਰੰਟੂਰਾ ਜਿਹੜਾ ਸਿਸਟਮ ਹੈ ਫਰੰਟੂਰਾ ਬ੍ਰੇਕਾਂ ਦਾ ਜਿਹੜਾ ਸਿਸਟਮ ਹੈ ਉਹਦੇ ਬਾਰੇ ਸਾਰਾ ਠੀਕ ਹੈ ਸ਼ੁਰੂ ਹੋ ਗਿਆ। ਕਹਿੰਦੇ ਫਾਨੋ ਪਾਰਟ ਦੇ ਲਾ ਇੰਪਿਆਂ ਦੀ ਫਰੰਟੂਰਾ, ਕਹਿੰਦੇ ਨੇ ਪਾਰਟ ਹੁੰਦੇ ਨੇ ਇੰਪਿਆਂ ਦੀ ਫਰੰਟੂਰਾ ਬ੍ਰੇਕਾਂ ਦੇ ਸਿਸਟਮ ਦਾ ਪਾਰਟ ਹੁੰਦੇ ਨੇ ਕੰਪੀਨੀਅਨ ਦੀ, ਯਾਨੀ ਕਿ ਜਿਹੜੀਆਂ ਜਿਹੜੇ ਐਲੀਮੈਂਟ ਯੂਜ਼ ਹੁੰਦੇ ਨੇ ਬ੍ਰੇਕਾਂ ਦੇ ਉਹਦੇ 'ਤੇ ਉਹਦੀ ਗੱਲ ਕਰ ਰਹੇ ਨੇ। ਕਹਿੰਦੇ ਨੇ ਬ੍ਰੇਕਾਂ ਦੇ ਪਾਰਟ ਹੁੰਦੇ ਨੇ ਟਾਇਰਾਂ ਦੇ, ਇੰਪਿਆਂ ਦੇ ਫਰੰਟੂਰਾ, ਪਨਮਾਚੀ ਟਾਇਰ, ਕੰਪਰੈਸੋਰ, ਇਸ ਸਰਬਤੋਏ ਦੇ ਆਰੀਆ ਕੰਪਰੈਸਾ ਕੰਪਰੈਸਰ ਔਰ ਸਰਬਤੋਏ ਦੀ ਆਰੀਆ ਹਵਾ ਵਾਲੀ ਜਿਹੜੀ ਟੈਂਕੀ ਹੁੰਦੀ ਹੈ ਨਾ ਆਰੀ ਕੰਪਰੈਸ ਵਾਲੀ ਆ, ਦਰੁਸਤ ਕਰਨ ਬਿਹੇਵੀਅਰ ਹੋਇਆ ਬੰਦ ਕਰ ਦੋ ਜਾਓ। ਕਹਿੰਦੇ ਨੇ ਇੰਪਿਆਂ ਦੇ ਫਰੰਟੂਰਾ ਜਿਹੜਾ ਬ੍ਰੇਕਾਂ ਸਿਸਟਮ ਹੈ ਪਾਣੀ ਮੋਦਰ ਲਿਖੋ ਫਰੇਨੋ ਮੀਸੋ, ਜਿਹੜਾ ਪਾਣੀ ਮੇਂ ਦਰੋਲੀ ਵਾਲਾ ਸਿਸਟਮ ਹੈ ਠੀਕ ਹੈ, ਪਾਣੀ ਮੇਂ ਦਰੋਲੀ ਕੋ ਫਰੇਨੋ ਮੀਸੋ ਕਹਿ ਦਿੰਦੇ ਨੇ ਕਿਉਂਕਿ ਇਹ ਹਵਾ ਦਾ ਪ੍ਰੈਸ਼ਰ ਔਰ ਓਇਲ ਦੇ ਪ੍ਰੈਸ਼ਰ ਦੋਵਾਂ ਦੇ ਨਾਲ ਚੱਲਦੀ ਹੈ ਠੀਕ ਹੈ। ਕਹਿੰਦੇ ਕਨਵਰਤੀ ਧੋਰੇ, ਜਿਹੜਾ ਕਨਵਰਤੀ ਧੋਰੇ ਟਰਾਂਸਫੋਰਮਰ ਟਰਾਂਸਫਰ ਕਰਦਾ ਹੈ ਪ੍ਰੈਸ਼ਰ ਨੇ ਦਲਾਰੀਆ ਇਨ ਪ੍ਰੈਸ਼ਰ ਨੇ ਐਡਰੋਲੀ ਕੋ, ਕਹਿੰਦੇ ਹਵਾ ਦੇ ਪ੍ਰੈਸ਼ਰ ਨੂੰ ਐਡਰੋਲਿਕ ਪ੍ਰੈਸ਼ਰ ਦੇ ਵਿੱਚ ਕਨਵਰਟ ਕਰਦਾ ਹੈ, ਦਰੁਸਤ ਕਿਨ ਵਿਵੇਰ ਹੋਇਆ। ਕਨਵਰਤੀ ਧੋਰੇ ਦਾ ਮਕਸਦ ਕੰਮ ਇਹੀ ਹੁੰਦਾ ਠੀਕ ਹੈ। ਕਹਿੰਦੇ ਇੰਪਿਆਂ ਦੇ ਫਰੰਟੂਰਾ ਜਿਹੜਾ ਬ੍ਰੇਕਾਂ ਸਿਸਟਮ ਹੈ ਪਨਮਾਤੀਕੋ ਇੰਟੀਗ੍ਰਾਲ ਹੈ, ਜਿਹੜਾ ਇੰਪਿਆਂ ਦੇ ਫਰੰਟੂਰਾ ਪਨਮਾਤੀਕੋ ਕਹਿੰਦੇ ਜਿਹੜਾ ਇੰਟੀਗ੍ਰਾਲ ਹੈ ਇੱਕ ਪਨਮਦਰਾਲੀ ਕੋ ਹੁੰਦਾ ਇੱਕ ਇੰਟੀਗ੍ਰਾਲ ਹੁੰਦਾ ਠੀਕ ਹੈ, ਇਕੁਅਲ ਹੈ ਪਨਮਦਰਾਲੀ ਕੋ ਜਾਂ ਫਿਰ ਉਹ ਜਾਂ ਫਿਰ ਸੋਨੋ ਡਿਵੀਜ਼ੀ ਇਨ ਪਿਊ ਸੈਸੀਓਨ ਹੈ, ਇਹ ਜ਼ਿਆਦਾ ਸੈਸ਼ਨਾਂ ਵਿੱਚ ਡਿਵਾਈਡ ਤਕਸੀਮ ਹੁੰਦੇ ਨੇ ਉਹਨਾਂ ਪਰ ਲਰੋਤਾ ਅੰਤਰੀਓਰ ਹੈ, ਇੱਕ ਜਿਹੜਾ ਅਗਲੇ ਟਾਇਰਾਂ ਲਈ ਹੁੰਦਾ ਹੈ ਉਹਨਾਂ ਪਰ ਕੁਲੇ ਪੋਸਟਰੀਓਰ ਹੈ, ਔਰ ਇੱਕ ਜਿਹੜਾ ਪਿਛਲੇ ਟਾਇਰਾਂ ਲਈ ਹੁੰਦਾ ਹੈ ਐਦਮੰਤਵਾਲੀ ਉਹਨਾਂ ਪਰ ਰਮੋਰਕਿਓ, ਔਰ ਇੱਕ ਸੈਸੀਓਨ ਜਿਹੜਾ ਇਹਦਾ ਔਰ ਰਮੋਰਕਿਓ ਲਈ ਹੁੰਦਾ ਠੀਕ ਹੈ। ਇੱਕ ਸੈਸੀਓਨ ਹੈ ਇੱਕ ਸੈਸ਼ਨ ਜਿਹੜਾ ਹੁੰਦਾ ਅਗਲੇ ਟਾਇਰਾਂ ਲਈ ਵੱਖਰਾ, ਪਿਛਲੇ ਟਾਇਰਾਂ ਲਈ ਵੱਖਰਾ, ਔਰ ਰਮੋਰਕ ਲਈ ਵੱਖਰਾ। ਇਨ ਕੇਸ ਜੇ ਕੋਈ ਪ੍ਰੋਬਲਮ ਹੁੰਦੀ ਹੈ ਬ੍ਰੇਕਾਂ ਦੇ ਕਿਸੇ ਇੱਕ ਹਿੱਸੇ ਵਿੱਚ ਤਾਂ ਸਾਰੇ ਕੰਮ ਕਰਨਾ ਛੱਡਣਾ ਜਾਣਾ ਵੀ ਠੀਕ ਹੈ। ਯਾਨੀ ਕਿ ਅਗਲਾ ਜੇ ਖਰਾਬ ਹੋ ਗਿਆ ਧੂਰਾ ਬ੍ਰੇਕਾਂ ਸਿਸਟਮ ਖਰਾਬ ਹੋ ਗਿਆ ਤਾਂ ਪਿਛਲਾ ਕੰਮ ਕਰੇ, ਜੇ ਪਿਛਲਾ ਖਰਾਬ ਹੋ ਗਿਆ ਤਾਂ ਆਪਣਾ ਅਗਲਾ ਔਰ ਰਮੋਰਕੀ ਦੇ ਬ੍ਰੇਕ ਹੈ ਸਾਰੇ ਕੰਮ ਕਰਨ ਠੀਕ ਹੈ। ਇਸ ਕਰਕੇ ਵੀ ਦਰੁਸਤ ਕਰਨ ਵਿਵੇਰ ਹੋਇਆ ਇੱਕ ਮਿੰਟ ਗੱਲ ਸੀ। ਅੱਗੇ ਕਹਿੰਦੇ ਨੇ ਬੇ ਨੇ ਵਿਕੋਲੀ ਕੋਨ ਇੰਪਿਆਂ ਦੀ ਫਰੰਟੂਰਾ ਜਿਹੜੀ ਗੱਡੀ ਬ੍ਰੇਕਾਂ ਸਿਸਟਮ ਨਾਲ ਹੈ ਠੀਕ ਹੈ, ਨੇ ਵਿਕੋਲੀ ਕੋਨ ਇੰਪਿਆਂ ਦੀ ਫਰੰਟੂਰਾ ਜਿਹੜੀ ਗੱਡੀ ਬ੍ਰੇਕਾਂ ਸਿਸਟਮ ਨਾਲ ਹੈ ਐਦ ਆ ਰਹੀ ਹੈ ਕੰਪਰੈਸਾ ਹਵਾ ਪ੍ਰੈਸ਼ਰ ਵਾਲਾ ਜਿਹੜਾ ਅਪੋਜ਼ਿਟ ਡਿਸਪੋਜ਼ਿਟਿਵ ਉਹ ਮੋਦੂਲਾਟੋਰੀ ਸਪੈਸ਼ਲ ਡਿਸਪੋਜ਼ਿਟਿਵ ਜਿਹੜਾ ਮੋਦੂਲਾਟੋਰੀ ਹੈ ਰੈਗੂਲਾਨ ਵਾਲਾ ਪ੍ਰੈਸ਼ਨ ਹੈ, ਰੈਗੂਲਰ ਕਰਦਾ ਪ੍ਰੈਸ਼ਨ ਦਿਲਾ ਰਹੀ ਆ ਡਿਰੈਕਟ ਵਾਲਾ ਇੰਡੀਮੈਂਟ ਫਰੇਨਾਂ ਦੀ ਜਿਹੜਾ ਡਾਇਰੈਕਟ ਐਲੀਮੈਂਟ ਬ੍ਰੇਕਾਂ ਨੂੰ ਜਾਂਦਾ ਹੈ ਉਹਨੂੰ ਰੈਗੂਲਰ ਕਰਦਾ ਪ੍ਰੈਸ਼ਰ ਦਿਲਾ ਆਸੇ ਪਸਰੀ ਪਿਛਲੇ ਧੂਰੇ ਤੇ ਨੂੰ ਇਨ ਬਾਜ਼ੇ ਵਾਲਾ ਬਾਜ਼ੇ ਵੱਲ ਕਾਰੀ ਕੋ ਦਲਵੀ ਗੋਲੀ ਇਸ ਬੇਸ ਹੈ ਜਿੰਨਾ ਕਾਰੀ ਕੋ ਹੁੰਦਾ ਗੱਡੀ ਦੇ ਉੱਤੇ ਮੋਦਲ ਤੌਰ ਜਿਹੜਾ ਨਾ ਡਿਸਪੋਜ਼ਿਵ ਮੋਦਲ ਤੌਰ ਜਿਹੜਾ ਹੈਵੇ ਜਿਹੜਾ ਵਜ਼ਨ ਦੇ ਨਾਲ ਕੰਮ ਕਰਦਾ ਹੈ ਉਹ ਆਟੋਮੈਟਿਕ ਹੁੰਦਾ ਜੇ ਇੱਕ ਇਨ ਕੇਸ ਉਹਦਾ ਮਕਸਦ ਹੁੰਦਾ ਜਿਹੜਾ ਉਹਦਾ ਜਿਹੜਾ ਨਾ ਗੱਡੀ ਦਾ ਬੈਕ ਡੱਲ ਹੈ ਕਰ ਲਓ ਜੇ ਇਨ ਕੇਸ ਫੋਰ ਐਗਜ਼ਾਮਪਲ ਤੁਸੀਂ ਸੱਜੇ ਪਹਿਲੇ ਵਜ਼ਨ ਸਾਰਾ ਲਾ ਦਿੰਦੇ ਹੋ ਅਤੇ ਜੈਨੂਅਲੀ ਤੁਹਾਨੂੰ ਨੈਚੁਰਲੀ ਹੁੰਦਾ ਕਿ ਸੱਜੀ ਸਾਈਡ ਤੋਂ ਗੱਡੀ ਦੱਬੀ ਰਵੇ ਉਹਦਾ ਕੀ ਕੰਮ ਹੁੰਦਾ ਵਜ਼ਨ ਬਰਾਬਰ ਰੱਖਦਾ ਵਜ਼ਨ ਬਰਾਬਰ ਕਰਦਾ ਬਰਾਬਰ ਰੱਖਦਾ ਬਰਾਬਰ ਉਹਦਾ ਮਕਸਦ ਇਹੀ ਹੁੰਦਾ ਕਿ ਉਹ ਬਰਾਬਰ ਰੱਖੇ ਇੱਕ ਸਾਈਡ ਤੋਂ ਗੱਡੀ ਦੱਬੀ ਹੋਈ ਨਜ਼ਰ ਨਾ ਆਵੇ ਉਹ ਉਸ ਸਾਈਡ ਦਾ ਪ੍ਰੈਸ਼ਰ ਜ਼ਿਆਦਾ ਘੱਟ ਛੜੇਗਾ ਜਿੱਧਰ ਵਜ਼ਨ ਜ਼ਿਆਦਾ ਆਵੇ ਕਿ ਜਿਹੜਾ ਪਿੱਛੋਂ ਡਾਲਾ ਤੁਹਾਨੂੰ ਬਰਾਬਰ ਨਜ਼ਰ ਆਵੇ ਠੀਕ ਹੈ ਦੁਰਸ਼ਨ ਪਵੇਰ ਹੋਇਆ ਬਰਾਬਰ। ਕਹਿੰਦੇ ਆ ਪ੍ਰਤੀਰ ਅਗਲਾ ਵਾਲਵਾ ਜਿਹੜਾ ਵਾਲਵਾ ਪ੍ਰੋਤਸ਼ੋ ਨੇ ਸਰਬਤ ਹੋਈ ਹੈ ਜਿਹੜਾ ਵਾਲਵਾ ਪ੍ਰੋਤਸ਼ੋ ਨੇ ਸਰਬਤ ਹੋਈ ਹੈ ਜਿਹੜਾ ਟੈਂਕੀ ਦਾ ਪ੍ਰੋਟੈਕਟ ਕਰਨ ਵਾਲਾ ਪ੍ਰੋਤਸ਼ ਵਾਲਵਾ ਪ੍ਰੋਤਸ਼ੋ ਨੇ ਇੰਪਿਆਂ ਦੇ ਫਰੰਟੂਰਾ ਬ੍ਰੇਕਾਂ ਸਿਸਟਮ ਦਾ ਸਰਵੀਜੀਓ ਫੂਡ ਬ੍ਰੇਕ ਦਾ ਜਿਹੜਾ ਐਦਾਰੀਆ ਕੰਪਰੈਸਰ ਜਿਹੜਾ ਹਵਾ ਦੇ ਪ੍ਰੈਸ਼ਰ ਵਾਲਾ
costituita da uno da due sezioni dosage ne distinte più una eventuale per rimorchio or ek special jala ek rimorchio unda yani ki keh sakte do session hunde ne gaddi de layi ek plus rimorchio de layi jivein assi utte pad gaye ha theek hai ke je kharabi paida hundi hai ek vich problem aa jandi te baki duje kam karde rahwan theek hai is karke wear hoya je agla session breakan da kharab ho gaya agle tour de kharab ho gaye ne agle se de kharab ho gaye ne pichle aur rimorchio kam karda rahe je pichle de kharab ho gaye ne agla aur rimorchio kam karda rahe theek hai ਸਰਬਦੋਈ ਦਾ ਆਰੀਆ ਜਿਹੜਾ ਸਰਬਦੋਈ ਦਾ ਆਰੀਆ ਉਹਦੀ ਵਿਗੋਲੀ ਦਿੱਤਾ ਤੋਂ ਦਿਫਰੈਂਟ ਤੁਰਾ ਪਾਣੀ ਮਾਤੀ ਜਿਹੜੀ ਗੱਡੀ ਨੂੰ ਦਿੱਤਾ ਗਿਆ ਬ੍ਰੇਕਿੰਗ ਸਿਸਟਮ ਟਾਇਰਾਂ ਵਾਲਾ ਉਹ ਪਾਣੀ ਮੈਂ ਦਰਾਲੀ ਕੋ ਜਾਂ ਫਿਰ ਔਰ ਜਾਂ ਫਿਰ ਪਾਣੀ ਮੈਂ ਦਰਾਲੀ ਕੋ ਦਿੱਤਾ ਗਿਆ ਜਿਹੜਾ ਹਵਾ ਦਾ ਪ੍ਰੈਸ਼ਰ ਔਰ ਡਰਾਲੀ ਸਿਸਟਮ ਹੈ ਇਹ ਜਿਹੜਾ ਮਿਸ ਤੋਂ ਹੁੰਦਾ ਸੀ ਇਹ ਸੋਨੋ ਨੋਰਮਲਮੈਂਟੇ ਇਹ ਨੋਰਮਲੀ ਹੁੰਦਾ ਹੈ ਉਹਨਾਂ ਪਰ ਉਨੀ ਸੈਸ਼ਨ ਇੱਕ ਇੱਕ ਸੈਸ਼ਨ ਨਹੀਂ ਹੁੰਦਾ ਹੈ ਦੇ ਲਿੰਪੀਆਂ ਤੋਂ ਉਹਨਾਂ ਪਰ ਸਰਵੀਜ਼ੀਓ ਇਵੈਂਟੁਆਲੇ ਪਰ ਸਸਪੈਂਸ਼ਨ ਹੈ ਇਹ ਪਾਣੀ ਮਾਤੀ ਕੋ ਕਹਿੰਦੇ ਇੱਕ ਜਿਹੜਾ ਆ ਜਾਂਦਾ ਹੈ ਇਸ ਇਹਨਾਂ ਦਾ ਸੈਸ਼ਨ ਸਸਪੈਂਸ਼ਨ ਹੈ ਜਿਹੜੀ ਗੱਡੀ ਦੇ ਸ਼ੋਕਰ ਹੁੰਦੇ ਨਾ ਜਿਹੜੇ ਗੱਡੀ ਦੇ ਇਨਕੇ 'ਚ ਐਕਸਲ ਹੁੰਦੇ ਨੇ ਗੱਡੀ ਦੇ ਇਨਕੇ 'ਚ ਉੱਚੀ ਨੀਵੀਂ ਜਿਸ ਟਾਈਮ ਗੱਡੀ ਨੂੰ ਝਟਕੇ ਲੱਗਦੇ ਨੇ ਉੱਚੀ ਨੀਵੀਂ ਥਾਂ ਆਉਂਦੀ ਹੈ ਜਿਹੜੀ ਕੰਫਰਟ ਡਰਾਈਵ ਦਿੰਦੇ ਨੇ ਤੁਹਾਨੂੰ ਝਟਕਿਆ ਵਗੈਰਾ ਲੈਣ ਲੱਗਿਆ ਉਹ ਸ਼ੋਕਰ ਹੁੰਦੇ ਸ਼ਾਕ ਹੁੰਦੇ ਨੇ ਬਰਾਵੋ ਬਰਾਵੋ ਸ਼ਾਕ ਹੁੰਦੇ ਨੇ ਸ਼ਾਕ ਹੁੰਦੇ ਐਕਸਲ ਵੀ ਉਹਨਾਂ ਨੂੰ ਨਹੀਂ ਕਹਿੰਦੇ ਵੀ ਸ਼ਾਕ ਕਹਿੰਦੇ ਨੇ ਜਿਹੜੇ ਸ਼ਾਕ ਹੁੰਦੇ ਨੇ ਸ਼ੋਕਰ ਜਿਵੇਂ ਕਹਿੰਦੇ ਨੇ ਪੰਜਾਬੀ ਠੀਕ ਹੈ ਪੰਜਾਬੀ ਸ਼ਾਕ ਕਹਿੰਦੇ ਨੇ ਠੀਕ ਹੈ ਇੰਡੀਆ ਦੀ ਪੰਜਾਬੀ ਵੀ ਸ਼ੋਕਰ ਕਹਿੰਦੇ ਨੇ ਨਾ ਠੀਕ ਹੈ ਮੈਨੂੰ ਸ਼ੋਕਰ ਯਾਦ ਹੋ ਗਿਆ ਸ਼ਾਕ ਭੁੱਲੀ ਜਾਂਦਾ ਠੀਕ ਹੈ ਅਤੇ ਸ਼ੋਕਰ ਜਿਹੜਾ ਨਾ ਇੱਕ ਸੈਸ਼ਨ ਹੈ ਉਹਨੂੰ ਪ੍ਰੈਸ਼ਰ ਦਿੰਦਾ ਹੈ ਸ਼ੋਕਰਾਂ ਨੂੰ ਇੱਕ ਸੈਸ਼ਨ ਹੈ ਜਿਹੜਾ ਕਿ ਬ੍ਰੇਕਾਂ ਨੂੰ ਪ੍ਰੈਸ਼ਰ ਦਿੰਦਾ ਠੀਕ ਹੈ ਕਿਉਂਕਿ ਦੇਖੋ ਹਵਾ ਦੇ ਪ੍ਰੈਸ਼ਰ 'ਤੇ ਕਾਫੀ ਚੀਜ਼ਾਂ ਆਉਂਦੀਆਂ ਨੇ ਗੱਡੀ ਵਿੱਚ ਗੱਡੀ ਦੀ ਸੀਟ ਰੈਗੂਲਰ ਕਰਨਾ ਗੱਡੀ ਦੇ ਸਟੇਅਰਿੰਗ ਦਾ ਪ੍ਰੈਸ਼ਰ ਵੀ ਕਈਆਂ ਜਗ੍ਹਾ 'ਤੇ ਹਵਾ ਨਾਲ ਬਣਦਾ ਔਰ ਜਿਹੜਾ ਨਾ ਜਿਹੜੀ ਵੱਡੀਆਂ ਗੱਡੀਆਂ ਬੱਸਾਂ ਵਗੈਰਾ ਉਹਨਾਂ ਦਾ ਜਿਹੜਾ ਬਾਰੀ ਦਾ ਜਿਹੜੀ ਹੁੰਦੀ ਹੈ ਨਾ ਉਹਦੀ ਤਾਕੀ ਵਗੈਰਾ ਦਰਵਾਜ਼ਾ ਵਗੈਰਾ ਖੁੱਲ੍ਹਣਾ ਬੰਦ ਹੋਣਾ ਉਹ ਵੀ ਹਵਾ ਦੇ ਪ੍ਰੈਸ਼ਰ 'ਤੇ ਹੁੰਦਾ ਠੀਕ ਹੈ ਉਹ ਥੱਲੇ ਜਿਹੜੇ ਸਮਾਨ ਰੱਖਣ ਵਾਲੀ ਚੀਜ਼ਾਂ ਜਗ੍ਹਾ ਹੁੰਦੀਆਂ ਨੇ ਉਹ ਵੀ ਹਵਾ ਦੇ ਪ੍ਰੈਸ਼ਰ ਹੁੰਦੇ ਹਵਾ ਦੇ ਪ੍ਰੈਸ਼ਰ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸਿਰਫ ਬ੍ਰੇਕਾਂ ਦਾ ਸੈਸ਼ਨ ਹੀ ਨਹੀਂ ਹੁੰਦਾ ਵੀ ਠੀਕ ਹੈ ਇਸ ਕਰਕੇ ਵੀ ਵੇਰ ਹੋਇਆ ਕਹਿੰਦੇ ਸਰਬਜੋਤ ਆ ਰਹੀ ਆ ਇਨਫੈਕਟ ਸੀਟ ਜਿਹੜੀ ਸੀਟ ਡਰਾਈਵਰ ਸੀਟ ਹੁੰਦੀ ਹੈ ਉਹ ਵੀ ਰੈਗੂਲਰ ਉਹਦੇ ਨਾਲ ਉਸਦੀ ਹੁੰਦੀ ਹੈ ਕਿ ਭਾਰੀਆਂ ਗੱਡੀਆਂ ਦੀ ਖਾਸ ਕਰ ਕਹਿੰਦੇ ਸਰਬਜੋਤ ਦੇ ਆ ਰਹੀ ਹੈ ਜੀ ਸਰਬਜੋਤ ਆ ਹਵਾ ਵਾਲੀ ਹੈ ਕੰਪਰੈਸ ਆ ਰਹੀ ਕੰਪਰੈਸ ਆ ਦਿਲੀਪਿਆਂ ਸੁਰਿੰਦਰ ਅੱਜ ਦਾ ਬ੍ਰੇਕਰ ਸਿਸਟਮ ਵਾਲੀ ਹੈ ਦੇ ਮੇਜ਼ੀ ਪਜ਼ਾਂਤੀ ਭਾਰੀ ਗੱਡੀ ਦੀ ਸੋਨੋ ਦੋਤਾਤੀ ਦੀ ਉਹਨੋ ਡਿਸਪੋਜ਼ੀਟਿਵੋ ਪਰ ਸਕਾਰੀਕੋ ਪਰਲਸਕਾਰੀਕੋ ਕਹਿੰਦੇ ਇੱਕ ਡਿਸਪੋਜ਼ੀਟਿਵ ਸਕਾਰੀਕੋ ਕਰਨ ਲਈ ਦਿੱਤੀ ਗਈ ਹੁੰਦੀ ਹੈ ਦਲਾਕ ਕੋ ਪਾਣੀ ਨੂੰ ਦੀ ਕੰਡੈਂਸਾ ਅਕੂਮੂ ਲਾ ਤਾਸੀ ਕੰਡੈਂਸਾ ਅਕੂਮੂ ਲਾ ਤਾਸੀ ਹੁੰਦਾ ਜਿਹੜਾ ਕਿ ਉਹ ਕੰਪਰੈਸਰ ਵਿੱਚ ਹਵਾ ਵਿੱਚ ਜਿਹੜਾ ਜੰਮ ਜਾਂਦਾ ਫਸ ਜਾਂਦਾ ਬਣ ਜਾਂਦਾ ਨਾ ਬਣ ਜਾਂਦਾ ਪਾਣੀ ਉਹਨੂੰ ਕਹਿੰਦੇ ਕੱਢਣ ਲਈ ਇੱਕ ਸਕਾਰੀਕੋ ਕਰਨ ਲਈ ਇੱਕ ਡਿਸਪੋਜ਼ੀਟਿਵ ਲੱਗੀ ਹੁੰਦੀ ਹੈ ਠੀਕ ਹੈ ਪਾਣੀ ਨੂੰ ਦਰੁਸਤ ਕਰਨ ਪੇਪਰ ਹੋਇਆ ਤਦ ਹੀ ਸਾਫ਼ ਹੋਵੇਗੀ ਉਹ ਕੰਪਰੈਸਰ ਨੂੰ ਤੂੰ ਥੋੜ੍ਹੀ ਖੋਲ੍ਹਣਾ ਹੁੰਦਾ ਵੀ ਚਾਰ ਪੇਜ ਲੱਗਣ ਤੂੰ ਖੋਲ੍ਹ ਲਵੋ ਕੰਪਰੈਸਰ ਸਾਰਾ ਬੰਦ ਹੁੰਦਾ ਨਾ ਜਾਰੀ ਗੱਲ ਇੱਕ ਸਾਈਡ ਹੋਵੇਗਾ ਇੱਕ ਵਾਲਵ ਲਾ ਜਾਂਦਾ ਤਾਂ ਕੋਈ ਚੀਜ਼ ਲੱਗੀ ਹੋਵੇਗੀ ਜਿਹੜਾ ਖੋਲ੍ਹੋਗੇ ਪਾਣੀ ਨਿਕਲ ਜਾਵਾ ਕਿੰਨੇ ਐਲੀਮੈਂਟ ਫਿਰ ਨਾ ਦੇ ਜਿਹੜਾ ਬ੍ਰੇਕਾਂ ਦੇ ਐਲੀਮੈਂਟ ਨੇ ਮੇਜ਼ੀ ਪਜ਼ਾਂ ਦੀ ਭਾਰੀ ਗੱਡੀ ਦੇ ਸੋਨੋ ਕੋਸਤੀਤੀ ਦਾ ਤੰਬੂਰੀ ਗਨਾਸ਼ੇ ਉਹਦਾ ਡਿਸਕੋ ਪੈਸਟੀਲੀ ਕਹਿੰਦੇ ਨੇ ਕੋਸਤੀਤੀ ਤੇ ਬਣੇ ਹੁੰਦੇ ਨੇ ਤੰਬੂਰੀ ਗਨਾਸ਼ੇ ਤੰਬੂਰੀ ਗਨਾਸ਼ੇ ਨੇ ਲੈਦਰ ਬ੍ਰੇਕ ਹੁੰਦੀ ਹੈ ਨਾ ਜਦ ਲੈਦਰ ਬ੍ਰੇਕ ਐਕਟਿਵ ਹੁੰਦੀ ਹੈ ਤਾਂ ਲੈਦਰ ਜਿਹੜੇ ਨੇ ਖੁੱਲ੍ਹਦੇ ਨੇ ਠੀਕ ਹੈ ਉਹ ਯਾਨੀ ਕਿ ਲੈਦਰ ਦਾ ਜਿਹੜਾ ਸਰਕਲ ਇੱਕ ਡਰੰਮ ਬਣਿਆ ਹੁੰਦਾ ਡਰੰਮ ਦੇ ਵਿੱਚ ਓਪਨ ਹੁੰਦੇ ਨੇ ਖੁੱਲ੍ਹਦੇ ਨੇ ਔਰ ਉਹ ਟੱਚ ਕਰਦੇ ਨੇ ਤੰਬੂਰੀ ਉਹਦੇ ਡਰੰਮ ਨੂੰ ਡਰੰਮ ਬ੍ਰੇਕ ਨੂੰ ਜਾਂ ਲੈਦਰ ਬ੍ਰੇਕ ਜਿਹੜੀ ਹੁੰਦੀ ਹੈ ਫਿਰ ਬ੍ਰੇਕ ਅਮਲ ਵੀ ਜਾਂਦੀ ਹੈ ਉਹਦੀ ਡਿਸਕੀ ਜਾਂ ਫਿਰ ਡਿਸਕ ਬ੍ਰੇਕ ਜਿਹੜੀ ਹੈ ਉਹਦੀ ਈ ਪਸਤੀਲੀ ਪਸਤੀਲੀ ਜਿਹੜੀ ਹੁੰਦੀ ਨੇ ਇਹਨਾਂ ਦੇ ਬਣੇ ਹੁੰਦੇ ਨੇ ਡਿਸਕੀ ਪਸਤੀਲੀ ਕੀ ਹੁੰਦੀ ਡਿਸਕ ਬ੍ਰੇਕ ਤੁਸੀਂ ਦੇਖੀ ਹੋਣੀ ਹੈ ਉਹਦੇ ਨਾ ਤੁਸੀਂ ਦੇਖੋਗੇ ਸੱਜੇ ਖੱਬੇ ਦੋ ਛੋਟੀ ਛੋਟੀਆਂ ਚਾਕੀਆਂ ਜਿਹੀਆਂ ਲੱਗੀਆਂ ਹੁੰਦੀਆਂ ਨੇ ਪਸਤੀਲੀ ਜਿਹਨਾਂ ਨੂੰ ਕਹਿੰਦੇ ਨੇ ਜਦ ਬ੍ਰੇਕ ਤੁਸੀਂ ਦਬਾਉਂਦੇ ਹੋ ਤਾਂ ਉਹ ਚਾਕੀਆਂ ਜਿਹੜੀਆਂ ਨੇ ਡਿਸਕ ਨੂੰ ਦੋਵਾਂ ਸਾਈਡਾਂ ਤੋਂ ਫੜ ਲੈਂਦੀਆਂ ਨੇ ਫਿਰ ਬ੍ਰੇਕ ਅਮਲ ਵੀ ਜਾਂਦੀ ਦਰੁਸਤ ਨਹੀਂ ਹੋਇਆ ਵੀ ਸੁਣਿਆ ਅੱਤ ਵਿਗੋਲੀ ਦਿੱਤਾ ਤਾਂ ਉਹਦੀ ਫਿਰ ਤੁਰਾ ਪਾਣੀ ਵਾਦ ਜਿਹੜੀ ਗੱਡੀ ਨੂੰ ਦਿੱਤਾ ਗਿਆ ਜਿਹੜੇ ਤੁਸੀਂ ਥਿਊਰੀ ਵਿੱਚ ਤੁਹਾਨੂੰ ਆਰਾਮ ਨਾਲ ਮਿਲ ਗਈ ਹੋਣੀ ਪਸਤੀਲੀ ਗਨਾਸ਼ੇ ਅਤੇ ਇੱਦਾਂ ਚੀਜ਼ਾਂ ਜਿਹੜੇ ਐਲੀਮੈਂਟ ਨੇ ਜ਼ਰੂਰੀ ਉਹ ਸਾਰੇ ਦੱਸੇ ਹੋਣਗੇ ਕਹਿੰਦੇ ਸਾਹਿਬ ਤੁਸੀਂ ਵਿਗੋਲੀ ਦਿੱਤਾ ਤੁਸੀਂ ਫਿਰ ਤੁਰਾ ਪਾਣੀ ਵਾਦ ਕੋ
ਜਿਹੜੀ ਤਾਂ ਬਿਲਕੁਲ ਨਹੀਂ ਦਿੱਤਾ ਗਿਆ ਬ੍ਰੇਕਿੰਗ ਸਿਸਟਮ ਟਾਇਰਾਂ ਵਾਲਾ ਈ ਮੋਡਲ ਅਥੋਰੀ ਦੀ ਫਰੇਨਾਂ ਫਰੇਨਾਂ ਦਾ ਰੈਗੂਲਰ ਮੋਡਲ ਅਥੋਰੀ ਫਰੇਨਾਂ ਜਿਹੜਾ ਰੈਗੂਲਰ ਕਰਦਾ ਆਟੋਮੈਟਿਕਮੈਂਟ ਤੇ ਲਾ ਪ੍ਰੈਸ਼ਰ ਨੇ ਡਲਾਰੀਆ ਕਹਿੰਦੇ ਆਟੋਮੈਟਿਕਲੀ ਪ੍ਰੈਸ਼ਰ ਹਵਾ ਦਾ ਰੈਗੂਲਰ ਕਰਦਾ ਇਨ ਵਿਆਤਾ ਲਈ ਐਲੀਮੈਂਟ ਦੀ ਫਰੇਨਾਂ ਦੀ ਔਰ ਭੇਜਦਾ ਐਲੀਮੈਂਟ ਬ੍ਰੇਕ ਬ੍ਰੇਕਾਂ ਦੇ ਐਲੀਮੈਂਟ ਉਹਨਾਂ ਨੂੰ ਇਨ ਬਾਅਦ ਦੇ ਅਲਾ ਕਾਰੀ ਕੋ ਦਲੇ ਗੋਲੀ ਇਸ ਬੇਸ ਤੇ ਜਿੱਦਾਂ ਜਿੰਨਾ ਕਿ ਗੱਡੀ ਦਾ ਕਾਰੀ ਕੋ ਹੈ ਦ੍ਰਿਸ਼ਕਨ ਪੇਵੇ ਰਿਹਾ ਸੋ ਯਾਤ ਵੀ ਗੋਲੀ ਦਿੱਤਾ ਤੇ ਫਰੈਂਟ ਤੁਰਾ ਪਾਣੀ ਮਾਤੀ ਕੋ ਜਿਹੜੀ ਗੱਡੀ ਨੂੰ ਦਿੱਤਾ ਕਹਿੰਦਾ ਬ੍ਰੇਕਿੰਗ ਸਿਸਟਮ ਟਾਇਰਾਂ ਵਾਲਾ ਇਹ ਡਿਸਪੋਜ਼ਿਟਿਵ ਮੋਡਲ ਅਥੋਰੇ ਡਿਪਰੈਸ਼ਨ ਹੈ ਜਿਹੜਾ ਡਿਸਪੋਜ਼ਿਟਿਵ ਹੈ ਮੋਡਲ ਅਥੋਰੇ ਡਿਪਰੈਸ਼ਨ ਹੈ ਇਨ ਫੰਕਸ਼ਨ ਦਰਕਾਰੀ ਜਿਹੜਾ ਫੰਕਸ਼ਨ ਕਰਦਾ ਕਾਰੀ ਕੋ ਦੇਈ ਇਹ ਐਸਕਲੂਡ ਹੈ ਲਾ ਅਬੀਐਸ ਕੌਂਡ ਵਿਲ ਬੀ ਕੋਲੀ ਮੋਲ ਤੋ ਕਾਰੀ ਕੋ ਕਹਿੰਦੇ ਨੇ ਐਸਕਲੂਡ ਹੈ ਯਾਨੀ ਕਿ ਅਬੀਐਸ ਇਹਦਾ ਪਾਰਟ ਨਹੀਂ ਹੁੰਦਾ ਯਾਨੀ ਕਿ ਅਬੀਐਸ ਉਸ ਗੱਡੀ ਨੂੰ ਲਈ ਲੱਗੜਗਾ ਵੀ ਜਿਸ ਟਾਈਮ ਗੱਡੀ ਮੋਲ ਤੋ ਕਾਰੀ ਕੋ ਹੁੰਦੀ ਹੈ ਗੱਲ ਕਿਨ ਫਾਲਸ ਹੋਇਆ ਜਾਂ ਐਕਟਿਵ ਨਹੀਂ ਹੋਣਾ ਗੱਲ ਕਿਨ ਫਾਲਸ ਹੋਇਆ ਅਬੀਐਸ ਇਹਦੇ ਨੂੰ ਡਿਸਪੋਜ਼ਿਟਿਵ ਹੁੰਦਾ ਆਟੋਮੈਟਿਕ ਕੰਮ ਕਰਦੇ ਨੇ ਠੀਕ ਹੈ ਇਹ ਇਸ ਕਰਕੇ ਫਾਲਸ ਹੋਇਆ ਜਿਸ ਬ੍ਰੇਕ ਜਦ ਬ੍ਰੇਕਾਂ ਮਾਰਦੇ ਹੋ ਐਂਟੀ ਬ੍ਰੇਕ ਸਿਸਟਮ ਹੁੰਦਾ ਹੈ ਇਸ ਕਰਕੇ ਫਾਲਸ ਹੋਇਆ ਉਹਨਾਂ ਐਮ ਪੀ ਐਨ ਫਰਾਂ ਤੁਰਾ ਪਾਣੀ ਮਾਤ ਪਾਣੀ ਮਦਰਾ ਲਿਖੋ ਜਿਹੜਾ ਬ੍ਰੇਕਾਂ ਸਿਸਟਮ ਪਾਣੀ ਮਦਰਾ ਲਿਖੋ ਹੈ ਲਈ ਐਲੀਮੈਂਟ ਫਿਰ ਨਾਮ ਤੇ ਜਿਹੜੇ ਬ੍ਰੇਕਾਂ ਸਿਸਟਮ ਹੈ ਸੋਨੋ ਸੈਂਪਰੇ ਦੀ ਟੀਪੋ ਦਿਸ ਕੋ ਸੈਂਪਰੇ ਕਹਿੰਦੇ ਡਿਸਕ ਟਾਈਪ ਦੀ ਹੋਣਗੀਆਂ ਪਿਸਤੀਲੀ ਨਹੀਂ ਯਾਰ ਗਨਾਸ਼ ਔਰ ਦੂਜੇ ਵੀ ਹੋ ਸਕਦੇ ਨੇ ਤੰਬੂਰੀ ਇਸ ਕਰਕੇ ਇੱਥੇ ਹੀ ਫਾਲਸ ਹੋ ਜਾਂਦਾ ਸਵਾਲ ਕਹਿੰਦੇ ਸੈਂਪਰੇ ਵੀ ਹੋਣਗੇ ਨਲੀ ਐਮ ਪੀ ਐਨ ਦੀ ਪਾਣੀ ਮਾਤ ਜੀ ਇੰਟੀਗ੍ਰਾਲੀ ਸੋਨੋ ਇਮ ਵਿੱਚ ਸੋਲਾਮੈਂਟ ਤੇ ਟੀਪੀ ਦੀ ਤੰਬੂਰੀ ਗਨਾਸ਼ੀ ਕਹਿੰਦੇ ਹਾਲਾਂਕਿ ਪਾਣੀ ਮਾਤ ਜੀ ਇੰਟੀਗ੍ਰਾਲੀ ਨਹੀਂ ਜਿਹੜੇ ਉਹ ਤੰਬੂਰੀ ਹੋ ਗਨਾਸ਼ ਹੋਣਗੇ ਨਹੀਂ ਇਹ ਵੀ ਗਲਤੀਆਂ ਵੀ ਫਾਲਸ ਹੋਇਆ ਕਿਉਂਕਿ ਇੰਟੀਗ੍ਰਾਲ ਹੀ ਹੋਵੇ ਉਹਦੇ ਵਿੱਚ ਵੀ ਦੋ ਐਲੀਮੈਂਟ ਹੋ ਸਕਦੇ ਚਾਹੇ ਡਿਸਕ ਬ੍ਰੇਕ ਔਰ ਆਪਣਾ ਜੀ ਲੈਦ ਬ੍ਰੇਕ ਹੋ ਸਕਦੀ ਹੈ ਔਰ ਪਾਣੀ ਮਦਰਾਲੀ ਗੋਵਾ ਉਹਦੇ 'ਚ ਵੀ ਦੋ ਵੇ ਹੋ ਸਕਦੇ ਇਸ ਕਰਕੇ ਫਾਲਸ ਹੋ ਕੰਪਰੈਸਰ ਜਿਹੜਾ ਇੰਪੀਅਨ ਦੀ ਫਰੰਟ ਦੂਰ ਹੈ ਜਿਹੜਾ ਕੰਪਰੈਸਰ ਹੈ ਇੰਪੀਅਨ ਦੀ ਫਰੰਟ ਦੂਰ ਬ੍ਰੇਕਿੰਗ ਸਿਸਟਮ ਦਾ ਪਾਣੀ ਮਾਤਿਕਾ ਅਜ਼ਯੂਨਾਂਦੋ ਦੇ ਇਲ ਮੋਤਰੀਨੋ ਦੇ ਲ ਅਵਿਅਮੈਂਟ ਦੇ ਲ ਆਤੋਕਾਰੋ ਕਹਿੰਦੇ ਅਜ਼ਯੂਨਾਂਦੋ ਹੁੰਦਾ ਮੋਟਰੀਨੋ ਤੋਂ ਮੋਤਰੀਨੋ ਛੋਟੀ ਮੋਟਰ ਹੁੰਦੀ ਹੈ ਜਿਹੜੀ ਕਿ ਬਿਜਲੀ ਅਤੇ ਉਹਦੇ ਬੈਟਰੀ ਦੀ ਬਿਜਲੀ ਚੱਲਦੀ ਹੈ ਅਵਿਅਮੈਂਟ ਦਾ ਆਤੋਕਾਰੋ ਜਿਸ ਸਮੇਂ ਆਤੋਕਾਰੋ ਔਨ ਹੁੰਦੀ ਹੈ ਦੇਖੋ ਕੰਪਰੈਸੋਰ ਹੈ ਜਿਹੜਾ ਇਹਦਾ ਮੋਤਰੀਨੋ ਨਾਲ ਕੋਈ ਤਲਕ ਨਹੀਂ ਹੈ ਮੋਟਰ ਨਾਲ ਤਲਕ ਹੋ ਸਕਦਾ ਮੋਤਰੀਨੋ ਨਾਲ ਕੋਈ ਤਲਕ ਨਹੀਂ ਇਸ ਕਰਕੇ ਮੋਤਰੀਨੋ ਦੀ ਉਨੀ ਪਾਵਰ ਹੀ ਨਹੀਂ ਇਸ ਕਰਕੇ ਫਾਲਸ ਹੋਇਆ ਇਹਨਾਂ ਦਾ ਮੋਟਰ ਹੈ ਇੰਪੀਅਨ ਦੀ ਫਰੰਟ ਦਾ ਪਾਣੀ ਮਦਰਾ ਲਿਖੋ ਜਿਹੜਾ ਇੰਪੀਅਨ ਦੀ ਫਰੰਟ ਦਾ ਪਾਣੀ ਮਦਰਾ ਲਿਖੋ ਹੈ ਓਲੀ ਦੀ ਕਨਵਰਤੀ ਤੋਰੇ ਜਿਹੜਾ ਓਲੇ ਓਲੇ ਕਨਵਰਤੀ ਤੋਰੇ ਦਾ ਪਾਣੀ ਮਦਰਾ ਲਿਖੋ ਦਾ ਵੈਨ ਹੀ ਰਿਫਰ ਦਾਤਾ ਅਪੋਜ਼ਟਰ ਰੇਡੀਓ ਤੋਰੇ ਕਹਿੰਦਾ ਸਪੈਸ਼ਲ ਰੇਡੀਓ ਤੋਂ ਠੰਡਾ ਹੁੰਦਾ ਉਹ ਦੇਖੋ ਓਇਲ ਨੂੰ ਨਾ ਇਸ ਨੂੰ ਠੰਡਾ ਹੋਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਹੈ ਵੀ ਠੀਕ ਹੈ ਇਹ ਓਇਲ ਉਸ ਨੂੰ ਇੱਦਾਂ ਨਹੀਂ ਪ੍ਰੈਸ਼ਰ ਦੇ ਲਈ ਬਣਾਉਣ ਲਈ ਯੂਜ਼ ਹੁੰਦਾ ਇਹ ਕੋਈ ਇਹਨੂੰ ਕੋਈ ਓਇਲ ਨੂੰ ਕੋਈ ਰਗੜੇ ਥੋੜ੍ਹੀ ਲੱਗੇ ਜਾਣੇ ਵੀ ਗਰਮ ਹੋ ਜਾਣੇ ਨੇ ਠੀਕ ਹੈ ਔਰ ਇਹ ਹਰ ਚੀਜ਼ ਲਈ ਵੱਖਰਾ ਵੱਖਰਾ ਰੇਡੀਏਟਰ ਥੋੜ੍ਹੀ ਬਣਾ ਕੇ ਨਹੀਂ ਰੱਖਣਾ ਇਸ ਕਰਕੇ ਫਾਲਸ ਹੋਇਆ ਇਹਨੂੰ ਹਵਾ ਹੀ ਦੀ ਪਰ ਲੱਗਦੀ ਹੋਵੇਗੀ ਵਿੱਚੋਂ ਫਿਰ ਕੇ ਜੇ ਲੋੜ ਹੋਵੇ ਤਾਂ ਉਹ ਹੀ ਕਾਫੀ ਹੁੰਦੀ ਹੈ ਬਾਕੀ ਇਹਨੂੰ ਲੋੜ ਨਹੀਂ ਹੈ ਇਸ ਕਰਕੇ ਫਾਲਸ ਹੋ ਇਹਨਾਂ ਨੇ ਪਿਆਂ ਤੋਂ ਫਿਰ ਤੁਰਾ ਜਿਹੜਾ ਬ੍ਰੇਕਿੰਗ ਸਿਸਟਮ ਹੈ ਪਾਣੀ ਮਾਤਿਕ ਟਾਇਰਾਂ ਵਾਲਾ ਈ ਕੰਪਰੈਸੋਰੇ ਦਲਾ ਆਰੀਆ ਜਿਹੜਾ ਕੰਪਰੈਸਰ ਹੈ ਹਵਾ ਵਾਲਾ ਵਿਆਨੀ ਅਤੀਵਾਤਾ ਇਹ ਐਕਟਿਵ ਹੋਵੇਗਾ ਦਲ ਕੰਦੂਚਿਆਂ ਦੇ ਡਰਾਈਵਰ ਤੋਂ ਅਲਾ ਪਰਤੈਂਦਾ ਤੈਰਮੀ ਤੇ ਅਪੋਜ ਤੋਂ ਪੁਲਜ਼ਾਨ ਤੇ ਸੁਲ ਪੋਸਟ ਸੋ ਗਰਸੂ ਤੋਂ ਕਹਿੰਦੇ ਬੇ ਇੱਕ ਚੱਲਦੇ ਹੋਇਆ ਸਪੈਸ਼ਲ ਪੁਲਜ਼ਾਨ ਦੇ ਬਟਨ ਤੋਂ ਜਿਹੜਾ ਗਰਸੂ ਤੋਂ ਡੈਸ਼ਬੋਰਡ ਤੇ ਲੱਗੇ ਹੁੰਦੇ ਆ ਕਿਵੇਂ ਇਹਨਾਂ ਪਿਆਂ ਤੇ ਫਿਰ ਤਰ੍ਹਾਂ ਜਿਹੜਾ ਬੈਕਅਪ ਸਿਸਟਮ ਟਾਇਰਾਂ ਵਾਲਾ ਕੰਪਰੈਸਰ ਜਿਹੜਾ ਹੈ ਆਰੀਆ ਵਿਆਨੀ ਇਹ ਅਤੀਵਾਦ ਐਕਟਿਵ ਹੁੰਦਾ ਹੈ ਕੰਪਰੈਸਰ ਜਿਹੜਾ ਹੈ ਡਰਾਈਵਰ ਤੋਂ ਇੱਕ ਸਪੈਸ਼ਲ ਡੈਸ਼ਬੋਰਡ ਦਾ ਬਟਨ ਹੁੰਦਾ ਨਹੀਂ ਯਾਰ ਇੱਦਾਂ ਤਾਂ ਕੋਈ ਬਟਨ ਨਹੀਂ ਹੁੰਦਾ ਹੈ ਵੀ ਠੀਕ ਹੈ ਹੁਣ ਕੰਪਰੈਸ ਜਿੱਦਾਂ ਦੀ ਜਿਹੜੀ ਭਾਰੀਆਂ ਗੱਡੀਆਂ ਹੁੰਦੀਆਂ ਨੇ ਖਾਸ ਕਰ ਜਿਹਨ ਬਿਠਾ ਲਓ ਜਦ ਤੁਸੀਂ ਗੱਡੀ ਸਟਾਰਟ ਕਰਦੇ ਹੋ ਕੰਪਰੈਸਰ ਆਟੋਮੈਟਿਕਲੀ ਆਨ ਹੋ ਜਾਏਗਾ ਫਿਰ ਕੀ ਹੁੰਦਾ ਹੈ ਫਿਰ ਕੀ ਕਰਨਾ ਹੁੰਦਾ ਹੈ ਸਟਾਰਟ ਕਰਨ ਤੋਂ ਬਾਅਦ ਤੁਸੀਂ ਕਾਰ ਕੀ ਕਰਦੇ ਹੋ ਕਾਰ ਨਾਲ ਸਟਾਰਟ ਕਰਨ ਤੋਂ ਬਾਅਦ ਤੁਸੀਂ ਗੇਅਰ ਲਗਾਉਂਦੇ ਹੋ ਗੱਡੀ ਚਲਾ ਲੈਂਦੇ ਹੋ ਇੱਦਾਂ ਹੀ ਹੈ ਨਾ ਸਰ ਹਾਂਜੀ ਜੀ ਬਰਾਵੋ ਬਰਾਵੋ ਲੇਕਿਨ ਹੁਣ ਬੱਸ ਜਿਹੜੀ ਹੈਵੀ ਗੱਡੀਆਂ ਹੁੰਦੀਆਂ ਨਾ ਉਹਨਾਂ ਦਾ ਥੋੜ੍ਹਾ ਡਿਫਰੈਂਟ ਹੁੰਦਾ ਹੈ ਉਹ ਚੱਲਣੀ ਨਹੀਂ ਹੈ ਗੱਡੀ ਸਟਾਰਟ ਕਰਨ ਦੇ ਸਾਥ ਹੀ ਉਹਦਾ ਤੁਸੀਂ ਦੇਖਣਾ ਪੈਣਾ ਅਗਲੇ ਧੂਰੇ ਦੇ ਪ੍ਰੈਸ਼ਰ ਹਵਾ ਦਾ ਪਿਛਲੇ ਧੂਰੇ ਦਾ ਹਵਾ ਦਾ ਪ੍ਰੈਸ਼ਰ ਪ੍ਰੋਪਰ ਹੈ ਕਿ ਨਹੀਂ ਸੂਈਆਂ ਲੱਗੀਆਂ ਹੋਣਗੀਆਂ ਹਵਾ ਦਾ ਪ੍ਰੈਸ਼ਰ ਇੰਡੀਕੇਟ ਕਰਨ ਲਈ ਆ ਜਿਵੇਂ ਕਿ ਹੁਣ ਮੈਂ ਬੱਸ ਚਲਾਉਂਦਾ ਸੀ ਬੱਸ ਤੇ 6 ਬਾਰੇ ਹੋਣੇ ਚਾਹੀਦੇ ਠੀਕ ਹੈ ਉਹਦੇ ਉੱਤੇ ਟਰੱਕ ਜਾਂਦਾ ਸੀ ਟਰੱਕ ਦਾ ਜਿਹੜਾ ਸੀ ਨਾ ਦੋਵੇਂ ਅਗਲੇ ਔਰ ਪਿਛਲੇ ਧੂਰੇ ਦੀਆਂ ਸੂਈਆਂ ਜਿਹੜੀਆਂ ਸੀ
ਉਹ 8 ਬਾਰੇ ਹੋਣੇ ਚਾਹੀਦੇ ਸੀ, 8 ਜਾਂ 9 ਬਾਰੇ, ਠੀਕ ਹੈ। ਤੇ ਜਦ ਤੱਕ ਪ੍ਰੈਸ਼ਰ ਪ੍ਰੋਪਰ ਨਹੀਂ ਹੋਣਾ, ਹੈਂਡ ਬ੍ਰੇਕ ਹੀ ਰਿਮੂਵ ਨਹੀਂ ਹੋਣੀ ਹੈ, ਠੀਕ ਹੈ। ਤੇ ਜਦ ਗੱਡੀ ਸਟਾਰਟ ਕਰੋਗੇ ਤੇ ਉਹ ਹਵਾ ਭਰ ਲੱਭਣੇ, ਹਵਾ ਉਹਨੇ ਕੰਪਰੈਸਰ ਵਿੱਚ ਫੁੱਲ ਕਰ ਦੇਣੀ ਹੈ। ਜਦ ਫੁੱਲ ਹੋ ਜਾਏਗੀ, ਰੈਗੂਲੇਟਰੀ ਪ੍ਰੈਸ਼ਰ ਜਿਹੜਾ ਹੈ, ਰੈਗੂਲਰ ਕਰਨ ਵਾਲਾ ਪ੍ਰੈਸ਼ਰ ਹੈ, ਉਹ ਫਿਰ ਹਵਾ ਜਿਹੜੀ ਜ਼ਿਆਦਾ ਹਵਾ ਹੋਏਗੀ ਉਹ ਖਾਰਜ ਕਰਦਾ ਰਹੇਗਾ। ਕਿ ਤੁਸੀਂ ਮੁਮਕਿਨ ਹੈ ਜਿਹੜਾ ਬੰਦਾ ਕੋਈ ਬੱਸ ਦਾ ਜਾਂ ਟਰੱਕ ਦਾ ਪਹਿਲੀ ਵਾਰ ਚਲਾਏਗਾ ਨਾ, ਤੁਸੀਂ ਦੇਖੋਗੇ ਕਿ ਇੱਕ ਤੁਸੀਂ ਗੱਡੀ ਆਰਾਮ ਨਾਲ ਚਲਾਉਣ ਲੱਗੇ, ਨੋਰਮਲ ਸਿਚੁਏਸ਼ਨ ਵਿੱਚ ਤੁਸੀਂ ਕੁਛ ਨਹੀਂ ਕੀਤਾ, ਤਾਂ ਉਹਦੇ ਵਿੱਚ ਹਵਾ ਦੀ ਆਵਾਜ਼ ਆਉਂਦੀ ਹੈ, ਖੌਫਨਾਕ ਜੀ ਆਵਾਜ਼ ਆਉਂਦੀ ਹੈ, ਠੀਕ ਹੈ। ਬਿਲਕੁਲ ਨਵੇਂ ਬੰਦੇ ਨੂੰ ਕਹਿੰਦੇ ਯਾਰ, ਜਿਹੜਾ ਕਾਰ ਚਲਾਉਣਾ ਉਹ ਕਹਿੰਦੇ ਯਾਰ ਇਹ ਕਿਹਦੀ ਆਵਾਜ਼ ਆ ਗਈ, ਬੰਦਾ ਡਰ ਜਾਂਦਾ। ਹਾਲਾਂਕਿ ਉਹ ਸਿਰਫ ਜਿਹੜੀ ਓਵਰ ਹਵਾ ਹੋ ਜਾਣੀ, ਕਿਉਂਕਿ ਜੇ ਹਵਾ ਭਰਦੇ ਰਹੋ ਤਾਂ ਟੈਂਕੀਆਂ ਫਟ ਜਾਣ ਦਾ, ਸਰਬਤ ਹੋਈ ਫਟ ਜਾਣ ਦਾ ਖਤਰਾ ਹੁੰਦਾ ਨਾ, ਉਹ ਓਵਰ ਹੁੰਦੀ ਹੈ, ਖਾਰਜ ਹੁੰਦੀ ਹੈ, ਉਹ ਆਟੋਮੈਟਿਕਲੀ ਹੁੰਦੀ ਰਹਿੰਦੀ ਹੈ, ਠੀਕ ਹੈ, ਉਹਦੇ ਬੰਦੇ ਦਾ ਕੋਈ ਲੈਣ ਦੇਣ ਨਹੀਂ ਹੁੰਦਾ। ਇਸ ਕਰਕੇ ਉਹ ਪ੍ਰੋਪਰ ਹੋਣਾ ਪ੍ਰੈਸ਼ਰ, ਤਾਂ ਗੱਡੀ ਚੱਲਣੀ ਹੈ। ਇਸ ਕਰਕੇ ਇਹ ਨਹੀਂ ਹੈ ਕਿ ਤੁਸੀਂ ਬਟਨ ਲੱਗੇ ਤਾਂ ਮਰਜ਼ੀ ਹੈ ਤਾਂ ਜਗਾ ਲਓ, ਮਰਜ਼ੀ ਹੈ ਤਾਂ ਬੰਦ ਕਰ ਦਿਓ, ਫਾਲਤੂ। ਅੱਗੇ ਆ ਜਾਓ, ne vi coli con frenatura di tipo pneumatico idraulico jedi gaddi nu brake system ditta gaya pneumatico idraulico da theek hai gli elementi frenanti del brake system sono aggiunati dalla pressione idraulico kehna brake ke element e on honge kade tu ਪ੍ਰੈਸ਼ਰ ਹਾਈਡ੍ਰੋਲਿਕੋ ਹਾਈਡ੍ਰੋਲਿਕ ਪ੍ਰੈਸ਼ਰ ਦੇ ਨਾਲ ਦਰੁਸਤ ਕਿਵੇਂ ਪੇਪਰ ਹੋਇਆ ਪਾਣੀ ਹਾਈਡ੍ਰੋਲਿਕੋ ਨਾ ਪ੍ਰੈਸ਼ਰ ਹਾਈਡ੍ਰੋਲਿਕੋ ਤਾਂ ਯੂਜ਼ ਤਾਂ ਹੋਵੇਗਾ, ਠੀਕ ਹੈ। ਫਿਰ ਫਿਰ ਹੋਇਆ ਅੱਜ ਕਹਿੰਦੇ ਨੇ ਪਏ ਕਿ ਲਿੰਬਿਆਂ ਦੇ ਫਰਾਂਤੂਰਾ ਜਿਹੜਾ ਬ੍ਰੇਕਾਂ ਸਿਸਟਮ ਜਿਹੜਾ ਹੈ, ਇਹ ਕਿਸ ਚਿਰ ਗਾ ਸੀ ਕਿ ਤੁਸੀਂ ਕਾਲ ਕੱਟੀ ਜਾਏ ਤਾਂ ਯਾਦ ਨਾਲ ਗਰੁੱਪ ਦੇ ਵੀ ਮੈਸੇਜ ਕਰਨਾ, ਠੀਕ ਹੈ। ਕਹਿੰਦੇ ਕਿ ਜੇ ਬ੍ਰੇਕਾਂ ਸਿਸਟਮ ਜਿਹੜਾ ਹੈ ਜੀ ਪਾਨੀ ਮਾਦਰਾਲੀ ਕੋ ਕੰਪੋਸਟ ਤੋਂ ਬਣਿਆ ਹੁੰਦਾ ਹੈ, ਰਾਲ ਤੋਂ ਇਲਾਵਾ ਦਾ ਊਨੋ ਕੰਪਰੈਸੋਰ ਇੱਕ ਕੰਪਰੈਸਰ ਹੁੰਦਾ ਹੈ, ਦਾ ਅਲਕੂਨੀ ਸਰਬਤ ਹੋਈ ਔਰ ਕੁਝ ਟੈਂਕੀ ਹੁੰਦੇ ਨੇ, ਦੇ ਅਕੂਮੂਲ ਹੋ ਜਿਹੜੀ ਭਰੀਆਂ ਜਾਂਦੀਆਂ ਨੇ ਆਰੀਆ ਪਰ ਆਰੀਆ ਹਵਾ ਨਾਲ ਕੰਪਰੈਸੋਰ ਹੈ, ਕਨਵਰਤੀ ਤੌਰ ਹੈ ਪਾਨੀ ਪਾਨੀ ਮਾਦਰਾਲੀ ਕੋ ਔਰ ਜਿਹੜਾ ਕਿ ਹਵਾ ਦੇ ਪ੍ਰੈਸ਼ਰ ਭਰੀ ਜਾਂਦੀ ਹੈ ਕਨਵਰਤੀ ਤੌਰ ਪਾਨੀ ਮਾਦਰਾਲੀ ਕੋ ਦੇ ਲਈ ਦਰੁਸਤ ਕਿਵੇਂ ਪੇਪਰ ਹੋਇਆ ਇੰਪੀਰੀਅਲ ਫਰੈਂਟੂਰਾ ਦੇ ਟਿਪੋ ਦੇ ਪਾਣੀ ਮਾਦਰੀਓਲਿਕੋ ਜਿਹੜਾ ਬ੍ਰੇਕਿੰਗ ਸਿਸਟਮ ਹੈ ਪਾਣੀ ਮਾਦਰੀਓਲਿਕੋ ਦਾ, ਲਾਰੀਆ ਕੰਪਰੈਸਰ ਵੈਨੀ ਇਨ ਵਿਆਤ ਦਲ ਡਿਸਟ੍ਰੀਬਿਊਟਰ ਈ ਕਨਵਰਟੀਟਰ ਕਹਿੰਦੇ ਆਰੀਆ ਕੰਪਰੈਸਰ ਜਿਹੜਾ ਇਹ ਵੈਨ ਇਨ ਵਿਆਤ ਭੇਜੀ ਜਾਏਗੀ ਡਿਸਟ੍ਰੀਬਿਊਟਰ ਈ ਕਨਵਰਟੀਟਰ ਤੋਂ, ਦਰੁਸਤ ਕਿਵੇਂ ਪੇਪਰ ਹੋਇਆ ਲੈ ਗਨਾਸ਼ੇ ਦੀ ਉਹਨਾਂ ਇੰਪਿਆਂ ਦੇ ਫਰਾਂਤੂਰਾ ਜਿਹੜਾ ਗਨਾਸ਼ੇ ਨੇ ਇੱਕ ਬ੍ਰੇਕਾਂ ਸਿਸਟਮ ਦੇ ਪਾਣੀ ਮਦਰ ਵਾਲੀ ਕੋਦੇ ਵੈਂਗੋਨੋ ਅਲਰਗਾ ਤੇ ਦਾ ਦੂਏ ਪਿਸਟਿੰਚੋਨੀ ਚੀਨੀ ਸਪਿੰਤੀ ਦਲਾ ਪ੍ਰੈਸ਼ੋਨੇ ਦਰਾਲੀਕੋ ਕਹਿੰਦੇ ਬੇ ਪਾਣੀ ਮਦਰ ਵਾਲੀ ਕੋ ਜਿਹੜਾ ਵੈਂਗਨ ਜਿਹੜੇ ਨੇ ਇਹ ਵੈਂਗਨ ਅਲਰਗਾ ਤੇ ਗਨਾਸ਼ੇ ਜਿਹੜੇ ਨੇ ਇਹ ਲਾਰਗੇ ਵੱਡੇ ਹੁੰਦੇ ਨੇ, ਚੌੜੇ ਹੁੰਦੇ ਨੇ, ਖੁੱਲਦੇ ਨੇ ਡਰੰਮ ਦੇ ਵਿੱਚ, ਮੈਂ ਤੁਹਾਨੂੰ ਦੱਸਿਆ ਨਹੀਂ ਖੁੱਲਣਗੇ, ਤਾਂ ਦੂਏ ਪਿਸਟਨ ਚੀਨੀ ਦੋ ਪਿਸਟਨ ਟਾਈਪ ਦੇ ਹੁੰਦੇ ਨੇ, ਦੋ ਤੁਸੀਂ ਦੇਖਿਓ ਹੁਣ ਉੱਥੇ ਤੀਰਾਂ ਨਿਸ਼ਾਨ ਜੇ ਬਣੇ ਹੁੰਦੇ ਨੇ, ਸਪਿਨ ਦੀ ਜਿਸਟਮ ਉਹਨਾਂ ਨੂੰ ਦਲਾ ਪ੍ਰੈਸ਼ਰ ਹਾਈਡ੍ਰੋਲਿਕੋ ਹਾਈਡ੍ਰੋਲਿਕ ਪ੍ਰੈਸ਼ਰ ਨਾਲ ਜਿਸਟਮ ਉਹਨਾਂ ਨੂੰ ਧੱਕਿਆ ਜਾਂਦਾ ਨਾ, ਉਹ ਪਿਸਟਨ ਆਵਣਗੇ ਅੰਦਰਲੀ ਸਾਈਡ 'ਤੇ ਅਤੇ ਜਿਹੜੇ ਲੈਦਰ ਇਹ ਖੁੱਲਣਗੇ ਬਾਹਰਲੀ ਸਾਈਡ 'ਤੇ ਅਤੇ ਬ੍ਰੇਕ ਅਮਲ ਵਿੱਚ ਆਏਗੀ, ਦਰੁਸਤ ਕਿਵੇਂ ਪੇਪਰ ਹੋਇਆ ਸੀਰੀਅਲ ਵੀਡੀਓ ਦੇਖਿਆ ਦੱਸਿਆ ਪਿਕਚਰਾਂ ਦੱਸੀਆਂ ਗਈਆਂ ਹੁਣ ਇਹਦੀਆਂ ਕਹਿੰਦੇ ਸਰ ਅਤਿਬਿਲਕੁਲ ਦਿੱਤਾ ਤੋ ਜੀ ਫਰੈਂਤੂਰਾ ਪਾਣੀ ਮੈਂ ਉਦਰਾਲੀ ਕੋ ਜੇ ਅਤਿਬਿਲਕੁਲ ਦਿੱਤਾ ਗਿਆ ਫਰੈਂਤੂਰਾ ਪਾਣੀ ਮੈਂ ਉਦਰਾਲੀ ਕੋ ਇਲ ਕਨਵਰਜੀ ਤੋਰੇ ਪਾਣੀ ਮੋ ਉਦਰਾਲੀ ਕੋ ਸਫਰੂਤਾ ਲਾ ਪ੍ਰੈਸ਼ਰ ਦਾ ਲਾਰੀਆ ਕਹਿੰਦੇ ਹਵਾ ਦਾ ਪ੍ਰੈਸ਼ਰ ਭੇਜਦਾ ਹੈ ਮੈਂ ਤੇਰੇ ਇੰਟਰਸਪ੍ਰੈਸ਼ਨ ਹੈ ਉਹਨਾਂ ਸਪੈਸ਼ਲ ਲਿਕਵਿਡ ਉਦਰਾਲੀ ਕੋ ਔਰ ਪ੍ਰੈਸ਼ਰ ਆਉਂਦਾ ਇੱਕ ਸਪੈਸ਼ਲ ਲਿਕਵਿਡ ਜਿਹੜਾ ਹਾਈਡ੍ਰੋਲਿਕ ਦਾ ਕਿ ਜਿਸ ਜਿਵੇਂ ਕੰਮ ਕਰਦਾ ਐਲੀਮੈਂਟ ਦੀ ਫਰੈਨਾਂ ਦੀ ਜਿਹਦੇ ਨਾਲ ਕੰਮ ਕਰਦਾ ਬ੍ਰੇਕਾਂ ਦੇ ਐਲੀਮੈਂਟ ਦਰੁਸਤ ਕਿਵੇਂ ਪੇਪਰ ਹੋਇਆ ਚਲੋ ਅਤਿਬਿਲਕੁਲ ਦਿੱਤਾ ਤਾਂ ਫਰੈਂਤੂਰਾ ਪਾਣੀ ਮਾਦਰੀਓਲਿਕੋ ਜਿਹੜੀ ਗੱਡੀ ਨੂੰ ਦਿੱਤਾ ਗਿਆ ਪਾਣੀ ਮਾਦਰੀਓਲਿਕੋ ਸਿਸਟਮ ਹੈ ਬ੍ਰੇਕਾਂ ਦਾ
लिक्विडो दी कन्वर्टिटोर है, यार लिक्विड है कन्वर्टिटोर है, पानी में इधर लिखो था, इसे सस्टेंजियालमेंटे इनकंप्रिमिबल है, क्या ना बे जरा ये जरा लिक्विड है कन्वर्टिटोर है पानी में इधर लिखो था, ये सस्टेंजियालमेंटे जरा मादा होता है ना एक किसे नाल भी यानी के रल्ला मिला यानी के नहीं है अभी ठीक है यानी के इधर वर्गा नहीं है अभी कोई ठीक है यानी के इधर थांते यही पहना यानी के मुराद होंगी कि इधर थांते जिस टाइम करने ना कहीं क्वेश्चन आने के सानों के कि इधर थांते तुझे चेंज कर लो या दूजा पा लो ठीक है वो चीज़ें गलत होंगी हैं दुरुस्त करने पर फिर होया लेकिन अभी नहीं लाए आते भी कोली दो तातो फ्रेंटूरा पानी में उतरा लिखो जिन्होंने दिता गया ब्रेकिंग सिस्टम पानी में उतरा लिखो लिक्विडो कन्वर्टिटोर पानी में उतरा लिखो वा पीरियोडिकमेंटे सब्स्टिट्यूइडो कहने पे ये जरा लिक्विड है कन्वर्टिटोर पानी में उतरा लिखो था कहने पे ये पीरियड वाइज वा सब्स्टिट्यूइडो पीरियड वाइज चेंज होगा दुरुस्त कहने पे वेर आया पीरियड वाइज तो सारी गल चेंज होना ही पैना ठीक है अगर ना बे नेरे आते विकोली तो तातो फ्रेंटुरा यदि आते विकोल नू दिता गया ब्रेकिंग सिस्टम यदि आते विकोल ने दिता गया ब्रेकिंग वाला सिस्टम पो पनीमा ड्रिलिगर सिस्टम दा टाइप दा पो एसरे नेसेसारिया रबोकारे प्रिडिकमेंट लिक्विडो कहने हो सकता है रबोकारे भी होर पाना पोए लिक्विड जरा ठीक है यानी कि रबोकार तो मराम यानी कि जब काट जाए तो होर पाना ठीक है फिर डिवाइस है लिक्विड और लिक्विड नू कन्वर्टिटोर प्रिडिकमेंट ड्रिलिगो कन्वर्टिटोर या पनीमा ड्रिलिगो ना उधर बीच कहने भी जब लिक्विड हो सकता है फिर डिवाइस रबोकारे करना पोए काट जाए तो यानी कि होर पाना पोए वेरो है अगर ना बे नेरा तभी कोली तो तातो डिफरेंट हो रहा पानी मार दे रहे हो ये तभी कोली जितना के सोले तभी कोली जितना के फ्रेंड हो रहा पानी मार दे रहे हो इल कन्वर्टिटोर है जरा प्रेशर है जरा कन्वर्टिटोर है प्रेशर करने वाला पानी में दरोई को सर्वे ट्रांसफॉर्मारे ट्रांसफर कर दला प्रेशर ने प्रेशर नू जो ना लिक्विडो इन आरिया फोर्टामेंट कंप्रेसा कने एक लिक्विड नू जिला हवा विज कंट्रोल्ड होगा सख्त हवा दी कंप्रेस कंप्रेसर नू गलत किन फाल्स होया इतने कोई चीज नहीं है इस करके भी गलत किन फाल्स होया अभी कहने पे सुरात विकोली तो तातो दी फ्रेंटुरा पानी में उतरा लिखो जे गड्डी देता गया है आंतो विकोली गड्डी नू फ्रेंटुरा ब्रेकन सिस्टम कन्वर्टिटोर प्रेशर है पानी में उतरा लिखो इपोस्टो तरह ये लगी होता है कंप्रेसोर एद इल सरबतोई दला आरिया कंप्रेसा कहने ने लगी होता टैंकी और ਜਿਹੜਾ ਸਰਬਤ ਹੋਈ ਜਾਂਦੀ ਟੈਂਕੀ ਜਿੱਥੇ ਹਵਾ ਕੰਪਰੈਸ ਹੁੰਦੀ ਜਿਹੜੀ ਹਵਾ ਜਮ੍ਹਾਂ ਹੁੰਦੀ ਹੈ ਔਰ ਕੰਪਰੈਸਰ ਹੈ ਜਿੱਥੋਂ ਹਵਾ ਪ੍ਰੋਡਿਊਸ ਹੋ ਕੇ ਆ ਰਹੀ ਉਹਨਾਂ ਦਰਮਿਆਨ ਦੇਖੋ ਉੱਥੇ ਰੈਗੂਲੇਟਰ ਦੀ ਜਿਹੜਾ ਹੁੰਦਾ ਨਾ ਉਹ ਰੈਗੂਲੇਟ ਕਰਨ ਵਾਲਾ ਹਵਾ ਨੂੰ ਸਿਸਟਮ ਹੁੰਦਾ ਯਾਨੀ ਕਿ ਉਹ ਹੁੰਦਾ ਜਿਹੜਾ ਮੇਨਟੇਨ ਕਰਕੇ ਰੱਖਦਾ ਔਰ ਉਹਦੇ ਖਾਰਜ ਕਰਦਾ ਇਸ ਕਰਕੇ ਇਹਦਾ ਉਹਦੇ ਨਾਲ ਕੋਈ ਤਲਕ ਨਹੀਂ ਹੈ ਵੀ ਸਰ ਕੇ ਫਾਲਸ ਹੋਇਆ ਠੀਕ ਹੈ ਉੱਥੇ ਛੇ ਨੰਬਰ ਪੜਿਆ ਸੀ ਇਨਕੰਪਰੈਸ इनकंप्रिमिबल इधर मेरे ट्रांसलेशन गलत कर गया कहने से बात भी कोई दता तो फ्रेंटुरा पानी में उतरा लिखो लिक्विडो दी कन्वर्टिटोर या लिक्विड कन्वर्टिटोर है पानी में उतरा लिखा सस्टेंजियालमेंटे ये मादा होंगे इनकंप्रिमिबल यानी कि इनू इनकंप्रिमिबल यानी कि इनू कंप्रेस नहीं कर सकता है अभी यानी कि ये नाल प्रेशर वगैरह क्रिएट या दबाव वगैरह क्रिएट नहीं कर सकते ये दुरुस्त कहने पे वेर होया अगे आज 317 नंबर पेज दे कहने लिए पियांत दी
ਫਿਰ ਤੁਰਾ ਜਿਹੜਾ ਬ੍ਰੇਕਾਂ ਸਿਸਟਮ ਹੈ ਇਹਦਾਰੀ ਹਵਾ ਵਾਲਾ ਆਰੀ ਕੰਪਰੈਸਰ ਜਿਹੜਾ ਬ੍ਰੇਕਾਂ ਸਿਸਟਮ ਹੈ ਹਵਾ ਵਾਲਾ ਇਹ ਪ੍ਰੈਜੈਂਟ ਹੈ ਉਹਨਾਂ ਇੰਡੀਕੇਟਰ ਦੀ ਪ੍ਰੈਸ਼ਰ ਹੈ ਇਹਦੇ ਵਿੱਚ ਮੌਜੂਦ ਹੁੰਦਾ ਇੱਕ ਇੰਡੀਕੇਟਰ ਪ੍ਰੈਸ਼ਰ ਦੱਸਣ ਵਾਲਾ ਪਰ ਕੋਸਚੀਨੋ ਸੈਜ਼ੀਓਨ ਹੈ ਦਿਲ ਇੰਪਿਆਂਤੋ ਦੀ ਫਰੰਤੂਰਾ ਦੀ ਸਰਵੀਜ਼ੀਓ ਕਹਿੰਦੇ ਹਰ ਇੱਕ ਸੈਸ਼ਨ ਦਾ ਸੈਸ਼ਨ ਦਾ ਯਾਨੀ ਕਿ ਅਗਲੇ ਧੂਰੇ ਦਾ ਔਰ ਪਿਛਲੇ ਧੂਰੇ ਦਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸਾਂ ਸੂਈਆਂ ਲੱਗੀਆਂ ਹੋਈਆਂ ਵੱਖਰੀਆਂ ਵੱਖਰੀਆਂ ਅਗਲੇ ਧੂਰੇ ਦੀਆਂ ਪਿਛਲੇ ਧੂਰੇ ਦੀਆਂ ਇਹ ਪ੍ਰੈਸ਼ਰ ਦੱਸਦੇ ਕਿ ਪ੍ਰੋਪਰ ਹੋਇਆ ਕਿ ਨਹੀਂ ਠੀਕ ਹੈ ਦਰੁਸਤ ਕਿਵੇਂ ਪਵੇਅਰ ਹੋਇਆ ਪ੍ਰੈਸ਼ਰ ਪ੍ਰੋਪਰ ਹੋਵੇਗਾ ਤਦੇ ਹੀ ਗੱਡੀ ਚੱਲਦੀ ਹੈ ਫਿਰ ਸ਼ੁਰੂ ਕਰਦੇ ਹਾਂ ਸਾਰੀ ਭਾਰੀ ਗੱਡੀਆਂ ਨਲੀਪੀਆਂ ਦੇ ਫਰਾਂਤੂਰਾ ਜਿਹੜਾ ਬ੍ਰੇਕਾਂ ਸਿਸਟਮ ਹੈ ਆ ਰਿਹਾ ਕੰਪਰੈਸ ਹਵਾ ਵਾਲਾ ਇੰਡੀਕੇਟਰ ਪ੍ਰੈਸ਼ਰ ਨੇ ਜਿਹੜਾ ਇੰਡੀਕੇਟ ਕਰਦਾ ਪ੍ਰੈਸ਼ਰ ਹੈ ਜਿਹੜੀ ਸੂਈਆਂ ਲੱਗੀਆਂ ਹੁੰਦੀਆਂ ਨੇ ਇੰਟੇਗਰਾਲ ਹੈ ਇੰਟੇਗਰਾ ਤੋਂ ਤਾਂ ਉਹਨੂੰ ਸੀਪੀਆ ਰੋਜ਼ਾ ਇਹਦੇ ਨਾਲ ਇੱਕ ਰੈਡ ਸੀਪੀ ਲੱਗੀ ਹੁੰਦੀ ਹੈ ਕਿ ਸਿਨਿਆਲਾ ਲਬਾਸਾ ਪ੍ਰੈਸ਼ਰ ਨੇ ਜਿਹੜੀ ਕਿ ਸਿਗਨਲ ਦੱਸਦੀ ਹੈ ਕਿ ਪ੍ਰੈਸ਼ਰ ਅਜੇ ਘੱਟ ਹੈ ਦਰੁਸਤ ਕਹਿੰਦੇ ਫਿਰ ਹੋਇਆ ਜਦੋਂ ਪ੍ਰੈਸ਼ਰ ਪ੍ਰੋਪਰ ਹੋਵੇਗਾ ਉਹ ਦੱਸੇਗੀ ਠੀਕ ਹੈ ਇੰਪੀਆਂ ਦੀ ਫਰੈਂਤੂਰਾ ਜਿਹੜਾ ਬ੍ਰੇਕਾਂ ਸਿਸਟਮ ਆ ਰਿਹਾ ਕੰਪਰੈਸਰ ਇਲ ਪੈਦਾਲ ਦਾਲਾ ਫਰੇਨ ਹੋ ਜਿਹੜਾ ਪੈਡਲ ਹੈ ਬ੍ਰੇਕਾਂ ਦਾ ਕਮਾਂਡਾ ਉਹਨਾਂ ਡਿਸਟ੍ਰੀਬਿਊਟੋਰੇ ਕਿ ਇਨਵੀਆ ਆਰੀਆ ਲਈ ਐਲੀਮੈਂਟੀ ਫਰੇਨਾਂਤੀ ਇੰਪ੍ਰੈਸ਼ਨ ਮਦਰਾ ਵੀ ਕਿਨੇ ਇੰਪ੍ਰੈਸ਼ਨ ਦਾ ਜਿਹੜਾ ਆਰੀ ਕੰਪਰੈਸਰ ਵਾਲਾ ਇਲ ਪੈਦਾਲ ਦਾਲਾ ਫਰੇਨੋ ਜਿਹੜਾ ਪੈਡਲ ਬ੍ਰੇਕ ਦਾ ਕਮਾਂਡਾ ਕਮਾਂਡ ਕਰਦਾ ਬ੍ਰੇਕ ਦਾ ਪੈਡਲ ਜਿਹੜਾ ਨਾ ਕਮਾਂਡ ਕਰਦਾ ਹੈ ਯਾਨੀ ਕਿ ਜਿੰਨਾ ਤੁਸੀਂ ਦਬਾਓਗੇ ਉਹਨਾਂ ਪ੍ਰੈਸ਼ਰ ਅੱਗੇ ਭੇਜੇਗਾ ਉਹਨਾਂ ਡਿਸਟ੍ਰੀਬਿਊਟੋਰ ਕਮਾਂਡ ਕਰਦਾ ਜਿਵੇਂ ਕਿ ਡਿਸਟ੍ਰੀਬਿਊਟਰ ਹੁੰਦਾ ਹੈ ਕਿ ਇਨ ਵੀ ਆ ਰਹੀ ਜਿਹੜਾ ਹਵਾ ਭੇਜਦਾ ਲਈ ਐਲੀਮੈਂਟ ਫਿਰ ਨਾ ਦੀ ਪ੍ਰੈਸ਼ਰ ਨੇ ਮਦਰਾ ਵੀ ਲੈ ਜਿਹੜਾ ਕਿ ਹਵਾ ਦਾ ਪ੍ਰੈਸ਼ਰ ਤੇ ਭੇਜਦਾ ਮੋਦਰਾ ਵੀ ਯਾਨੀ ਕਿ ਜਿੰਨਾ ਜਿਵੇਂ ਚਾਹੀਦਾ ਠੀਕ ਹੈ ਯਾਨੀ ਕਿ ਜਿੰਨਾ ਤੁਸੀਂ ਦਬਾਓਗੇ ਮੀਨ ਕਿ ਤੂੰ ਮੋਦਰਾ ਵੀ ਲੈ ਵਿੱਚ ਉਹਨੂੰ ਹਵਾ ਦਾ ਪ੍ਰੈਸ਼ਰ ਭੇਜਣਾ ਜੇ ਤੁਸੀਂ ਬ੍ਰੇਕ ਦਬਾਓਗੇ ਤੇ ਜਿੰਨਾ ਤੁਸੀਂ ਦਬਾਓਗੇ ਉਨਾ ਪ੍ਰੈਸ਼ਰ ਹਵਾ ਦਾ ਜਾਏਗਾ ਅੰਦਰ ਔਰ ਉਨੀ ਹੀ ਬ੍ਰੇਕ ਲੱਗੇਗੀ ਠੀਕ ਹੈ ਦਰੁਸਤ ਕਿਵੇਂ ਵਿਵੇਅਰ ਹੋਇਆ ਕਿਹਨੇ ਨੀਲੀਪਿਆਂ ਦੀ ਫਰੈਂਤੂਰਾ ਬ੍ਰੇਕਾਂ ਜਿਹੜਾ ਸਿਸਟਮ ਹੈ ਆ ਰਹੀ ਕੰਪਰੈਸ ਹਵਾ ਵਾਲਾ ਅਲਾ ਪ੍ਰੈਸ਼ਰ ਅੰਦਰ ਆ ਰਹੀ ਹੈ ਜਿਹੜਾ ਹਵਾ ਦਾ ਪ੍ਰੈਸ਼ਰ ਹੈ ਨੈਸਰ ਵੱਧੋ ਇਹ ਟੈਂਕੀ ਦੇ ਵਿੱਚ ਨਿਫਰੇਨੀ ਵਿਆਨੀ ਮਿੰਤਨੂ ਤੋਂ ਅਲਾ ਜੁਸਤਾ ਪ੍ਰੈਸ਼ਰ ਨੇ ਬ੍ਰੇਕਾਂ ਜਿਹੜੀਆਂ ਨੇ ਇੱਕ ਵਧੀਆ ਪ੍ਰੈਸ਼ਰ ਦਿੰਦੀਆਂ ਦਾ ਉਹਨਾਂ ਰੈਗੂਲੇਟਰ ਆਟੋਮੈਟਿਕ ਪ੍ਰੈਸ਼ਰ ਨੇ ਇੱਕ ਰੈਗੂਲੇਟਰ ਜਿਹੜੇ ਆਟੋਮੈਟਿਕਲੀ ਜਿਹੜਾ ਪ੍ਰੈਸ਼ਰ ਰੱਖਦਾ ਨਾ ਕਹਿੰਦਾ ਉਹਦੇ ਤੋਂ ਇੱਕ ਵਧੀਆ ਪ੍ਰੈਸ਼ਰ ਦਿੰਦੇ ਨੇ ਅਗਲੇ ਬ੍ਰੇਕਾਂ ਦੇ ਐਲੀਮੈਂਟ ਨੂੰ ਦਰੁਸਤ ਕੰਪੇ ਫਿਰ ਹੋਇਆ ਵੀ ਨਲੈਂਪੀਆਂ ਦੇ ਫਰੈਂਤੂਰਾ ਆ ਰਹੀ ਕੰਪਰੈਸਰ ਜਿਹੜਾ ਬ੍ਰੇਕਾਂ ਸਿਸਟਮ ਹੈ ਹਵਾ ਵਾਲਾ ਲਿਆਲੀਮੈਂਟ ਫਿਰ ਜਿਹੜਾ ਬ੍ਰੇਕਾਂ ਸਿਸਟਮ ਹੈ ਤਾਂ ਤੋਂ ਪਿਓ ਵਾਲੇ ਵਾਹ ਤੋਂ ਜ਼ਿਆਦਾ ਕਹਿੰਦੇ ਲਾ ਪ੍ਰੈਸ਼ਰ ਦੇ ਲਈ ਆ ਰਹੀ ਹੈ ਜਿਹੜਾ ਪ੍ਰੈਸ਼ਰ ਹਵਾ ਦਾ ਐਲੀਮੈਂਟ ਫਿਰ ਬ੍ਰੇਕਾਂ ਦਾ ਤਾਂ ਤੋਂ ਪਿਓ ਵਾਲੇ ਵਾਹ ਦਾ ਇਹ ਜ਼ਿਆਦਾ ਹੁੰਦਾ ਹੈ ਕੁਆਂਡੋ ਮਯੋਰੇ ਲਾ ਪ੍ਰੈਸ਼ਰ ਦੀ ਇਜ਼ਰਜੀਤਾ ਤੋਂ ਸੁਲ ਪੈਦਾ ਰਿਦਲਾ ਫਰੇਨੋ ਕਹਿੰਦੇ ਇਹ ਜਿੰਨਾ ਹੀ ਜ਼ਿਆਦਾ ਹੋਵੇਗਾ ਪ੍ਰੈਸ਼ਰ ਹਵਾ ਦਾ ਜਿੰਨਾ ਹੀ ਜ਼ਿਆਦਾ ਤੁਸੀਂ ਬ੍ਰੇਕ ਦੇ ਪੈਡਲ ਦਬਾ ਕੇ ਪ੍ਰੈਸ਼ਰ ਅੱਗੇ ਭੇਜੋਗੇ ਦਰੁਸਤ ਕਿਵੇਂ ਪਿਵੇਅਰ ਹੋਇਆ ਫਿਰ ਅਤਿਵਿਕਲ ਦਿੱਤਾ ਤਾਂ ਫਰੈਂਤੂਰਾ ਪਾਣੀ ਮਾਤੀ ਕੋ ਜਿਹੜੀ ਗੱਡੀ ਨੂੰ ਦਿੱਤਾ ਗਿਆ ਬ੍ਰੇਕਾਂ ਸਿਸਟਮ ਪੈਰਾਂ ਵਾਲਾ ਉਹ ਪਾਨੀਮਾਤਿਕੋ ਪਾਨੀਮਾਦਰਾਲਿਕੋ ਪਰ ਅਵਿਤਾਰ ਬਚਣ ਲਈ ਕਿ ਇਨਕਾਦੋ ਦੀ ਰਤੂਰਾ ਦਲਾ ਕੰਦੋਤਾ ਕੇ ਪੋਰਤਾ ਆ ਰਹੀ ਆ ਸਰਬਤੋਈਆ ਇਨਕੇ ਜੇ ਟੁੱਟ ਪਏ ਜੋ ਜੇ ਜਿਹੜਾ ਕੰਦੋਤਾ ਜਿਹੜਾ ਟਰਾਂਸਪੋਰਟ ਕਰਦੇ ਲੈ ਕੇ ਆਉਂਦਾ ਹਵਾ ਸਰਬਤੋਈਆ ਟੈਂਕੀਆਂ ਵਿੱਚ ਸਰਬਤੋਈਆ ਵਿੱਚ ਤੂਤੀ ਸਰਬਤੋਈਆ ਇੰਪਿਆਂ ਦੇ ਫਰੇਨਾਂ 'ਤੇ ਸੀ ਸਬੋਤੀ ਨੂੰ ਕਹਿੰਦਾ ਸਾਰੀਆਂ ਟੈਂਕੀਆਂ ਜਿਹੜੀਆਂ ਉਹ ਖਾਲੀ ਹੋ ਜਾਣਗੀਆਂ ਜਿਹੜਾ ਪ੍ਰੈਸ਼ਰ ਉਹਨਾਂ 'ਚ ਲੈ ਕੇ ਆਉਂਦਾ ਉਹ ਵੀ ਖਾਲੀ ਉਹ ਉੱਥੇ ਟੁੱਟ ਪਾ ਜੋਗੀ ਜਿਹੜੀ ਗੱਲ ਫਿਰ ਪ੍ਰੈਸ਼ਰ ਖਤਮ ਹੋ ਜਾਏਗਾ ਨਾ ਤਰਾ ਰੈਗੂਲੇਟਰੀ ਦੀ ਪ੍ਰੈਸ਼ਰ ਨੇ ਜਿਹੜਾ ਰੈਗੂਲੇਟਰੀ ਦੀ ਪ੍ਰੈਸ਼ਰ ਨੂੰ ਲੈ ਕੇ ਆਉਂਦਾ ਪ੍ਰੈਸ਼ਰ ਸਰਬਤੋਈ ਵਿੱਚ ਇਨਸਰੀ ਤੋਂ ਉਹਨਾਂ ਪਰਤੀ ਕੋਲਾਰੇ ਵਾਲਵਲਾ ਇੱਕ ਪਿਊ ਵੀ ਹੈ ਇਹਦੇ ਵਿੱਚ ਕਈ ਕਿਸਮ ਦੇ ਵਾਲਵਲੇ ਔਰ ਪਿਊ ਕਈ 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 ਵੀ ਆਉਂਦੇ ਨੇ ਠੀਕ ਹੈ ਦਰੁਸਤ ਕਿਵੇਂ ਪਵੇਅਰ ਹੋਇਆ ਕਿਹਨੇ ਸਵੇਰ ਜਿਗੋਲ ਦਿੱਤਾ ਫਰੈਂਤੂਰਾ ਪਾਣੀ ਮਾਤੀ ਕੋ ਜਿਹੜੀ ਗੱਡੀ ਨੂੰ ਦਿੱਤਾ ਗਿਆ ਬ੍ਰੇਕਾਂ ਸਿਸਟਮ ਟਾਇਰਾਂ ਵਾਲਾ ਉਹ ਪਾਣੀ ਮਦਰਾ ਲਿਖੋ ਜਾਂ ਫਿਰ ਪਾਣੀ ਮਦਰਾ ਲਿਖੋ ਦਿੱਤਾ ਗਿਆ ਹੁੰਦਾ ਹੈ ਲੈ ਪ੍ਰੈਸ਼ਰ ਦਾ ਆ ਰਹੀ ਜਿਹੜਾ ਪ੍ਰੈਸ਼ਰ ਹਵਾ ਦਾ ਨਹੀਂ ਸਿਰਫ ਦੋ ਟੈਂਕੀ ਵਿੱਚ ਦੇ ਫਰੇਨ ਹੀ ਬ੍ਰੇਕਾਂ ਦੀ ਟੈਂਕੀ ਵਿੱਚ ਇੱਧ ਆ ਰਹੀ ਆ ਕੰਪਰੈਸਰ ਔਰ ਹਵਾ ਦੇ ਪ੍ਰੈਸ਼ਰ ਵਾਲਾ ਦੇਵੇ ਇਸ ਤਰ੍ਹਾਂ ਪਿਊ ਆਲ ਤੋਂ ਜ਼ਿਆਦਾ ਹੋਣਾ ਚਾਹੀਦਾ
ਕਾਲ ਤੋਂ ਸੇਲ ਵਿਕੋਲੀ ਮੋਲ ਤੋਂ ਕਾਰੀ ਕੋ ਜੇ ਗੱਡੀ ਕਾਰੀ ਕੋ ਹੋਵੇ ਤੇ ਕਹਿੰਦੇ ਜੇ ਗੱਡੀ ਕਾਰੀ ਕੋ ਹੋਵੇ ਪ੍ਰੈਸ਼ਰ ਜਿਹੜਾ ਹਵਾ ਦਾ ਸਰਬਤ ਹੋਈ ਵਿੱਚ ਦੀ ਫਰੇਮ ਵਿੱਚ ਆਹ ਜੇ ਹਵਾ ਵਾਲੀ ਹੈ ਇਹ ਜ਼ਿਆਦਾ ਆਲ ਤੋਂ ਹੋਣਾ ਚਾਹੀਦਾ ਸੇਲ ਵਿਕੋਲੀ ਮੋਲ ਤੋਂ ਕਾਰੀ ਕੋ ਜੇ ਗੱਡੀ ਬਹੁਤ ਜ਼ਿਆਦਾ ਕਾਰੀ ਕੋ ਹੋਵੇ ਤੇ ਦੇਖੋ ਪ੍ਰੈਸ਼ਰ ਜਿਹੜਾ ਨਾ ਉਹ ਰੈਗੂਲੇਟਰੀ ਪ੍ਰੈਸ਼ਰ ਹੋਣਾ ਤਾਂ ਹੋਵੇਗਾ ਠੀਕ ਹੈ ਇਹ ਨਹੀਂ ਗੱਡੀ ਕਾਰੀ ਕੋ ਹੈ ਤਾਂ ਪ੍ਰੈਸ਼ਰ ਜ਼ਿਆਦਾ ਪਾਉਣਾ ਪਵੇਗਾ ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਗੱਲ ਕਿ ਫਾਲਸ ਹੋਇਆ ਜਦ ਕਾਰੀ ਗੱਡੀ ਜ਼ਿਆਦਾ ਹੋਵੇਗੀ ਨਾ ਤਾਂ ਵੈਸੇ ਵੀ ਬ੍ਰੇਕਾਂ ਦੀ ਵੈਲਿਊ ਵੱਧ ਜਾਂਦੀ ਹੈ ਠੀਕ ਹੈ ਫਿਰ ਬ੍ਰੇਕ ਜਲਦੀ ਲੱਗਦੀ ਹੈ ਕਿਉਂਕਿ ਵਜ਼ਨ ਵੀ ਹੈਲਪ ਕਰਦਾ ਹੈ ਬ੍ਰੇਕ ਮਾਰਨ ਵਿੱਚ ਇਸ ਕਰਕੇ ਫਾਲਸ ਹੋ ਕਿਵੇਂ ਸਿਰਾ ਤੇ ਵਿਗੋਲੀ ਰੱਖਣ ਮੈਂ ਕੁਸ਼ਚਨ ਦੋ ਤਾਲ ਫਿਰ ਅੰਤਰੋ ਪਾਣੀ ਮੋ ਪਾਣੀ ਮਾਤੀ ਕੋ ਪਾਣੀ ਮਾਤੀ ਰਾਲੀ ਕੋ ਲੈ ਪ੍ਰੈਸ਼ਰ ਦਾ ਆ ਜਿਹੜਾ ਪ੍ਰੈਸ਼ਰ ਹਵਾ ਦਾ ਨਹੀਂ ਸਿਰ ਬਤੋ ਜਾਂ ਟੈਂਕੀ ਦਾ ਨਹੀਂ ਫਰੇਨੀ ਪਾਣੀ ਮਾਤੀ ਕੋਈ ਜੇ ਬ੍ਰੇਕਾਂ ਸਿਸਟਮ ਟਾਇਰਾਂ ਵਾਲਾ ਹੈ ਦੇ ਵੀ ਇਸ ਰਿਪਿਊ 1200 ਘੱਟ ਹੋਣਾ ਚਾਹੀਦਾ ਹੈ ਸੇਲ ਵਿਕੋਲੀ ਵਿਆਜਿਆ ਅਵੋ ਤੋਂ ਕਹਿੰਦੇ ਪ੍ਰੈਸ਼ਰ ਨੂੰ ਘੱਟ ਹੋਣਾ ਚਾਹੀਦਾ ਗੱਡੀ ਖਾਲੀ ਜਾਣ ਲੱਗੀ ਵਧੇ ਦੇਖੋ ਦੋਵੇਂ ਗੱਲਾਂ ਫਜ਼ੂਲ ਨੇ ਪ੍ਰੈਸ਼ਰ ਪ੍ਰੋਪਰ ਨਾਰਮਲ ਹੋਣਾ ਚਾਹੀਦਾ ਜਿਵੇਂ ਕਿ 8 ਬਾਰੇ ਹੋਣਾ ਚਾਹੀਦਾ ਜਿਵੇਂ ਮੈਂ ਟਰੱਕ ਦਾ ਦੇਖਿਆ ਸੀ ਔਰ 6 ਬਾਰੇ ਹੋਣਾ ਚਾਹੀਦਾ ਜਿਵੇਂ ਬਸ ਦਾ ਦੇਖਿਆ ਸੀ ਜਿੰਨਾ ਜਿਹਦਾ ਚਾਹੀਦਾ ਨਾ ਉਨਾ ਹੀ ਹੋਣਾ ਚਾਹੀਦਾ ਭਾਵੇਂ ਗੱਡੀ ਖਾਲੀ ਹੋਵੇ ਭਾਵੇਂ ਭਰੀ ਹੋਵੇ ਇਸ ਕਰਕੇ ਫਾਲਸ ਹੋ ਕਹਿੰਦੇ ਸੋ ਰਾਤ ਵਿਗੋਲੀ ਦਿੱਤਾ ਤੋ ਦੀ ਫਰਾਂ ਤੁਰਾ ਪਾਣੀ ਮਾਤੀ ਕੋ ਜਿਹੜੀ ਗੱਡੀ ਨੂੰ ਦਿੱਤਾ ਗਿਆ ਸਿਸਟਮ ਬ੍ਰੇਕਾਂ ਵਾਲਾ ਟਾਇਰਾਂ ਵਾਲਾ ਇਨਕਾਜ਼ ਦੀ ਪੈਰ ਦੀ ਤਾਂ ਦੀ ਪ੍ਰੈਸ਼ਨ ਹੈ ਦੀ ਉਹਨਾਂ ਸੈਸ਼ਨ ਹੈ ਇਨਕੇ ਜੇ ਪ੍ਰੈਸ਼ਰ ਖੋ ਦਿੰਦੇ ਇੱਕ ਸੈਸ਼ਨ ਦਾ ਜਿਹੜੇ ਪਿਆਂਦ ਫਿਰ ਪਿਆਂਦ ਦਾ ਇਹਦਾ ਰਹੀ ਆ ਕੰਪਰੈਸਾ ਪਿਆਂਦ ਜਿਹੜਾ ਆ ਰਹੀ ਆ ਕੰਪਰੈਸਾ ਵਾਲਾ ਹੈ ਇਲ ਫਰੇਨੋ ਆਟੋਮੈਟਿਕੋ ਬਲੋਕਾ ਇੰਸਟੈਂਟਾਨੀਅਮੈਂਟ ਅਤ ਵਿਗੋਲੀ ਕਹਿੰਦੇ ਜਿਹੜੇ ਇਹ ਫਰੇਨੋ ਆਟੋਮੈਟਿਕੋ ਜਿਹੜਾ ਉਹ ਬਲੋਕ ਕਰ ਦੇਗੀ ਅਚਾਨਕ ਗੱਡੀ ਨੂੰ ਇੰਟਰਨਮੈਂਟ ਹੁੰਦਾ ਅਚਾਨਕ ਦੇਖੋ ਅਚਾਨਕ ਗੱਡੀ ਬਲੋਕ ਹੋ ਜਾਣੀ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਵੀ ਠੀਕ ਹੈ ਜੇ ਰਿਮੋਰਕ ਲੱਥਦਾ ਨਾ ਤਾਂ ਉਹ ਅਚਾਨਕ ਬਲੋਕ ਹੁੰਦਾ ਹੈ ਇੱਕ ਗੱਡੀ ਨਹੀਂ ਅਚਾਨਕ ਬਲੋਕ ਹੁੰਦੀ ਇੱਦਾਂ ਕਿਸੇ ਚੀਜ਼ ਨਾਲ ਇਸ ਕਰਕੇ ਗਲਤੀ ਫਾਲਸ ਹੋਇਆ ਰਿਮੋਰਕ ਐਕਸੀਡੈਂਟਲੀ ਲੱਥ ਜਾਂਦਾ ਨਾ ਤਾਂ ਉਹਦੇ ਵਿੱਚ ਸਿਸਟਮ ਹੁੰਦਾ ਪ੍ਰੋਪਰ ਉਹਨੂੰ ਬਲੋਕ ਕਰਨ ਵਾਲਾ ਠੀਕ ਹੈ ਆਟੋਮੈਟਿਕਲੀ ਕਹਿੰਦੇ ਫਰਨਾਂ ਦੀ ਜਿਹੜੇ ਬ੍ਰੇਕਾਂ ਸਿਸਟਮ ਹੈ ਆਹਰੀ ਕੰਪਰੈਸ ਵਾਲਾ ਸਾਨੂੰ ਦਿੱਤਾ ਦਿੱਤੀ ਹੋਣਾ ਸਰਬਤ ਹੋਈ ਆ ਇਹਨੂੰ ਕੀ ਸਰਬਤ ਹੋਈ ਦਿੱਤੀ ਗਈ ਦਲਾ ਰਹੀ ਆ ਹਵਾ ਵਾਲੀ ਪਰ ਊਂ ਨਹੀਂ ਰੋਤ ਹਰ ਟਾਇਰ ਲਈ ਕਹਿੰਦੇ ਵੀ ਸਰਬਤ ਹੋਈ ਆ ਦਲਾ ਰਹੀ ਆ ਦਿੱਤੀ ਗਈ ਹੋਵੇਗੀ ਹਰ ਇੱਕ ਟਾਇਰ ਲਈ ਗਲਤ ਕਹਿੰਦੇ ਫਾਲਸ ਹੈ ਸਰਬਤ ਹੋਈ ਟੈਂਕੀ ਨਹੀਂ ਦਿੱਤੀ ਗਈ ਹਵਾ ਵਾਲੀ ਹਰ ਇੱਕ ਟਾਇਰ ਲਈ ਕਰਕੇ ਫਾਲਸ ਹੋ ਨਾਲੇ ਪਿੰਦੇ ਫਿਰ ਫਰਨਾਂ ਦੀ ਆ ਰਹੀ ਆ ਜਿਹੜਾ ਬ੍ਰੇਕਾਂ ਸਿਸਟਮ ਹਵਾ ਵਾਲਾ ਕੰਪਰੈਸ ਹੋ ਰਹੇ ਇਹ ਕੰਦੂਚਿਆਂ ਤੇ ਰੈਗੂਲਰ ਪ੍ਰੈਸ਼ਰ ਹੋਣ ਦਾ ਆ ਰਹੀ ਆ ਕਹਿੰਦੇ ਡਰਾਈਵਰ ਰੈਗੂਲਰ ਕਰਦਾ ਪ੍ਰੈਸ਼ਰ ਹਵਾ ਦਾ ਜਾਂ ਫਰੰਟੋਰਾ ਸਰਵੀਜੋ ਬ੍ਰੇਕ ਫਰੇਨ ਸਰਵੀਜੋ ਨੂੰ ਤੇਰਮੀ ਤੋਂ ਉਹਨਾਂ ਅਪੋਜ ਤੋਂ ਮਨੇਤੀਨੋ ਪੋਸਟੋ ਸੁਕਰਸਕੂ ਤੋਂ ਕਹਿੰਦੇ ਸਪੈਸ਼ਲ ਮਨੇਤੀਨੋ ਦੇ ਨਾਲ ਜਿਹੜਾ ਡੈਸ਼ਬੋਰਡ 'ਤੇ ਹੁੰਦਾ ਹੈ ਗੱਲ ਕਹਿੰਦੇ ਫਾਲਸ ਹੋਇਆ ਪ੍ਰੈਸ਼ਰ ਦਾ ਆ ਰਹੀ ਹੈ ਕਹਿੰਦੇ ਨੇ ਬ੍ਰੇਕਾਂ ਦਾ ਪ੍ਰੈਸ਼ਰ ਜਿਹੜਾ ਪ੍ਰੈਸ਼ਰ ਦੇ ਲਈ ਕੋਈ ਮਨੇਤੀਨੋ ਨਹੀਂ ਲੱਗਿਆ ਹੁੰਦਾ ਵੀ ਇਹਦੇ ਨਾਲ ਪ੍ਰੈਸ਼ਰ ਤੁਸੀਂ ਅਗਰ ਰੈਗੂਲਰ ਕਰਨਾ ਜਾਂ ਨਹੀਂ ਕਰਨਾ ਉਹ ਰੈਗੂਲੇਟਰੀ ਪ੍ਰੈਸ਼ਰ ਹੋਣ ਦਾ ਆਪਣਾ ਕੰਮ ਹੁੰਦਾ ਇਸ ਕਰਕੇ ਇਹਦੇ ਦੀ ਕੋਈ ਚੀਜ਼ ਜਾਂ ਐਲੀਮੈਂਟ ਨਹੀਂ ਹੁੰਦਾ ਗੱਲ ਕਹਿੰਦੇ ਫਾਲਸ ਹੋਇਆ ਡੈਸ਼ਬੋਰਡ ਤੇ ਤਾਂ ਕੋਈ ਚੀਜ਼ ਨਹੀਂ ਕਹਿੰਦੇ ਸੋ ਆਤੀ ਵਿਗੋਲੀ ਦਿੱਤਾ ਤੋ ਦੀਫਰੈਂਟ ਤੁਰਾ ਪਾਣੀ ਮਾਤੀ ਕੋ ਜਿਹੜੀ ਗੱਡੀ ਨੂੰ ਦਿੱਤਾ ਕਹਿੰਦਾ ਬ੍ਰੇਕਾਂ ਸਿਸਟਮ ਟਾਇਰਾਂ ਵਾਲਾ ਉਹ ਪਾਣੀ ਮਾਦ ਰੈਲੀ ਕੋ ਜਾਂ ਪਾਣੀ ਮਾਦ ਰੈਲੀ ਕੋ ਦਿੰਦਾ ਸੈਕੋਂਡਾ ਦਾ ਲਫਰ ਦਾ ਫਰੇਨਾਂ ਤੇ ਇਹਦੇ ਮੁਤਾਬਿਕ ਜਿਹੜਾ ਫੋਰ ਦਾ ਫਰੇਨਾਂ ਤੇ ਚਾਹੀਦਾ ਜਿਹਨੇ ਤੱਕ ਚਾਹੀਦੇ ਰਿਕੇਸਤਾ ਜਿਹਨੇ ਕਿ ਚਾਹੀਦੀ ਹੈ ਜਾਨੀ ਕਿ ਜਿਹਨਾਂ ਰਿਕੇਸਤਾ ਵੇ ਜਿਹਨਾਂ ਪੁੱਛਦੇ ਨੇ ਆਉਟਿਸਤਾ ਪੋ ਸਲੈਕਸ਼ਨਾਰੇ ਮੋਦਲੀਤਾ ਦੀ ਫਰੇਨਾਂ ਤੇ ਕੰਟੀਨਿਊ ਉਹ ਕੁਆਲੇ ਮੁਦਰਾ ਵੀ ਕਹਿੰਦੇ ਡਰਾਈਵਰ ਚਾਹੇ ਤਾਂ ਉਹ ਸਿਲੈਕਟ ਕਰ ਸਕਦਾ ਹੈ ਫਰੇਨ ਉਹ ਕੰਟੀਨਿਊ ਚਾਹੀਦੀ ਔਰ ਮੁਦਰਾ ਵੀ ਚਾਹੀਦੀ ਹੈ ਗੱਲ ਕਿ ਫਾਲਸ ਹੋਇਆ ਇੱਦਾਂ ਦੀ ਕੋਈ ਐਲੀਮੈਂਟ ਜਾਂ ਇੱਦਾਂ ਦਾ ਕੋਈ ਚੀਜ਼ ਆਉਟਿਸਤਾ ਦੇ ਸਿਲੈਕਟ ਕਰਨ ਲਈ ਨਹੀਂ ਹੁੰਦੀ ਹੈ ਇਸ ਕਰਕੇ ਗੱਲ ਕਿ ਫਾਲਸ ਹੋਇਆ ਡਰਾਈਵਰ ਜਿਹੜੀ ਦਬਾਣੀ ਹੁੰਦੀ ਹੈ ਨਾ ਬ੍ਰੇਕ ਉਹ ਹੁੰਦੀ ਹੈ ਉਹ ਤੁਬੋ ਮੁਦਰਾ ਵੀ ਲਿਆ ਗਿਆ ਕੰਮ ਕਰਦੀ ਹੈ ਇਸ ਕਰਕੇ ਇਹਦੇ ਨਾਲ ਇੱਦਾਂ ਕੋਈ ਤਲਕ ਨਹੀਂ ਹੈ ਫਾਲਸ ਹੋਇਆ ਠੀਕ ਹੈ ਇਹ ਕਹਿੰਦੇ ਨੇ ਪਏ ਲੀ ਐਲੀਮੈਂਟ ਫਿਰ ਨਾਲ ਜਿਹੜੇ ਬ੍ਰੇਕਾਂ ਦੇ ਐਲੀਮੈਂਟ ਨੇ ਜੇ ਐਲੀਮੈਂਟ ਫਿਰ ਮੰਨ ਦੇ ਵਿਗੋਲੀ ਸਰਦਾ ਵਿਗੋਲੀ ਸਰਦਾ ਲਈ ਜਿਹੜੀ ਰੋਡ 'ਤੇ ਚੱਲਣ ਦੀ ਗੱਡੀ ਜਿਹੜੀ ਆਪਣਾ ਜਿਹਦੇ ਐਲੀਮੈਂਟ ਜਿਹੜੇ ਬ੍ਰੇਕਾਂ ਦੇ ਨੇ ਪੁੱਛ ਸੁਣ ਇਸ ਰੇਤੀ ਪੋ ਤੰਬੂਰੇ ਇਹ ਤੰਬੂਰੀ ਟਾਈਪ ਦੇ ਹੋ ਸਕਦੇ ਗਨਾਸ਼ੇ ਟਾਈਪ ਦੇ ਹੋ ਸਕਦੇ ਦਿੱਤਾ ਤੋ ਗੁਰਨਸ਼ੂਨੇ ਦੀ ਤਰੀ ਤੋਂ ਫੈਰ ਦੋ ਔਰ ਗੁਰਨਸ਼ੂਨੇ ਦੀ ਤਰੀ ਤੋਂ ਫੈਰ ਦੋ ਦਿੱਤੀ ਗਈ ਹੋ ਸਕਦੀ ਹੈ ਠੀਕ ਹੈ ਦਰੁਸਤ ਕਿਵੇਂ ਵਿਵੇਰ ਹੋਇਆ ਗੁਰਨਸ਼ੂਨੇ ਦੀ ਤਰੀ ਤੋਂ ਜਿਹੜਾ ਇਹ ਗੱਲ ਮੈਂ ਦੋਵੇਂ ਦਿੱਤੀ ਹੋਈ ਹੁੰਦੀ ਹੈ ਜਿਹੜੇ ਉਹ ਪਿਸਤੀਲੀ ਹੁੰਦੀਆਂ ਨਾ ਡਿਸਕੋ ਹੁੰਦੀਆਂ ਉਹਦੇ ਵਿੱਚ ਵੀ ਔਰ ਤੰਬੂਰੀ ਗਨਾਸ਼ੇ ਇਹ ਅੱਗੇ ਇੱਕ ਐਲੀਮੈਂਟ ਹੁੰਦਾ ਦੋਵਾਂ ਚੋਂ ਗਨਾਸ਼ ਇਹਦੇ ਤੋਂ ਪਹਿਲੇ ਲੱਗੇ ਹੁੰਦਾ ਇਹ ਕਰ ਲਓ ਇੱਕ ਰਬੜ ਦਾ ਜਿਹੜਾ ਐਲੀਮੈਂਟ ਹੁੰਦਾ ਇਹ
ਪਾਣੀ ਪੂਣੀ ਪੈ ਜਾਵੇ ਤਾਂ ਵੀ ਕੰਮ ਕਰਨਾ ਛੱਡ ਦਿੰਦਾ ਹੈ, ਗਰਮ ਹੋ ਜਾਵੇ ਤਾਂ ਵੀ ਕੰਮ ਕਰਨਾ ਛੱਡ ਦਿੰਦਾ ਹੈ, ਠੀਕ ਹੈ, ਅਤੇ ਇਹ ਬਟਨ ਦੇ ਤੌਰ 'ਤੇ ਕਰ ਲਓ ਯੂਜ਼ ਹੁੰਦਾ, ਠੀਕ ਹੈ। ਕਿੰਨੇ ਐਲੀਮੈਂਟ ਫਿਰ ਆਉਣ ਜਿਹੜੇ ਬ੍ਰੇਕਿੰਗ ਸਿਸਟਮ ਹੈ ਸਰਦਾ ਵਾਲੀ, ਇਹ ਵੀ ਕੋਈ ਸਰਦਾ ਵਾਲੀ ਬਹੁਤ ਸੋਹਣਾ ਹੈ, ਸਰਦਲ ਚਿਪ ਹੋ ਦਿਸ ਕੋ ਡਿਸਕ ਟਾਈਪ ਜਿਹੜੀ ਹੁੰਦੀ ਹੈ, ਇਹ ਪੈਸਟੀਲੀ ਦੋ ਤਾਂ ਗੁਰਨਸ਼ੀ ਨੂੰ ਯਤਰੀ ਤੋਂ ਫੈਰੇ ਦੋ, ਕਹਿੰਦੇ ਪੈਸਟੀਲੀ ਦਿੱਤੀ ਗਈ ਉਹ ਗੁਰਨਸ਼ੀ ਨੂੰ ਯਤਰੀ ਤੋਂ ਫੈਰੇ ਦੋ ਦਿੱਤੀ ਗਈ ਉਸ ਦਿਨ ਦੁਰਸ ਕੰਪੇਅਰ ਹੋਇਆ। ਇਹ ਐਲੀਮੈਂਟ ਫਿਰ ਇਹਨਾਂ ਦੀ ਵੀ ਗੋਲੀ ਇਸ ਤਰ੍ਹਾਂ ਦਾ ਲਈ, ਜਿਹੜੀ ਐਲੀਮੈਂਟ ਹੁੰਦੇ ਬ੍ਰੇਕਾਂ ਦੇ ਰੋਡ ਵਾਲੀ ਗੱਡੀ ਦੇ, ਠੀਕ ਹੈ। ਪੇਜ਼ਾਂ ਦੀ ਭਾਰੀ ਗੱਡੀ ਦੇ ਸੋਨੋ ਦੀ ਧੀਪੋ ਦੀ ਐਦਰੀ ਤੋਂ, ਕਹਿੰਦੇ ਐਤਰੀ ਤੋਂ ਰਗੜ ਵਾਲੇ ਟਾਈਪ ਦਿੰਦੇ, ਠੀਕ ਹੈ, ਜੇ ਰਗੜ ਬਣਾਉਂਦੇ ਦੁਰਸ ਕੰਪੇਅਰ ਹੋਇਆ ਵੀ। ਅਗੇ ਕਹਿੰਦੇ ਨੇ ਬੇ ਐਲੀਮੈਂਟ ਫਿਰ ਇਹਨਾਂ ਦੀ ਦੀ ਵਿਗੋਲੀ ਪੋਸਣ ਹੈ ਵੇਰੇ ਪ੍ਰੋਬਲਮ ਹੀ, ਕਹਿੰਦੇ ਇਹਨਾਂ ਨੂੰ ਪੋਸਣ ਵੇਰੇ ਪ੍ਰੋਬਲਮ, ਇਹਨਾਂ ਨੂੰ ਪ੍ਰੋਬਲਮ ਹੋ ਸਕਦੀ ਦੀ ਸੀਰੂਸ ਕਾਲਮੈਨ ਤੋਂ ਵੀ ਗਰਮ ਹੋ ਜਾਣਾ, ਇਹਨਾਂ ਦੀ ਪ੍ਰੋਬਲਮ ਹੋ ਸਕਦੀ ਹੈ, ਜਾਂ ਇਹ ਪ੍ਰੋਬਲਮ ਹੋ ਸਕਦੀ ਇਹਨਾਂ ਨੂੰ ਦੁਰਸ ਕੰਪੇਅਰ ਵੇਰ ਹੋਇਆ, ਮੈਂ ਹੁਣੇ ਤੁਹਾਨੂੰ ਦੱਸ ਰਿਹਾ ਸੀ। ਐਲੀਮੈਂਟ ਫਿਰ ਇਹਨਾਂ ਜਿਹੜੇ ਗਰਮ ਐਲੀਮੈਂਟ ਦੇ ਬ੍ਰੇਕਾਂ ਦੇ ਦੀ ਵਿਗੋਲੀ ਟ੍ਰਾਂਸਫੋਰਮਾਂ ਨੂੰ ਐਨਰਜੀ ਚੈਂਤੀ ਕਾ ਪੋਸੇ ਦੂਤਾ ਦੇ ਲੈ ਵਿਕੋਲੋ ਇਨ ਕਲੋਰੇ ਦਾ ਦਿਸ ਪੈਰ ਦੇ ਰੇ ਇਨ ਐਟਮੋਸਫੇਰਾ, ਕਹਿੰਦੇ ਪਏ ਟ੍ਰਾਂਸਫਰ ਕਰਦੀ ਐਨਰਜੀ ਚੈਂਤਿਕਾ ਨੂੰ, ਐਨਰਜੀ ਚੈਂਤਿਕ ਹੁੰਦੀ ਜਿਹੜੀ ਸਪੀਡ ਗਤੀ ਦੀ ਤਾਕਤ ਹੁੰਦੀ, ਜਿਹੜੀ ਗੱਡੀ ਨੂੰ ਸਪੀਡ ਕਰਾਉਂਦੀ ਹੈ, ਚਲਾਉਂਦੀ ਹੈ, ਤੋੜਦੀ ਹੈ, ਠੀਕ ਹੈ, ਕਿਉਂਕਿ ਬ੍ਰੇਕਾਂ ਨੇ ਕੀ ਕਰਨਾ ਇਹਨੂੰ ਕਨਵਰਟ ਕਰਨਾ ਹੁੰਦਾ ਰੋਕਣ ਦੀ ਤਾਕਤ ਵੀ, ਅਤਰੀਤੋ ਦੀ ਤਾਕਤ ਵੀ, ਰਗੜ ਦੀ ਤਾਕਤ ਵੀ, ਠੀਕ ਹੈ। ਕਿੰਨੇ ਪਏ ਰਿਮੇਂਦਰ ਇਹਨਾਂ ਦੀ ਜਿਹੜਾ ਟ੍ਰਾਂਸਫੋਰਮਰ ਐਨਰਜੀ ਚੈਂਤਿਕਾ, ਐਨਰਜੀ ਚੈਂਤਿਕਾ ਨੂੰ ਟ੍ਰਾਂਸਫਰ ਕਰਦੇ ਨੇ, ਜਾਣੀ ਕਿ ਤਬਦੀਲ ਕਰਦੇ ਨੇ ਰੋਕਣ ਦੀ ਤਾਕਤ ਵਿੱਚ, ਪਰ ਉਸੇ ਦੁੱਧ ਦਲ ਵੀ ਕੋਲ ਗੱਡੀ ਦੇ ਇਨ ਕਲੋਰ ਹੈ ਕਿ ਦਿਸ ਪੈਰ ਦਰੇ ਇਨ ਐਟਮੋਸਫੇਅਰ ਵਾ, ਇਹ ਪੈਰ ਦਰੇ ਆਪਣਾ ਕੰਮ ਕਰਨਾ ਛੱਡ ਸਕਦੇ ਹਨ ਕੇਸ ਜਾਂ ਐਟਮੋਸਫੇਅਰ ਮੌਸਮ ਦੇ ਹਿਸਾਬ ਨਾਲ, ਠੀਕ ਹੈ, ਮਾਹੌਲ ਦੇ ਹਿਸਾਬ ਨਾਲ ਦਰੁਸ ਕੰਪੇਅਰ ਹੋਇਆ। ਕਿੰਨੇ ਰਿਮੈਂਦੀ ਫਿਰ ਇਹਨਾਂ ਦੀ ਪੋਸਣ ਹੈ ਸਰ ਦੀਪੋ ਦਿਸਕੋ ਗਨਾਸ਼ੇ, ਦਿਸਕੋ ਵੀ ਹੋ ਸਕਦੀਆਂ ਗਨਾਸ਼ੇ ਵੀ ਹੋ ਸਕਦੀਆਂ ਨੇ, ਦੇਖੋ ਜੇ ਦਿਸਕੋ ਹੋਵੇਗੀ ਨਾ ਤੈਨੂੰ ਕੀ ਲੱਗੇਗਾ, ਡਿਸਕੋ ਨੂੰ ਪਸਤੀਲੀ ਲੱਗਦੀ ਹੈ ਕਿ ਗਨਾਸ਼ੇ ਲੱਗਦੇ ਨੇ, ਜਿਹੜੀ ਡਿਸਕ ਬ੍ਰੇਕ ਹੋਵੇਗੀ ਉਹਨੂੰ ਪਸਤੀਲੀਆਂ ਲੱਗਣਗੀਆਂ ਕਿ ਗਨਾਸ਼ੇ ਲੱਗਣਗੇ, ਗਨਾਸ਼ੇ ਨੇ ਲੈਦਰ ਲੈਦਰ ਬ੍ਰੇਕ ਜਿਹੜੀ ਹੈ ਨਾ ਉਹ ਪਸਤੀਲੀਆਂ ਲੱਗਣੀਆਂ ਭਰਾਵੋ, ਜਿਹੜੀ ਲੈਦਰ ਹੈ ਗਨਾਸ਼ੇ ਨਾ ਉਹਨੂੰ ਤੰਬੂ ਨਹੀਂ ਲੱਗਣੇ ਚਾਹੀਦੇ ਸੀ, ਕਹਿੰਦੇ ਤੁਸੀਂ ਤਾਂ ਗਰਨੇਸ਼ੀਆਂ ਦੇ ਤਰੀਕ ਤੋਂ ਫੈਰ ਦੋ, ਦੇਖੋ ਪਸਤੀਲੀਆਂ ਹੋਣੀ ਚਾਹੀਦੀ ਸੀ ਇਸ ਕਰਕੇ ਫਾਲਸ ਹੋ ਲੈਲੀ ਮਿਹਨਤੀ ਬਰਾਬਰ ਸਿਮਰਨ ਸ਼ਾਬਾਸ਼ ਲੈਲੀਮੈਂਟ ਫਿਰ ਇਹਨਾਂ ਪੋਸਣ ਹੈ ਸਰ ਦੀਪ ਗਨਾਸ਼ੇ ਗਨਾਸ਼ੇ ਪਸਤੀਲੀ ਗਨਾਸ਼ੇ ਪਸਤੀਲੀ ਨਹੀਂ ਗਨਾਸ਼ੇ ਔਰ ਤੰਬੂਰੀ ਹੋਣਾ ਚਾਹੀਦਾ ਸੀ, ਠੀਕ ਹੈ, ਦਿੱਤਾ ਤੀ ਗੁਰਨਸ਼ੀ ਨੇ ਤਰੀ ਤੋਂ ਇਹ ਵੀ ਗਲਤ ਹੋ ਗਿਆ ਕਿਉਂਕਿ ਗਨਾਸ਼ੇ ਦੇ ਨਾਲ ਪਸਤੀਲੀਆਂ ਦਾ ਕੋਈ ਜੋੜ ਨਹੀਂ ਹੈ, ਫਾਲਸ ਹੋਇਆ ਲੈਲੀਮੈਂਟ ਫਿਰ ਇਹਨਾਂ ਦੀ ਬਰਾਬਰ ਬਰਾਬਰ ਫਿਰ ਤੈਨੂੰ ਤਾਂ ਪਤਾ ਹੋਣਾ ਲੈਲੀਮੈਂਟ ਫਿਰ ਇਹਨਾਂ ਦੀ ਜਿਹੜੀ ਬ੍ਰੇਕਿੰਗ ਸਿਸਟਮ ਹੈ ਦੇ ਵਿਕੋਲੀ ਪੋਸਣ ਹੈ ਵੇਰੇ ਪ੍ਰੋਬਲਮ ਇਹਦੀ ਐਚ ਸੀਵਾ ਵੈਂਟੀਲਾਜੀਓ ਨੇ, ਕਹਿੰਦੇ ਵੈਂਟੀਲੇਸ਼ਨ ਦਾ ਕਹਿੰਦੇ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਨੂੰ, ਗਲਤ ਕਹਿੰਦੇ ਵਿਵਾਦ ਹੋਇਆ ਯਾਰ ਵੈਂਟੀਲੇਸ਼ਨ ਦਾ ਹਵਾ ਦਾ ਗੁਜ਼ਰ ਵਗੈਰਾ ਹੋਵੇ ਤਾਂ ਉਹਦੇ ਨਾਲ ਕੀ ਪ੍ਰੋਬਲਮ ਹੋ ਸਕਦੀ ਹੈ, ਉਹਦੇ ਬ੍ਰੇਕਾਂ ਨੂੰ ਉਹ ਫੋਰੋ ਵਗੈਰਾ ਸੁਰਾਖ ਵਗੈਰਾ ਰੱਖੇ ਹੁੰਦੇ ਟਾਇਰਾਂ ਵਿੱਚ ਵੀ ਹਵਾ ਲੱਗੇ ਬ੍ਰੇਕਾਂ ਦੇ ਐਲੀਮੈਂਟ ਠੰਡੇ ਹੋ ਸਕਣ, ਉਹਦਾ ਇਹਦੇ ਨਾਲ ਤਾਂ ਲੱਗਣੀ ਹੈ ਵੀ, ਠੀਕ ਹੈ, ਜੇ ਨਾ ਵੀ ਸੁਰਾਖ ਰੱਖੇ ਹੋਣ ਮਕਸਦ ਇਹ ਹੈ ਕਿ ਉਹਦੇ ਨਾਲ ਪ੍ਰੋਬਲਮ ਥੋੜ੍ਹੀ ਹੋਣੀ ਸੀ ਅਗਰ ਫਾਲਸ ਹੋਇਆ ਐਲੀਮੈਂਟ ਫਿਰ ਇਹਨਾਂ ਦੀ ਦੇਵੀ ਗੋਲੀ ਸਰਦਾਰ ਜਿਹੜੀ ਰੋਡ ਵਾਲੀ ਗੱਡੀ ਜਿਹੜੇ ਐਲੀਮੈਂਟ ਬ੍ਰੇਕਾਂ ਦੇ ਐਲੀਮੈਂਟ ਨੇ ਫਜ਼ਾਂਤੀ ਦੇ ਸੋਨੋ ਦੈਲ ਤੀਪੋ ਇਲੈਕਟ੍ਰੋਮੈਗਨੈਟਿਕੋ, ਕਹਿੰਦੇ ਬਿਜਲੀ ਵਾਲੇ ਹੋ ਸਕਦੇ ਇਲੈਕਟ੍ਰੋਮੈਗਨੈਟਿਕ ਉਸ ਟਾਈਪ ਦੇ ਹੋ ਸਕਦੇ, ਇਲੈਕਟ੍ਰੋਮੈਗਨੈਟਿਕੋ ਟਾਈਪ ਦੇ ਨਹੀਂ ਹੋ ਸਕਦੇ, ਇਸ ਕਰਕੇ ਫਾਲਸ ਹੋਇਆ ਵਿਕੋ ਸਰਦਾ ਲਈ ਮਾਸ ਕੰਪਲੈਸੀ ਵਾ ਪੈਨੋ ਕਾਰੀ ਕੋ ਸੁਪਰੀਅਰ ਸਾਡੇ ਸਤਾਂ ਜਿਹੜੀਆਂ ਹੈ ਦੇਵੋ ਨਾ ਇਸ ਰਜ਼ਾ ਅਤੇ ਐਲੀਮੈਂਟ ਫਿਰ ਨਾ ਦੀ ਲਾਜ਼ਮੀ ਇਹਨਾਂ ਨੂੰ ਦਿੱਤਾ ਗਿਆ ਬ੍ਰੇਕਾਂ ਸਿਸਟਮ ਰਫਰਿਜਰਾਟ ਅਤੇ ਲਿਕਵਿਡੋ ਜਿਹੜਾ ਠੰਡਾ ਹੋਵੇ ਲਿਕਵਿਡ ਦੇ ਨਾਲ, ਬਿਲਕੁਲ ਫਜ਼ੂਲ ਗੱਲ ਕੀਤੀ ਨੇ, ਕਦੇ ਸੁਣਿਆ ਕਿ ਕੋਈ ਬ੍ਰੇਕਾਂ ਦੇ ਸਿਸਟਮ ਹੋਣ ਜਿਹਦਾ ਜਿਹੜੇ ਲਿਕਵਿਡ ਨਾਲ ਠੰਡੇ ਹੁੰਦੇ ਹੋਣ, ਬਾਹਰੋਂ ਟੈਪ ਦੇ ਵਿੱਚ ਤਰਾਂ ਤਰੁਕ ਰੱਖੇ ਜਾਂਦੇ ਨੇ ਬਾਬੂ ਫਿਰਦੀ ਰਹੇ, ਇਹ ਲਿਕਵਿਡ ਵਾਲਾ ਕੋਈ ਚੱਕਰ ਨਹੀਂ ਸਰ ਫਾਲਸੋ। ਇਹ ਵੀ ਕੋਈ ਸਰਦਾਰ ਜਿਹੜੀ ਗੱਡੀਆਂ ਰੋਡ ਵਾਲੀਆਂ ਦੀ ਮਾਸਾ ਕੰਪਲੈਸੀ ਵਾਪੇ ਨੂੰ ਕਾਰੀ ਕੋ ਜਿਹੜਾ ਤਾਂ ਪਤਾ ਮਾਸਾ ਕੰਪਲੈਸੀ ਵਾਪੇ ਨੂੰ ਕਾਰੀ ਕੋ ਹੈ ਸੁਪਰੀ ਸਾਡੇ ਤਨ ਨੋਮ ਪੋਸਣ ਐਸੇ ਰੇ ਦੋ ਤਾਂ ਦੀ ਦੀ ਐਲੀਮੈਂਟ ਫਿਰ ਨਾ ਦੀ ਬ੍ਰੇਕਾਂ ਸਿਸਟਮ ਨਹੀਂ ਦਿੱਤਾ ਗਿਆ ਉਸਦਾ ਆਟੋ ਵੈਂਟੀਲਾਂ ਦੀ ਜਿਹੜੀ ਆਟੋ ਵੈਂਟੀਲਾਂ ਦੀ ਜਾਣੀ ਕਿ ਆਟੋ ਉਹਨਾਂ ਨੂੰ ਹਵਾ ਵਗੈਰਾ ਮਿਲਦੀ ਹੋਵੇ ਦੇ, ਪਰ ਪੈਰੀਕਲੋ ਦੀ ਰਿਤੂਰਾ ਦਲਦੀ ਸਕੋ ਵੀ ਖਤਰਾ ਹੋ ਸਕਦਾ ਟੁੱਟਣ ਦਾ ਦਿਸਦਾ,
ਗਲਤ ਫਾਲਸ ਹੈਗਾ, ਸਾਰੇ ਜਿਹੜੇ ਹੁੰਦੇ ਨੇ ਟਾਇਰ ਜਿਹੜੇ ਹੁੰਦੇ ਨਾ, ਜਨਰਲੀ ਉਹਨਾਂ ਵਿੱਚ ਸੁਰਾਖ ਜਿਹੇ ਹੁੰਦੇ ਨੇ, ਫੋਰ ਹੁੰਦੀਆਂ ਨੇ, ਯਾਨੀ ਕਿ ਇਸ ਵਾਸਤੇ ਹੁੰਦੀਆਂ ਨੇ, ਇਹਨਾਂ ਦਾ ਮਕਸਦ ਇਹ ਹੁੰਦਾ ਕਿ ਹਵਾ ਜਿਹੜੀ ਫਿਰਦੀ ਰਹੇ ਵਿੱਚ, ਨਹੀਂ ਸਿਰ ਕੇ ਫਾਲਸ। ਕਹਿੰਦੇ ਫਨ ਪਾਰਟ ਇਜ਼ ਫ੍ਰੇਨੋ, ਕਹਿੰਦੇ ਬ੍ਰੇਕ ਦਾ ਪਾਰਟ ਹੁੰਦੇ ਨੇ ਡਿਸਕੋ, ਫਿਰ ਬ੍ਰੇਨ ਦਾ ਡਿਸਕੋ ਦਾ ਪਾਰਟ ਹੁੰਦਾ ਜਿਹਨਾਂ ਤੋਂ ਗੋਲੀ ਕੱਢੀ ਦੇ, ਉਹਨਾਂ ਡਿਸਕੋ ਡਿਸਕੋ ਮੈਟਾਲੀ ਕੋਈ ਮੈਟਾਲੀ ਮੈਟਲ ਦੀ ਡਿਸਕ ਹੁੰਦੀ ਹੈ ਕਿ ਜੀਰਾ ਸੋਲੀਦਾਲੇ ਕੋਨ ਰੋਤਾ, ਜਿਹੜੀ ਕਿ ਘੁੰਮਦੀ ਹੈ ਸੋਲਡੀ ਟਾਇਰ ਦੇ ਨਾਲ, ਦਰੁਸਤ ਕਿਵੇਂ ਬਿਹੇਵੀਅਰ ਹੋਇਆ। ਜਿਹੜੀ ਡਿਸਕੋ ਡਿਸਕ ਬ੍ਰੇਕ ਹੁੰਦੀ ਜਿਹੜੀ, ਉਹਦੇ ਵਿੱਚ ਇੱਕ ਵੱਡੀ ਡਿਸਕ ਪਈ ਹੁੰਦੀ ਹੈ, ਤੁਸੀਂ ਆਮ ਤੌਰ 'ਤੇ ਮੋਟਰਸਾਈਕਲਾਂ ਦੇ ਬਾਹਰ ਅਗਲੇ 'ਤੇ ਪਈ ਹੁੰਦੀ ਹੈ ਨਾ, ਉਹ ਤਾਂ ਆਰਾਮ ਨਾਲ ਦੇਖੀ ਹੋਣੀ ਹੈ, ਅਤੇ ਗੱਡੀਆਂ ਨਾ ਵੀ ਦੇਖੋ ਬਿਹੇਵੀਅਰ ਹੋਇਆ। ਕਹਿੰਦੇ ਇਹ ਫਨ ਪਾਤੇ ਦੇ ਰਹੀ ਡਿਸਕੋ ਦੀ ਅੱਤ ਵਿਗੋਲੀ, ਕਹਿੰਦੇ ਪਾਰਟ ਬਣਦੇ ਨੇ ਫਨ ਪਾਰਟ ਇਹ ਪਾਤੇ ਦਰ ਫਰੇਨੋ ਆ ਡਿਸਕੋ, ਕਹਿੰਦੇ ਫਰੇਨੋ ਡਿਸਕੋ ਦਾ ਪਾਰਟ ਹੁੰਦੇ ਨੇ ਦੀ ਅੱਤ ਵਿਗੋਲੀ ਗੱਡੀ ਦੇ। ਉਹਨਾਂ ਪਿੰਜ਼ਾ, ਇੱਕ ਪਿੰਜ਼ਾ ਹੁੰਦਾ ਹੈ ਕਿ ਕੰਟੇਨੀ ਲੈ ਐਲੀਮੈਂਟੀ ਅਤਰੀਤੋ, ਇੱਕ ਪਿੰਜੇਤਾ ਹੁੰਦਾ ਹੈ ਜਿਹੜਾ ਕਿ ਰਗੜ ਲਗਾਉਣ ਵਾਲੇ ਐਲੀਮੈਂਟਾਂ 'ਤੇ ਲੱਗਿਆ ਹੁੰਦਾ ਹੈ ਪਿਸਤੀਲੀਆਂ ਦੇ। ਤੈਰਵੀ ਤਾਂ ਉਹਨਾਂ ਸਿਸਟਮ ਹਾਈਡ੍ਰੋਲਿਕੋ, ਇੱਕ ਸਿਸਟਮ ਹਾਈਡ੍ਰੋਲਿਕੋ ਦੇ ਨਾਲ ਇਹ ਕਨੈਕਟਡ ਹੁੰਦੇ ਨੇ। ਪਰਮੇਤੇ ਸਟ੍ਰਿੰਜਰੇ ਫੋਰਟਾਮੈਂਟੇ ਡਿਸਕੋ, ਜਿਹੜਾ ਕਿ ਘੁੱਟਦੇ ਨੇ ਜ਼ੋਰ ਦੇ ਨਾਲ ਡਿਸਕ ਨੂੰ ਦੁਰੰਤ ਫਰੇਨਾਤੂਰਾ, ਬ੍ਰੇਕਾਂ ਮਾਰਨ ਦੇ ਦੌਰਾਨ, ਦੁਰੁਸਤ ਕਹਿੰਦੇ ਬਿਹੇਵੀਅਰ ਆ, ਉਹ ਘੁੱਟਣਗੇ ਡਿਸਕ ਨੂੰ ਅਤੇ ਤਾਂ ਹੀ ਡਿਸਕ ਬ੍ਰੇਕ ਅਮਲ ਵਿੱਚ ਆਏਗੀ ਨਾ। ਫਨ ਪਾਰਤੇ ਦਲ ਫਰੇਨੋ ਡਿਸਕੋ, ਕਹਿੰਦੇ ਫਰੇਨੋ ਡਿਸਕੋ ਦਾ ਪਾਰਟ ਹੁੰਦੇ ਨੇ ਪਿਸਤਨ ਚੀਨੀ। ਦੇਖੋ ਪਿਸਤਨ ਚੀਨੀ ਜਿਹੜੇ ਹੁੰਦੇ ਨਾ, ਜਿਹੜੇ ਅਸੀਂ ਪਿੱਛੇ ਪੜ੍ਹੇ ਸਨ, ਮੈਂ ਤੁਹਾਨੂੰ ਦੱਸਿਆ ਦੋ ਕਰ ਲਓਗੇ ਪਿਸਟਨ ਜੇ ਹੁੰਦੇ, ਸੱਜੇ ਖੱਬੇ ਦੋ ਆਉਂਦੇ ਨੇ, ਉਹ ਫਿਰ ਉਹਨਾਂ ਗਨਾਸ਼ੇ ਦੇ ਵੀ ਹੁੰਦੇ ਨੇ, ਔਰ ਫਰੇਨੋ ਆ ਡਿਸਕੋ ਦੇ ਵੀ ਪਾਰਟ ਹੁੰਦੇ ਨੇ, ਠੀਕ ਹੈ, ਜਿਹਦੇ ਨਾਲ ਬ੍ਰੇਕ ਅਮਲ ਵੀ ਆਉਂਦੀ ਹੈ, ਖਾਸ ਕਰ ਉਹ ਫਰੇਨੋ ਗਨਾਸ਼ੇ ਨੂੰ ਹੁੰਦੇ ਨੇ, ਸ਼ਿਵੇ ਠੀਕ ਹੈ, ਅਤੇ ਹੋਰ ਫਰੇਨੋ ਡਿਸਕੋ ਨੇ ਵੀ ਹੁੰਦੇ ਨੇ। ਜੇ ਦੋ ਪਿਸਟਨ ਚੀਨੀ ਹੁੰਦੇ ਨੇ, ਪਿਸਟਨ ਚੀਨੀ ਹੁੰਦੇ ਨੇ ਅੱਜ ਉਹਨਾਂ ਦੌਰਾਨ ਦਾ ਊਨੋ ਪੋਂਪਾ ਦੀ ਦਰਿਓਲੀਗੋ, ਇੱਕ ਪੋਂਪਾ ਦਰਿਓਲੀਗੋ, ਉਹਦੇ ਨਾਲ ਐਕਟਿਵ ਹੁੰਦੇ ਨੇ, ਉਹ ਫਿਰ ਬ੍ਰੇਕ ਅਮਲ ਵੀ ਆਉਂਦੀ ਹੈ, ਵੇਰ ਹੋਇਆ। ਇਹ ਪਾਤੇ ਦੇ ਫਰੇਨੋ ਆ ਤੰਬੂਰੇ, ਫਿਰਾਂ ਤੰਬੂਰੇ ਦੇ ਪਾਰਟ ਹੁੰਦੇ ਨੇ ਉਹਨਾਂ ਆਸਤਾ ਕੋਨ ਲਾ ਪੁੰਤਾਲੇ ਕੁਨੇਓ ਕੇ, ਇੱਕ ਆਸਤਾ ਪੁੰਤਾਲੇ, ਇੱਕ ਪੁੰਤਾ ਜਿਹਾ ਬਣਿਆ ਹੁੰਦਾ, ਠੀਕ ਹੈ, ਜਿਹੜਾ ਕਿ ਕਰ ਲਓਗੇ ਤੁਸੀਂ ਤੀਰਾਂ ਨਿਸ਼ਾਨ ਜੇ ਦੇਖੇ ਹੋਣੇ, ਜਿਹੜੇ ਮੈਂ ਥਿਊਰੀ ਦੇ ਵਿੱਚ ਦੱਸੇ ਹੋਏ ਨੇ, ਠੀਕ ਹੈ, ਇੱਕ ਪੁੰਤਾਲੇ ਹੁੰਦਾ ਜਿਹੜਾ ਕਿ ਸਪਿੰਤਾ, ਜਿਹੜਾ ਕਿ ਅੱਗੇ ਧੱਕਣ ਹੁੰਦਾ ਦਾ ਉਹਨੋਂ ਮੈਂਬੇਰਾਨ, ਜਿਹੜਾ ਕਿ ਅੰਦਰ ਇੱਕ ਮੈਂਬੇਰਾਨ ਵਿੱਚ ਅੱਗੇ ਧੱਕਣ ਹੁੰਦਾ ਵੇ। ਪਰਮੇਤੇ ਸਕੈਚਿਆਰੇ ਲਿਗਨਾਸ਼ੇ, ਜਿਹੜਾ ਕਿ ਅਲਾਓ ਕਰਦੇ ਇਜਾਜ਼ਤ ਦਿੰਦਾ ਕਿ ਜਿਹੜੇ ਇਹ ਸਕੈਚਿਆਰੇ ਹੋਣ, ਯਾਨੀ ਕਿ ਨਾਲ ਜਗ੍ਹਾ ਤਰਗੜ ਲੱਗਣ ਜਾਂ ਟਕਰਾਉਣ ਹੋਣ, ਗਨਾਸ਼ੇ ਜਿਹੜੇ ਨੇ ਕੌਂਤਰੋ ਤੰਬੂਰੀ ਜਨਰਾਂਦੋ ਅਤਰੀਤੋ, ਇਹ ਜਿਹੜੇ ਨੇ ਯਾਨੀ ਕਿ ਇਹ ਦਬਾਣ ਜਾ ਕੇ ਤੰਬੂਰੀ ਨੂੰ, ਕਨਾਸ਼ਰ ਸਕੈਚਿਆਰੇ ਕਰਨ ਦਬਾਣ ਜਾ ਕੇ ਤੰਬੂਰੀ ਨੂੰ ਡਰੰਮ ਬ੍ਰੇਕ ਦੇ ਵਿੱਚ ਖੁੱਲ੍ਹਣ, ਅਤੇ ਜਨਰਾਂਦੋ ਅਤਰੀਤੋ ਔਰ ਰਗੜ ਬਣਾਉਣ, ਜੇ ਰਗੜ ਬਣਾਉਣਗੇ ਤਾਂ ਤਾਈ ਬ੍ਰੇਕ ਅਮਲ ਵਿੱਚ ਆਏਗੀ, ਵੇਰ ਹੋਇਆ, ਐਨਰਜੀ ਸੈਂਤੀ ਕਾ ਤਾਈ ਘੱਟ ਹੋਵੇਗੀ। ਨੇ ਫਰੇਨਾ ਤੰਬੂਰੋ, ਜਿਹੜੇ ਬ੍ਰੇਕਾਂ ਸਿਸਟਮ ਹੈ ਫਰੇਨਾ ਤੰਬੂਰੋ ਦਾ, ਲੈ ਗਨਾਸ਼ੀ ਸੋਨੋ ਰਿਕੋਪੈਰਤੀ ਦੀ ਗਵਰਨਸ਼ੋਨੇ ਦੀ ਅਤਰੀਤੋ ਫੈਰਦੋ, ਕਹਿੰਦੇ ਇਹ ਰਿਕੋਪੈਰਤੀ ਹੁੰਦੇ ਨੇ ਗਨਾਸ਼ੇ ਗਵਨਸ਼ੂਨੇ ਦੀ ਅਤਰੀਤੋ ਫੈਰਦੋ ਨਾਲ, ਦਰੁਸਤ ਕਹਿੰਦੇ ਬਿਹੇਵੀਅਰ ਹੈ, ਰਿਕਵਰ ਹੁੰਦੇ ਨੇ ਜਾਂ ਇਹਨਾਂ ਨੂੰ ਸਪੋਰਟ ਕਰਦੇ ਜਾਂ ਇਹਨਾਂ ਥਰੂ ਚੱਲਦੇ ਨੇ, ਇਹ ਗਨਸ਼ੂਨੇ ਦੀ ਅਤਰੀਤੋ ਫੈਰਦੋ ਨਾਲ, ਦਰੁਸਤ ਕਹਿੰਦੇ ਬਿਹੇਵੀਅਰ ਹੈ। ਇਹ ਫਰੇਨਾ ਦੇਸਕੋ ਜਿਹੜੀ ਹੈ ਸੋਨੋ ਪੋਸਨ ਐਸਰੇ ਦਲਤੀ ਪੋਆਤੋ ਵੈਂਤੀ ਲਾਤੋ, ਕਹਿੰਦੇ ਫਰੇਨਾ ਦੇਸਕੋ ਜਿਹੜੀ ਹੈ ਆਤੋ ਵੈਂਤੀ ਲਾਤੋ, ਯਾਨੀ ਆਟੋਮੈਟਿਕਲੀ ਇਹਨੂੰ ਹਵਾ ਵਗੈਰਾ ਲੱਗਦੀ ਹੋਵੇਗੀ, ਦਰੁਸਤ ਕਹਿੰਦੇ ਬਿਹੇਵੀਅਰ ਹੈ, ਇਹਨੂੰ ਸਪੈਸ਼ਲ ਕੋਲ ਲੀਕ ਵੜੀਆਂ ਇੱਦਾਂ ਇੱਕ ਚੀਜ਼ ਨਹੀਂ ਦਿੱਤੀ ਹੋਣੀ। ਕਹਿੰਦੇ ਫਨ ਪਾਤੇ ਦੇ ਫਰੇਨਾ ਦੇਸਕੋ, ਕਹਿੰਦੇ ਫਰੇਨਾ ਦੇਸਕੋ ਦਾ ਪਾਠ ਹੋਣਗੇ ਪਿਸਤਨ ਚੀਨੀ ਅਜੀਨਾਂਦੋ ਦਰੈਤਾਮੈਂਤ ਦਾ ਆਰੀ ਕੰਪਰੈਸਾ, ਕਹਿੰਦੇ ਪਿਸਤਨ ਚੀਨੀ ਆਨ ਹੋਣਗੇ ਡਾਇਰੈਕਟ ਫਰੇਨੋ ਆਰੀ ਕੰਪਰੈਸਾ ਵਾ ਦੇ ਨਾਲ। ਦੇਖੋ ਉਹਨਾਂ ਦਾ ਡਾਇਰੈਕਟ ਜਿਹੜੀ ਪਿਸਤਨ ਚੀਨੀ ਹੁੰਦੇ ਨਾ, ਉਹ ਤੇਲ ਪ੍ਰੈਸ਼ਰ ਜਿਹੜਾ ਐਕਟਿਵ ਹੁੰਦੇ ਨੇ ਜਿਵੇਂ, ਅਤੇ ਉਹ ਡਾਇਰੈਕਟ ਹਵਾ ਦੇ ਪ੍ਰੈਸ਼ਰ ਨਾਲ ਉਹਦਾ ਐਕਟਿਵ ਹੋਣ ਦਾ ਕੋਈ ਤਰਕ ਨਹੀਂ ਹੈ, ਸਿਰ ਕੇ ਫਾਲਸ ਹੋਇਆ। ਫਨ ਪਾਰਟੀ ਦੇ ਲਈ ਤੰਬੂਰ ਫਰੇਨੋ ਤੰਬੂਰ ਹੈ ਦੇ ਡਿਸਕੋ ਮੈਤਾਲੀਕੋ, ਜਿਹੜੇ ਡਿਸਕੋ ਮੈਤਾਲੀਕੋ ਕਹਿੰਦੇ ਦੇ ਪਾਰਟ ਹੁੰਦੇ ਆ ਆਤੋਰ ਨੂੰ ਅਲ ਕੁਆਲੇ ਸਟ੍ਰਿੰਜਰ ਹੈ ਗਨਾਸ਼ੇ, ਜਿਹੜਾ ਕਿ ਘੁੱਟਦਾ ਗਨਾਸ਼ਿਆਂ ਨੂੰ, ਦੇਖੋ ਘੁੱਟਦਾ ਨਹੀਂ ਉਹ ਖੋਲਦਾ ਵੇ, ਜਿਹੜੇ ਪੁੰਤਾਲੇ ਹੁੰਦੇ ਨਾ ਉਹ ਖੋਲਦੇ ਨੇ ਉਹਨੂੰ,
ricoperta di guarnizione di detrito ferro e ricovero di guarnizione di detrito ferro. Dico, stringere in carta. Stringere, 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 stringere,
ਫਰੇਨ ਡਿਸਕੋਕ ਵਾਲੀ ਤੰਬੂਰੀ ਜਿਹੜੇ ਹੈ ਜਿਹੜੀ ਲੈਦਰ ਬ੍ਰੇਕ ਹੁੰਦੀ ਹੈ ਸੋਨੋ ਕੋਸਤਰੁਤੀਵਾਮੈਂਟੇ ਅਗਵਾਲੀਏ ਬਰਾਬਰ ਹੁੰਦੀਆਂ ਨੇ ਅ ਪਾਰਟ ਦੀ ਟਿਪੋ ਦੀ ਗਵਰਨਸ਼ੀਓਨ ਦੀ ਦਿੱਤੋ ਕਿਨੇ ਗਵਰਨਸ਼ੀਓਨ ਦੀ ਦਿੱਤੋ ਬਰਾਬਰ ਨੇ ਉਜ਼ਾਤੋ ਇਨ ਕੋਸਚੂਨੋ ਦੇ ਦੂਏ ਇਸਤੇਮਾਲ ਹੁੰਦਾ ਹੈ ਹਰ ਇਹਨਾਂ ਦੋਵਾਂ ਨੂੰ ਦੇਖੋ ਜਿਹੜੀ ਗਵਰਨਸ਼ੀਓਨ ਦੀ ਦਿੱਤੋ ਹੈ ਨਾ ਇਹ ਐਲੀਮੈਂਟ ਵੱਖਰਾ ਹੁੰਦਾ ਹੈ ਇਹ ਬਟਨ ਦੇ ਤੌਰ ਤੇ ਯੂਜ਼ ਹੁੰਦਾ ਹੈ ਔਰ ਜਿਹੜੀ ਤੰਬੂਰੀ ਹੁੰਦੀ ਹੈ ਨਾ ਇਹ ਡਰਮ ਨਮਾ ਹੁੰਦਾ ਹੈ ਇਹਦੇ ਵਿੱਚ ਗਨਾ ਛਿੜੇ ਖੁੱਲ੍ਹ ਹੁੰਦਾ ਹੈ ਇਸ ਕਰਕੇ ਗਲਤ ਕਹਿੰਦੇ ਫਾਲਸੋ ਇਹ ਚੀਜ਼ ਤੋਂ ਦੋਏ ਅਗਵਾਲੇ ਨਹੀਂ ਹੁੰਦੀ ਹੈ ਇਸ ਕਰਕੇ ਫਾਲਸੋ ਨਵੀਕੋਲੀ ਪੇਜ਼ਾਂ ਦੀ ਦੀ ਮੈਜੋਰੀ ਡਿਮੈਂਸ਼ਨ ਹੈ ਜਿਹੜੀ ਗੱਡੀਆਂ ਭਾਰੀਆਂ ਨੇ ਜਿਹੜਾ ਜ਼ਿਆਦਾ ਸਾਇਜ਼ ਹੈ ਵੱਡਾ ਐਮ ਤਰੇ ਅੱਧ ਐਨ ਤਰੇ ਐਮ ਤਰੇ ਐਨ ਤਰੇ ਜਿਹੜੀਆਂ ਨੇ ਗੱਡੀਆਂ ਸੋ ਉਨੀ ਰੋਤਾ ਹਰ ਇੱਕ ਟਾਇਰ ਦੇ ਉੱਤੇ ਸੋਨੂੰ ਮੋਨਤਾਤੀ ਇਨਸੇ ਮੈਸੀਆ ਊਨਾ ਫਰੇਨੋ ਆ ਡਿਸਕੋ ਹਰ ਇੱਕ ਟਾਇਰ ਦੇ ਉੱਤੇ ਇੱਕ ਫਰੇਨੋ ਡਿਸਕੋ ਹੈ ਕਿ ਊਨਾ ਆ ਤੰਬੂਰੋ ਪਰ ਅਵੇਰ ਊਨਾ ਮਾਯੂਰੇ ਪੋਤੈਂਜ਼ਾ ਫਰੇਨਾਂ ਤੇ ਕਹਿੰਦੇ ਵੀ ਇਹ ਉਨੀ ਰੋਤਾ ਹਰ ਇੱਕ ਟਾਇਰ ਦੇ ਉੱਤੇ ਹੈਗਾ ਇਨਸੇਮੇ ਜਿਹੜੀ ਗੱਡੀ ਭਾਰੇ ਸਾਈਜ਼ ਦੀਆਂ ਨਾ ਐਮ ਥਰੇ ਜਾਂ ਐਨ ਥਰੇ ਵਾਲੀਆਂ ਟਾਈਪ ਦੀਆਂ ਠੀਕ ਹੈ ਜਿਹੜੇ ਟਰੱਕ ਹੁੰਦੇ ਨੇ ਔਰ ਐਮ ਥਰੇ ਜਿਹੜੇ ਨੇ ਬੱਸਾਂ ਟਾਈਪ ਦੀਆਂ ਹੁੰਦੀਆਂ ਪੰਜ ਪੰਜ ਟਨ ਉੱਤੇ ਹੁੰਦੀਆਂ ਨੇ ਕਹਿੰਦੇ ਨੇ ਵੀ ਸੋ ਉਨੀ ਰੋਤਾ ਹਰ ਟਾਇਰ ਦੇ ਮੰਤਾ ਤਿੰਨ ਛੇ ਮੈਂ ਸੋ ਫਰੇਨੋ ਆ ਡਿਸਕੋ ਹਰ ਇੱਕ ਟਾਇਰ ਦੇ ਉੱਤੇ ਕਹਿੰਦੇ ਵੀ ਫਰੇਨੋ ਡਿਸਕੋ ਹੁੰਦੀ ਹੈ ਦੇਖੋ ਜ਼ਰੂਰੀ ਨਹੀਂ ਹਰ ਇੱਕ ਟਾਇਰ ਦੇ ਫਰੇਨੋ ਡਿਸਕੋ ਹੀ ਹੋਵੇ ਹਰ ਡਿਸਕੋ ਜਨਰਲੀ ਜਿਹੜੀ ਹੁੰਦੀ ਨਾ ਉਹ ਫਰੇਨੋ ਡਿਸਕੋ ਕਿ ਉਨਾ ਤੰਬੂਰੋ ਕਹਿੰਦੇ ਔਰ ਹਰ ਇੱਕ ਟਾਇਰ ਦੇ ਉੱਤੇ ਫਰੇਨੋ ਡਿਸਕੋ ਔਰ ਤੰਬੂਰੋ ਵੀ ਹੋਣਗੇ ਯਾਰ ਦੇਖੋ ਜਾਂ ਫਰੇਨੋ ਡਿਸਕੋ ਹੋਵੇਗੀ ਟਾਇਰ ਦੇ ਉੱਤੇ ਜਾਂ ਫਰੇਨੋ ਤੰਬੂਰੋ ਹੋਵੇਗੀ ਜਨਰਲੀ ਫਰੇਨੋ ਡਿਸਕੋ ਅਗਲੇ ਟਾਇਰ ਨੇ ਫਰੇਨੋ ਤੰਬੂਰੇ ਪਿਛਲੇ ਟਾਇਰ ਨੇ ਜਨਰਲੀ ਲੇਕਿਨ ਪਿਛਲਾ ਤਾਂ ਵੀ ਹੋ ਸਕਦੇ ਫਰੇਨੋ ਡਿਸਕੋ ਜਾਂ ਅਗਲੇ ਤਾਂ ਵੀ ਹੋ ਸਕਦੇ ਫਰੇਨੋ ਤੰਬੂਰੋ ਠੀਕ ਹੈ ਲੇਕਿਨ ਇਹ ਦੋ ਇਕੱਠੇ ਨਹੀਂ ਆਉਂਦੇ ਕਹਿੰਦੇ ਪਰ ਅਵੇਰੇ ਮਯੂਰ ਪਤਨ ਤਾਂ ਫਰੇਨਾਂ 'ਤੇ ਵੀ ਵਧੀਆ ਤਾਕਤ ਹੋਣੀ ਬ੍ਰੇਕਾਂ ਦੀ ਦੇਖੋ ਇੱਕ ਹੀ ਚੀਜ਼ ਹੋਵੇਗੀ ਜਾਂ ਡਿਸਕ ਹੋਵੇਗੀ ਜਾਂ ਤੰਬੂਰ ਹੋਣਗੇ ਜਾਂ ਲੈਦਰ ਬ੍ਰੇਕ ਹੋਵੇਗੀ ਜਾਂ ਡਿਸਕ ਬ੍ਰੇਕ ਹੋਵੇਗੀ ਸਖ ਫਾਲਸੋ ਇੱਕ ਹੋਣਗੇ ਹਰ ਇੱਕ ਟਾਇਰ 'ਤੇ ਹੋਣਗੇ ਜ਼ਿਆਦਾ ਤਾਕਤ ਬਣਾਉਣ ਲਈ ਫਾਲਸੋ ਇਹਨੂੰ ਨਾ ਇਨ ਉਹਨਾਂ ਐਮਪੀਆਂ 'ਤੇ ਫਰੇਨਾਂ 'ਤੇ ਜਿਹੜਾ ਬ੍ਰੇਕਾਂ ਸਿਸਟਮ ਹੈ ਇੱਕ ਵਾਰ ਨਿਵਾਤੀ ਕੋ ਟਾਇਰਾਂ ਵਾਲਾ ਇਹ ਰੈਗੂਲਾਟੋਰ ਦੀ ਪ੍ਰੈਸ਼ਨ ਹੈ ਜਿਹੜਾ ਰੈਗੂਲਰ ਕਰਨ ਵਾਲਾ ਪ੍ਰੈਸ਼ਨ ਨੂੰ ਹਾ ਇਲ ਕੋਮਪੀਤੋ ਦੀ ਮੇਨਟੇਨਰ ਹੈ ਲਿਮਪੀਆਂਡੋ ਅਪ੍ਰੈਸ਼ਨ ਇਹ ਆ ਉਹਨ ਪ੍ਰੈਸ਼ਨ ਹੈ ਸੈਂਪਰ ਸੁਪਰੀਅਰ 18 ਬਾਰ ਕਹਿੰਦੇ ਸੈਂਪਰ ਸੁਪਰੀਅਰ 18 ਬਾਰ ਪ੍ਰੈਸ਼ਰ ਆਉਣਾ ਚਾਹੀਦਾ ਦੇਖੋ ਪ੍ਰੈਸ਼ਰ ਜਿਹੜਾ ਹੈ ਡਿਪੈਂਡ ਕਰਦਾ ਹੈ ਕਾਹਦੇ ਤੋਂ ਸਿੱਧੀ ਚੀਜ਼ ਜਿੱਥੋਂ ਕੰਸਟਰਕਟ ਹੋਈ ਹੈ ਗੱਡੀ ਟਾਇਰ ਵਗੈਰਾ ਜੇ ਤਾਂ ਜਿੱਥੋਂ ਉਹਨਾਂ ਦੇ ਮੁਤਾਬਕ ਹੋਣਾ ਚਾਹੀਦਾ ਹੈ 18 ਬਾਰ ਨਹੀਂ ਜੇ ਹਵਾ ਦਾ ਟਾਇਰਾਂ ਦਾ ਪ੍ਰੈਸ਼ਰ ਉਹਨਾਂ ਦਾ ਜਿੱਥੋਂ ਰੀਕੰਸਟਰਕਟ ਹੁੰਦੀ ਹੈ ਉੱਥੋਂ ਔਰ ਜਿਹੜੀ ਉਹ ਵੀ ਲਿਬਰਲ ਮੈਂਟੈਨਸ਼ਨ ਹੈ ਜਿਹੜਾ ਔਰ ਬ੍ਰੇਕਾਂ ਦੇ ਟਾਇਰ ਹਵਾ ਦਾ ਪ੍ਰੈਸ਼ਰ ਜਿਹੜਾ ਉਹ ਵੀ ਲਿਬਰਲ ਮੈਂਟੈਨਸ਼ਨ ਹੈ ਦੇਖਣਾ ਹੁੰਦਾ ਵੀ ਕਿੰਨੇ ਵਾਰ ਹੋਣੇ ਚਾਹੀਦੇ ਨਾਰਮਲੀ ਮੈਂ ਤੁਹਾਨੂੰ ਦੱਸਿਆ ਮੈਂ ਟਰੈਕ ਚਲਾਇਆ ਸੀ ਉਹਦਾ 6 ਵਾਰ 8 ਵਾਰ ਚਾਹੀਦਾ ਸੀ 8 ਤੋਂ 9 ਅਤੇ ਜਿਹੜੀ ਬੱਸ ਚਲਾਈ ਸੀ ਮੈਂ ਉਹਦਾ 6 ਵਾਰ ਮਿਨੀਮਮ ਚਾਹੀਦਾ ਸੀ ਠੀਕ ਹੈ ਇਸ ਕਰਕੇ ਫਾਲਸ ਹੋਇਆ 18 ਵਾਰ ਵਾਲਾ ਕੋਈ ਚੱਕਰ ਨਹੀਂ ਇਹ ਫਰੇਨਾ ਤੰਬੂਰੋ ਜਿਹੜੀ ਹੈ ਪੋਸਨ ਹੈ ਸਰੇਤੀ ਪੋ ਅਤੋ ਵੈਂਤਲਾਂ ਦੀ ਕਹਿੰਦੇ ਫਰੇਨਾ ਤੰਬੂਰੋ ਅਤੋ ਵੈਂਤਲਾਂ ਨਹੀਂ ਫਰੇਨਾ ਡਿਸਕੋ ਅਤੋ ਵੈਂਤਲਾਂ ਦੀ ਹੁੰਦੀ ਹੈ ਇਸ ਕਰਕੇ ਫਾਲਸ ਹੋਇਆ ਫਰੇਨਾ ਤੰਬੂਰੋ ਨੋ ਪੋਸਨ ਹੈ ਸਰੇ ਮੰਤਾ ਤੇ ਸੂਵੀ ਕੋਲੀ ਦੋਤਾ ਤੋ ਰਲੰਤਾ ਤੋਰੇ ਕਹਿੰਦੇ ਫਰੇਨਾ ਤੰਬੂਰੋ ਜਿਹੜਾ ਹੈ ਜਿਹਨੂੰ ਰਲੰਤਾ ਤੋਰੇ ਦਿੱਤਾ ਗਿਆ ਹੋਵੇ ਨਾ ਗੱਡੀ ਨੂੰ ਉਹਦੇ ਦਿਨ ਲੱਗਿਆ ਹੋਵੇਗਾ ਰਲੰਤਾ ਤੋਰੇ ਜਿਹੜਾ ਨਾ ਇਹ ਆਲਬਰੋ ਸਮੇਸ਼ਨ ਲੱਗਿਆ ਹੁੰਦਾ ਹੈ ਅਤੇ ਇਹ ਗੱਡੀ ਨੂੰ ਆਸਤਾ ਕਰਨ ਲਈ ਚਾਹੀਦਾ ਹੈ ਜਿਹੜੀ ਸ਼ਾਫਟ ਹੁੰਦੀ ਹੈ ਨਾ ਜਿਹੜੀ ਪਿੱਛੋਂ ਟਰਾਂਸਮਿਸ਼ਨ ਅੱਗੂ ਲੈ ਕੇ ਪਿੱਛੇ ਜਾਂਦੀ ਹੈ ਆਲਬਰੋ ਟਰਾਂਸਮਿਸ਼ਨ ਹੋਣਾ ਹੈ ਗੇਅਰ ਤੋਂ ਬਾਅਦ ਅਤੇ ਉਹਦੇ ਦਰਮਿਆਨ ਉਹ ਡਿਫਰੈਂਸ਼ੀਅਲ ਤੋਂ ਪਹਿਲੇ ਸ਼ਾਫਟ ਜਿਹੜੀ ਹੁੰਦੀ ਹੈ ਉਹਦੇ 'ਤੇ ਲੱਗਿਆ ਹੁੰਦਾ ਹੈ ਰਲੰਦ ਤੋਰੇ ਇਹਦਾ ਬਟਨ ਹੁੰਦਾ ਹੈ ਸੱਜੇ ਹੱਥ ਸਟੀਅਰਿੰਗ ਦੇ ਥੱਲੇ ਸਟੀਅਰਿੰਗ ਥੱਲੇ ਇਹਨੂੰ ਖਿੱਚਦੇ ਥੱਲੇ ਅਤੇ ਇਹ ਗੱਡੀ ਨੂੰ ਆਸਤਾ ਕਰਨ ਲਈ ਮਦਦਗਾਰ ਹੁੰਦਾ ਹੈ ਬ੍ਰੇਕ ਮਾਰਨੀ ਜਿਵੇਂ ਕਹਿੰਦੇ ਨੋਨ ਪੋਸਨ ਫਰੇਨ ਤੰਬੂਰੀ ਜਿਹੜੀ ਹੈ ਉਹਨੂੰ ਨੋਨ ਪੋਸਨ ਹੈ ਸਿਰਫ ਮੰਤਾ ਦੀ ਵਿਕੋਲੀ ਮੰਤਾ ਸੀ ਵਿਕੋਲੀ ਆ ਦੋਤਾ ਅਤੇ ਫਰੇਨ ਦਾ ਤੋਰੇ ਜਿਹਨੂੰ ਡਰਨ ਦਾ ਤੋਰੇ ਦਿੱਤਾ ਗਿਆ ਉਹਨਾਂ ਨੂੰ ਲੱਗੇ ਨਹੀਂ ਸਕਦਾ ਵੈਲਕਿਨ ਫਾਲਸ ਹੋਇਆ ਇਹ ਐਲੀਮੈਂਟ ਹੀ ਹੋਰ ਕੰਮ ਕਰਨ ਵਾਲੇ ਨੇ ਉਹਨੇ ਆਪਣਾ ਕੰਮ ਕਰਨਾ ਇਹਨੇ ਆਪਣਾ ਕੰਮ ਕਰਨਾ ਠੀਕ ਹੈ ਰਲਨ ਦਾ ਤੋਰੇ ਸ਼ਾਫਟ 'ਤੇ ਲੱਗੇ ਹੁੰਦੇ ਠੀਕ ਹੈ ਜਿਹਦੀ ਪਿੱਛੇ
ਚਲਾਉਂਦੀ ਹੈ ਮੋਟਰ ਨੂੰ, ਅਤੇ ਇਹ ਫਰੇਨੋ ਤੰਬੂਰੂ ਹੈ, ਟੇਰਾਂ ਦੇ ਬ੍ਰੇਕਾਂ ਸਿਸਟਮ ਇਸ ਕਰਕੇ ਫਾਲਸੋ। ਇਹ ਫਰੇਨੋ ਦਿਸਕੋ ਜਿਹੜੀ ਹੈ ਨਮ ਪੋਸਣ ਇਸ ਤਰ੍ਹਾਂ ਮੁੰਤਾ ਤਿਸੂ ਵੀ ਕੋਲੀ ਕਹਿੰਦੇ ਗੱਡੀ ਤਾਂ ਨਹੀਂ ਲੱਗੇ ਸੀ ਦੁਤਾ ਤੂ ਦੀ ਰਲਨ ਤੋਰੇ ਇਲੈਕਟ੍ਰੋਮੈਗਨੈਟਿਕੋ, ਜਿਹੜੀ ਗੱਡੀ ਨੂੰ ਇਲੈਕਟ੍ਰੋਮੈਗਨੈਟਿਕੋ ਦਿੱਤਾ ਗਿਆ ਹੁੰਦਾ ਨਾ। ਇਹ ਫਰੇਨੀ ਆ ਦਿਸਕੋ ਨਮ ਪੋਸਣ ਇਸ ਤਰ੍ਹਾਂ ਮੁੰਤਾ ਤਿਸੂ ਵੀ ਕੋਲੀ ਦੁਤਾ ਤੋ ਰਲਨ ਤੋਰੇ ਇਲੈਕਟ੍ਰੋਮੈਗਨੈਟਿਕੋ, ਕਹਿੰਦੇ ਵੀ ਜਿਹੜੀ ਫਰੇਨੋ ਦਿਸਕੋ ਹੈ ਨਾ ਨੀ ਇਹਨੂੰ ਦਿੱਤੇ ਗਏ ਹੁੰਦੇ ਗੱਡੀ ਨੂੰ ਜਿਹਨੂੰ ਰਲਨ ਤੋਰੇ ਇਲੈਕਟ੍ਰੋਮੈਗਨੈਟਿਕੋ ਲੱਗੇ ਹੁੰਦੇ। ਦੇਖੋ ਰਲਨ ਤੋਰੇ ਅਸੀਂ ਉੱਤੇ ਹੀ ਪੜ ਗਏ ਹਾਂ, ਉਹਦੀ ਕਿਸਮ ਹੈ ਇਲੈਕਟ੍ਰੋਮੈਗਨੈਟਿਕੋ ਹਾਈਡ੍ਰੋਲਿਕੋ, ਇਹ ਉਹ ਹੋਰ ਹੁੰਦਾ ਹੈ, ਇਲੈਕਟ੍ਰੋਮੈਗਨੈਟਿਕੋ ਹੁੰਦਾ ਹੈ ਹੋਰ ਹੁੰਦਾ ਹੈ, ਲੇਕਿਨ ਇਹਨਾਂ ਦਾ ਕੰਮ ਇੱਕੋ ਹੀ ਹੈ। ਰਲਨ ਤੋਰੇ ਨੇ ਇਹ ਸ਼ਾਫਟ ਲੱਗੇ ਹੁੰਦੇ ਜਿਹੜੀ ਅਰਬਰ ਸਸਪੈਂਸ਼ਨ ਜਿਹਨੂੰ ਕਹਿੰਦੇ ਨੇ, ਜਿਹੜੀ ਪਿੱਛੇ ਸੈਮੀ ਐਸੂ ਨੇ ਪਿਛਲੇ ਟਾਇਰ ਨੂੰ ਚਲਾਉਂਦੀ ਹੈ ਅਤੇ ਉਹਨੂੰ ਵਾਸਤੇ ਕਰ ਲਈ ਹੁੰਦੇ ਨੇ। ਇਹਦਾ ਵੀ ਡਿਸਕ ਬ੍ਰੇਕ ਦਾ ਫਰੇਨੋ ਤੰਬੂਰ ਦਾ ਇਹਦਾ ਇਹਦੇ ਨਾਲ ਕੋਈ ਤਲਕ ਨਹੀਂ ਹੈ, ਸਰ ਗਲਤ ਫਾਲਸ ਹੋਇਆ। ਅਸੀਂ ਕਹਿੰਦੇ ਵੀ ਆਬੀਐਸ ਐਂਟੀ ਬ੍ਰੇਕ ਸਿਸਟਮ ਜਿਹੜਾ ਹੁੰਦਾ ਹੈ, ਐਂਟੀ ਬ੍ਰੇਕ ਸਿਸਟਮ ਯਾਨੀ ਕਿ ਇਹ ਜਿਸ ਟਾਈਮ ਤੁਸੀਂ ਬ੍ਰੇਕ ਲਾਉਂਦੇ ਹੋ ਨਾ, ਇਹਦਾ ਇਹ ਨਹੀਂ ਕੰਮ ਕਿ ਬ੍ਰੇਕ ਨਹੀਂ ਲਾਉਣ ਦੇਣ ਲੱਗਾ, ਲਿਖਣੇ ਜਿਹਾ ਹੀ ਆਉਂਦਾ ਐਂਟੀ ਬ੍ਰੇਕ ਸਿਸਟਮ ਹੈ। ਲੇਕਿਨ ਇਹਦਾ ਮਕਸਦ ਹੁੰਦਾ ਹੈ ਕਿ ਗੱਡੀ ਦੇ ਟਾਇਰਾਂ ਦੀ ਪਕੜ ਬਣੀ ਰਵੇ ਜ਼ਮੀਨ ਦੇ ਨਾਲ, ਜਦ ਗੱਡੀ ਦਾ ਟਾਇਰ ਬਲੋਕ ਹੋਣ ਲੱਗਦਾ ਨਾ, ਇੱਥੇ ਹਲਕਾ ਜਿਹਾ ਉਹਨੂੰ ਮੂਵ ਦੇ ਦਿੰਦਾ ਵੀ ਚੱਲਦਾ ਰਹੇ ਟਾਇਰ, ਕਿ ਗੱਡੀ ਦਾ ਟਾਇਰ ਇੱਕਦਮ ਬਲੋਕ ਨਾ ਹੋ ਜਾਵੇ। ਜੇ ਇੱਕਦਮ ਬਲੋਕ ਹੋ ਜਾਏਗਾ ਨਾ ਗੱਡੀ ਟਾਇਰ, ਗੱਡੀ ਸਲਿਪ ਹੋ ਜਾਏਗੀ, ਆਊਟ ਆਫ ਕੰਟਰੋਲ ਹੋ ਜਾਂਦੀ ਹੈ, ਠੀਕ ਹੈ। ਇਸ ਕਰਕੇ ਆਬੀਅਸ ਤਾਂ ਕੀ ਸਿਸਟਮ ਹੁੰਦਾ, ਇਹ ਪਕੜ ਵਧੀਆ ਬਣਾ ਕੇ ਰੱਖਦਾ, ਕਿਉਂਕਿ ਜਦ ਸਲਿਪ ਹੋਣ ਲੱਗੇ ਗੱਡੀ ਥੋੜ੍ਹਾ ਜਿਹਾ ਹਲਕਾ ਜਿਹਾ ਟਾਇਰ ਘੁੰਮ ਜਾਏਗਾ, ਉਹਦੇ ਨਾਲ ਪਕੜ ਮਰੀ ਦੇਵੇਗੀ, ਗੱਡੀ ਸਲਿਪ ਨਹੀਂ ਹੋਣਗੀ। ਕਹਿੰਦੇ ਆਬੀਅਸ ਪਰਮੇਤੇ ਸਫਰੂਤਾ ਰਿਆਲ ਮੈਲੀਓ ਫੋਰਜ਼ਾ ਫਰੇਨਾਂ 'ਤੇ ਡਿਸਪੋਨੀਬਲੇ, ਕਹਿੰਦੇ ਇਹ ਕੰਮ ਕਰਦਾ ਮੇਲੀਓ ਫੋਰਜ਼ਾ ਫਰੇਨਾਂ 'ਤੇ ਡਿਸਪੋਨੀਬਲੇ, ਵੀ ਵਧੀਆ ਤਾਕਤ ਜਿਹੜੀ ਬ੍ਰੇਕਾਂ ਦੀ ਅਵੇਲੇਬਲ ਹੋਏ, ਦੋਸਤ ਕੈਨ ਪਵੇਅਰ ਹੋਇਆ, ਜਿਹੜਾ ਕੰਮ ਕਰਨ ਦਾ ਮਕਸਦ ਇਹ ਕੰਮ ਇਹਦੇ ਲਈ ਕਰਦਾ। ਪਰ ਤਨੇਰੇ ਉਹਨਾਂ ਬੋਨੋ ਇਹ ਫਰੇਨਾਤੂਰਾ ਵਧੀਆ ਰੱਖਣ ਲਈ ਬ੍ਰੇਕਾਂ ਸਿਸਟਮ ਓਕੂਰੇ ਵਿਤਾਰੇ ਇਲ ਬਲੋਕੇਜੀਓ ਦਾ ਰੋਤੇ, ਕਹਿੰਦੇ ਲਾਜ਼ਮੀ ਹੈ ਜੀ ਵਧੀਆ ਬ੍ਰੇਕਾਂ ਸਿਸਟਮ ਤੁਸੀਂ ਰੱਖਣਾ ਨਾ, ਵੀ ਖਰਾਬ ਨਾ ਹੋਵੇ, ਲਾਜ਼ਮੀ ਹੈ ਫਿਰ ਤੁਸੀਂ ਬਲੋਕ ਹੋਣ ਤੋਂ ਤਿਆਰ ਬਚਾਓ। ਬਲੋਕ ਹੋਣ ਤੋਂ ਤਿਆਰ ਬਚਾਉਣ ਲਈ ਐਂਟੀ ਬ੍ਰੇਕ ਸਿਸਟਮ ਹੈ, ਠੀਕ ਹੈ, ਵੇਅਰ ਹੋਇਆ। ਆਬੀਅਸ ਪਰਮੇ ਤੇ ਰੱਦੋ ਪੀ ਆਰ ਲਾ ਫੁਰਦਾ ਬ੍ਰੇਕਾਂ 'ਤੇ, ਕਹਿੰਦੇ ਇਹ ਡਬਲ ਕਰ ਦਿੰਦਾ ਤਾਕਤ ਬ੍ਰੇਕਾਂ ਦੀ। ਦੇਖੋ ਇਹ ਤਾਕਤ ਬ੍ਰੇਕਾਂ ਦੀ ਡਬਲ ਕਰਨ ਲਈ ਨਹੀਂ ਹੁੰਦਾ, ਇਹ ਪਕੜ ਬਣਾਉਂਦਾ ਗੱਡੀ ਦੇ ਟਾਇਰਾਂ ਦੀ ਸਿਰਫ, ਇਹ ਜਦ ਗੱਡੀ ਬਲੋਕ ਹੋਣ ਲੱਗੀ ਹੁੰਦੀ, ਕਿਉਂਕਿ ਸਲਿਪ ਹੋਣ ਦਾ ਖਤਰਾ ਇਹ ਟਾਲਦਾ ਵੇ, ਔਰ ਗੱਡੀ ਪਕੜ ਮਾਰੀ ਦਿੰਦੀ ਹੈ, ਗੱਡੀ ਨੂੰ ਜਦ ਬਲੋਕ ਹੋਣ ਲੱਗਾ ਟਾਇਰ ਜਾਮ ਹੋਣ ਲੱਗਾ ਤਾਂ ਉਹਨੂੰ ਥੋੜ੍ਹੀ ਮੂਵਮੈਂਟ ਦੇ ਦੇਗਾ, ਇਹ ਡਬਲ ਨਹੀਂ ਕਰ ਲੱਗਾ, ਇਸ ਕਰਕੇ ਫਾਲਸ ਹੋਇਆ। ਡਬਲ ਦਾ ਸਵਾਲ ਗਲਤ ਹੈ, ਡਿਸਟੈਂਸ ਕਰਜਾ ਮਿਨੀਮਮ ਜਿਹੜਾ ਘੱਟ ਤੋਂ ਘੱਟ ਹੁੰਦਾ ਸੀ, ਅਤੇ ਨੇ ਕੌਣ ਲਾ ਬਲੋਕੇ ਜੀਓ ਦੀ ਤੂਤ ਤੇ ਲਰੋ ਤੇ, ਡਿਸਟੈਂਸ ਕਰਜਾ ਜਿਹੜਾ ਸੋਰੀ ਡਿਸਟੈਂਸ ਦਾ ਡਿਸਟੈਂਸ ਦਾ ਫਰਾਂ ਤੂਰਾ ਜਿਹੜਾ ਬ੍ਰੇਕਾਂ ਦਾ ਡਿਸਟੈਂਸ ਦਾ ਸਕਿਉਰਜਾ ਨਹੀਂ ਹੈ ਵੀ ਮਿਨੀਮਮ ਜਿਹੜਾ ਘੱਟ ਤੋਂ ਘੱਟ ਹੁੰਦਾ ਸੀ, ਅਤੇ ਨੇ ਕੌਣ ਲਾ ਬਲੇਕੇ ਜੀਓ ਦੀ ਤੂਤ ਤੇ ਲਰੋ ਤੇ, ਕਹਿੰਦੇ ਘੱਟ ਤੋਂ ਘੱਟ ਜੇ ਥੋੜ੍ਹਾ ਤੁਸੀਂ ਕਰਨਾ ਨਾ ਡਿਸਟੈਂਸ ਕਰਜਾ ਡਿਸਟੈਂਸ ਫਰਾਂ ਤੂਰਾ ਬ੍ਰੇਕਾਂ ਦੇ ਡਿਸਟੈਂਸ, ਜਦ ਤੁਸੀਂ ਬ੍ਰੇਕਾਂ ਦੀ ਡਿਸਟੈਂਸ ਹੁੰਦਾ ਹੈ ਇੱਕ ਉਹਨਾਂ ਟੈਂਪਰੇਸ਼ਨ ਰਿਐਕਸ਼ਨ ਦਾ ਟਾਈਮ, ਜਦ ਤੁਸੀਂ ਰੇਸ ਤੋਂ ਪੈਰ ਚੱਕ ਕੇ ਬ੍ਰੇਕ 'ਤੇ ਲਾਉਂਦੇ ਬ੍ਰੇਕ ਦਬਾ ਦਿਓ, ਦੂਜਾ ਹੁੰਦਾ ਬ੍ਰੇਕ ਦਬਾ ਦਿੱਤੀ ਤੁਸੀਂ ਔਰ ਜਿੱਥੇ ਜਾ ਗੱਡੀ ਰੁਕੀ ਹੈ, ਸਮਝ ਆਈ ਗੱਲ ਦੀ, ਮੈਂ ਬ੍ਰੇਕ ਦਬਾ ਦਿੱਤੀ ਹੈ ਔਰ ਮੈਂ ਕੀ ਕਰ ਸਕਦਾ, ਮੈਂ ਵੇਟ ਕਰਾਂਗਾ ਜਿੱਥੇ ਰੁੜਦੀ ਰੁੜਦੀ ਜਾਂ ਗੱਡੀ ਰੁਕੇਗੀ, ਠੀਕ ਹੈ। ਉਹਨੂੰ ਕਹਿੰਦੇ ਸਪੇਸ ਫਰਾਂ ਤੂਰਾ, ਕਹਿੰਦੇ ਘੱਟ ਹੋ ਜਾਏਗਾ ਉੱਥੇ ਨਹੀਂ ਬਲੋਕੇਜ ਇੱਧਰ ਰੋਤੇ ਸੁੱਤੇ ਰੋਤੇ ਜਦ ਬਲੋਕ ਹੋ ਜਾਣ ਟਾਇਰ, ਮੈਂ ਤੁਹਾਨੂੰ ਹੁਣੇ ਦੱਸਿਆ ਕਿ ਟਾਇਰ ਬਲੋਕ ਹੋ ਜਾਣ 'ਤੇ ਗੱਡੀ ਆਊਟ ਆਫ ਕੰਟਰੋਲ ਔਰ ਸਪੇਸ ਫਰਾਂ ਤੂਰਾ ਵਧੇਗਾ, ਇਸ ਕਰਕੇ ਫਾਲਸ ਹੋ। ਅਗੇ ਨਾ ਡਿਸਪੋਜ਼ਿਟਿਵ ਅਤੇ ਐਂਟੀ ਬਲੋਕਾਜੀਓ ਇਨ ਆਬੀਐਸ, ਐਂਟੀ ਬ੍ਰੇਕ ਸਿਸਟਮ ਜਿਹੜਾ ਹੈ ਐਂਟੀ ਬਲੋਕੇਜ ਸਿਸਟਮ ਜਿਹੜਾ ਆਬੀਐਸ ਹੈ, ਇਹ ਡਿਸਪੋਜ਼ਿਟਿਵ ਜਿਹੜਾ ਹੈ ਆਪ ਇੰਪੇਡਿਸ਼ ਰੋਕਦਾ ਹੈ ਬਲੋਕੇਜ ਦਾ ਰੋਤੇ ਇਨਕਾਜ ਦੀ ਫਰੇਨਾਂ ਤੋਰਾ, ਕਹਿੰਦੇ ਬਲੋਕ ਹੋਣਾ ਟਾਇਰਾਂ ਨੂੰ ਰੋਕਦਾ ਇਨਕੇ ਜੇ ਇਨਕਾ ਇਨਕਾਜ ਰੋਤੂਰਾ ਇਨਕਾ ਬਲੋਕੇਜ ਦਾ ਰੋਤੇ ਬਲੋਕ ਹੋਣ ਤੋਂ ਰੋਕਦਾ ਟਾਇਰਾਂ ਨੂੰ ਇਨਕਾਜ ਦੀ ਫਰੇਨਾਂ ਤੋਰਾ ਇਨਕੇ ਜੇ ਬ੍ਰੇਕਾਂ ਜਿਹੜੇ ਨੇ ਪਿਰਕੇ ਇਹ ਫੋਨ ਦਾ ਸਰਦਾਲ ਹੈ ਨੋਨ ਸੀ ਨਿਵਾਦ, ਕਿਉਂਕਿ ਰੋਡ ਜਿਹੜੀ ਹੈ ਫੋਨ ਦਾ ਜਿਹੜਾ ਰੋਡ ਦਾ ਫਰਸ਼ ਹੈ ਉਹ ਇੰਨੇ ਵਾਦ ਬਰਫ਼ ਨਹੀਂ ਹੈ ਵੀ। ਦੇਖੋ ਜੇ ਬਰਫ਼ ਹੋਵੇ ਜਾਂ ਨਾ ਹੋਵੇ ਇਹਦੇ ਨਾਲ ਇੱਦਾਂ ਕੋਈ ਤਰਕ ਨਹੀਂ, ਆਬੀਅਸ ਆਪਣਾ ਕੰਮ ਕਰਦਾ ਹੈ, ਇਹ ਸਿਰਫ ਬਰਫ਼ ਵਾਸੀ ਨਹੀਂ ਕੰਮ ਕਰਦਾ, ਬਰਫ਼ ਹੋਵੇਗੀ ਨਾ ਹੋਵੇਗੀ ਫਿਰ ਵੀ ਕੰਮ ਕਰੇਗਾ, ਇਸ ਕਰਕੇ ਫਾਲਸੋ। ਕਿੰਨੇ ਵਿਕੋਲ ਹੀ ਕੌਣ ਇੰਪਿਆਂ ਦੇ ਫਰਾਂ ਤੋਰਾ ਜਿਹੜੇ ਗੱਡੀ ਬ੍ਰੇਕਾਂ ਸਿਸਟਮ ਨਾਲ ਹੈ, ਦੁਤਾਤ ਦੀ ਆਬੀਅਸ ਐਂਟੀ ਬ੍ਰੇਕ ਸਿਸਟਮ ਜਿਹਨੂੰ ਦਿੱਤਾ ਗਿਆ, ਵੇਨੀ ਮੈਂਤਨੂ ਦਾ ਸਟੈਬਿਲਤਾ ਦ੍ਰਿਸ਼ਨਾਲ ਹੈ ਇਨ ਫਰੇਨਾਂ 'ਤੇ, ਕਹਿੰਦੇ ਇਹ ਵੇਅ ਨਹੀਂ ਮੈਂਟੇਨ ਹੈ ਆਬੀਅਸ ਜਿਹੜਾ ਇਹ ਮੇਨਟੇਨ ਕਰਦਾ ਹੈ ਸਟੇਬਿਲਿਟੀ ਗੱਡੀ ਨੂੰ ਦ੍ਰਿਸ਼ ਨਾਲ ਲਈ ਔਰ ਡਾਇਰੈਕਸ਼ਨ ਗੱਡੀ ਦੀ ਇਨ ਫਰੇਨਾਂ ਦੇ ਬ੍ਰੇਕਾਂ ਮਾਰਨ ਦੌਰਾਨ, ਬ੍ਰੇਕਾਂ ਮਾਰਨ ਦੌਰਾਨ ਗੱਡੀ ਦੀ ਡਾਇਰੈਕਸ਼ਨ ਬਣਾ ਕੇ ਰੱਖੇਗਾ, ਕਿਉਂਕਿ ਡਾਇਰੈਕਸ਼ਨ ਆਊਟ ਕਿਵੇਂ ਹੁੰਦੀ ਹੈ ਗੱਡੀ,
ਕਿ ਜਦ ਤੁਸੀਂ ਬ੍ਰੇਕਾਂ ਮਾਰੋਗੇ ਨਾ ਗੱਡੀ ਸਲਿਪ ਹੋ ਗਈ, ਆਊਟ ਆਫ ਕੰਟਰੋਲ ਹੋ ਗਈ, ਫਿਰ ਡਾਇਰੈਕਸ਼ਨ ਕੀ ਅਤੇ ਗੱਡੀ ਕੀ ਕੁਝ ਵੀ ਤੁਹਾਡੇ ਕੰਟਰੋਲ ਵਿੱਚ ਨਹੀਂ ਰਹਿਣਾ। ਜਦ ਆਬੀਅਸ ਪਕੜ ਬਣਾ ਕੇ ਰੱਖੇਗਾ ਫਿਰ ਤੁਹਾਡੀ ਡਾਇਰੈਕਸ਼ਨ ਵੀ ਹੱਥ ਵਿੱਚ ਰਹੇਗੀ, ਜਿੱਥੇ ਤੁਸੀਂ ਸਟੀਅਰਿੰਗ ਰੱਖੋਗੇ ਉੱਥੇ ਹੀ ਮੁੜੇਗਾ। ਵੇਰ ਹੋਇਆ ਨੇਵੀ ਕੋਲ ਦੀ ਕੋਨ ਇੰਪੈਨ ਦੀ ਫਰੈਂਡ ਦੁਰਾ ਜਿਹੜੇ ਗੱਡੀ ਬ੍ਰੇਕਾਂ ਸਿਸਟਮ ਦੇ ਨਾਲ ਦੁਤਾ ਤੁਹਾਡੀ ਆਬੀਅਸ ਜਿਹਨੂੰ ਆਬੀਅਸ ਸਿਸਟਮ ਤੱਕ ਹੈ ਸੀ ਉਹ ਤੇ ਨਹੀਂ ਇੰਜਨੀਅਰ ਹੈ ਉਹਨਾਂ ਰਿਜਿਸ਼ਨ ਦੇ ਨਾਲ ਡਿਸਟੈਂਸ ਦੀ ਫਰੈਂਡ ਦੁਰਾ ਕਹਿੰਦੇ ਰਿਡਿਊਸ ਕਰਦਾ ਇੱਕ ਡਿਸਟੈਂਸ ਫਰੈਂਡ ਦੁਰਾ ਬ੍ਰੇਕਾਂ ਸਿਸਟਮ ਡਿਸਟੈਂਸ ਫਾਸਲੇ ਨੂੰ ਡਿਸਟੈਂਸ ਫਰੈਂਡ ਦੁਰਾ ਨੂੰ ਘੱਟ ਕਰਦਾ ਐਂਟੀ ਬ੍ਰੇਕ ਸਿਸਟਮ ਕਿਉਂਕਿ ਪਕੜ ਪੈਦਾ ਬਣਾਉਂਦਾ ਨਾ। ਸੋ ਪ੍ਰਤੂ ਤੋਂ ਇਨ ਕੰਡੀਸ਼ਨ ਇਸ ਕਰ ਸਕਦੇ ਰਹਿੰਦਾ ਸਪੈਸ਼ਲੀ ਇਨ ਕੇਸ ਜੇ ਘੱਟ ਪਕੜ ਹੋਵੇ ਤਾਂ ਜੇ ਘੱਟ ਪਕੜ ਯਾਨੀ ਬਰਫ਼ ਪਈ ਹੈ ਬਾਰਿਸ਼ ਪਈ ਹੈ ਬਰਫ਼ ਜੰਮੀ ਜੋ ਵੀ ਸਿਚੁਏਸ਼ਨ ਹੈ ਚਿੱਕੜ ਪਿਆ ਰੋਡ ਦੇ ਉੱਤੇ ਇਸ ਸੂਰਤ ਵਿੱਚ ਵੀ ਇਹ ਐਂਟੀ ਬ੍ਰੇਕ ਸਿਸਟਮ ਜਿਹੜਾ ਹੈਲਪਫੁਲ ਹੁੰਦਾ ਹੈ ਠੀਕ ਹੈ ਸਪੇਸ ਡਿਸਟੈਂਸ ਫਿਰ ਥੋੜ੍ਹਾ ਜਿਹੜਾ ਉਹਨੂੰ ਘਟਾਉਂਦਾ ਵੇਅਰ ਹੋਇਆ। ਇਸ ਸਿਸਟਮ ਆ ਵੀ ਜਿਹੜਾ ਐਂਟੀ ਬ੍ਰੇਕ ਸਿਸਟਮ ਹੈ ਇਹ ਵੀ ਤਾਂ ਬਚਾਉਂਦਾ ਹੈ ਇਲ ਬਲੋਕੇਜ ਦਾ ਰੋਤੇ ਟਾਇਰਾਂ ਬਲੋਕ ਹੋਣ ਤੋਂ ਇਨ ਕਾਜ਼ ਦੀ ਐਨਰਜੀਆ ਐਨਰਜੀ ਕਾ ਫਰੇਨਾਮ ਅਤੇ ਇਨ ਕੇ ਜੇ ਜ਼ੋਰ ਦੀ ਬ੍ਰੇਕਾਂ ਮਾਰ ਦਿਓ ਕਿ ਜੇ ਕਹਿੰਦੇ ਜ਼ੋਰ ਦੀ ਬ੍ਰੇਕਾਂ ਮਾਰ ਦਿਓ ਫਿਰ ਕੀ ਕਹਿੰਦਾ ਅਭੀ ਤਾਂ ਬਲੋਕੇਜ ਜਿਓ ਦਰ ਉੱਤੇ ਕਹਿੰਦੇ ਟਾਇਰਾਂ ਨੂੰ ਬਲੋਕ ਹੋਣ ਤੋਂ ਬਚਾਉਂਦਾ। ਕੌਨਸੈਂਟ ਦੀ ਨੋਨ ਫਾਰੇ ਜ਼ਿਮੀਨਾਰ ਰਹਿੰਦਾ ਕੌਨਸੈਂਟ ਦੀ ਜ਼ਿਆਦਾ ਨੋਨ ਫਾਰੇ ਜ਼ਿਮੀਨਾਰ ਰਹਿੰਦਾ ਵੀ ਪਕੜ ਘਟੇ ਨਾ ਵੀ ਕੌਨ ਇਲਫੋਨ ਦਾ ਸਰਦਾਰ ਰੋਡ ਦੇ ਨਾਲ ਰਿਦੂ ਚੇ ਕੋਜ਼ੀ ਇਸ ਪਾਜੀ ਫਰਾਂਤੂਰਾ ਦੀ ਅਰੈਸਟ ਤੋਂ ਔਰ ਇਸ ਪਾਜੀ ਦੇ ਅਰੈਸਟ ਤੋਂ ਜਿਹੜਾ ਹੈ ਉਹ ਵੀ ਘਟਾਏਗਾ ਦੁਰਸਤ ਕਿਵੇਂ ਵਿਵਹਾਰ ਹੋਇਆ ਜਿਹੜਾ ਸਪਾਜੀ ਦਾ ਰੈਸਟ ਤੋਂ ਜ਼ਹਿਰੀ ਗੱਲ ਹੈ ਸਪਾਜੀ ਤੋਤਾਲੀ ਦਾ ਰੈਸਟ ਜਿਹੜਾ ਹੁੰਦਾ ਨਾ ਉਹ ਡਿਪੈਂਡ ਕਰਦਾ ਟੈਂਪਰ ਰੇਸ਼ੋ ਨੇ ਔਰ ਸਪੇਸ ਫਰਾਂਤੂਰਾ ਦੇ ਜ਼ਹਿਰੀ ਗੱਲ ਹੈ ਜੇ ਪਕੜ ਵਧੀਆ ਹੋਵੇਗੀ ਅਤੇ ਪਕੜ ਬਣ ਕੇ ਰਹੇਗੀ ਐਂਟੀ ਬ੍ਰੇਕ ਸਿਸਟਮ ਦੇ ਨਾਲ ਅਤੇ ਉਹ ਸਪੇਸ ਫਰਾਂਤੂਰਾ ਵੀ ਘਟੇਗਾ ਵਿਵਹਾਰ ਹੋਇਆ ਇਹ ਵੀ ਐਸੇ ਰਨ ਦੇ ਇਨ ਉਤਲੇ ਬੇਫਾਇਦਾ ਹੋ ਜਾਂਦਾ ਹੈ ਇੱਥੇ ਫਾਲਸ ਹੋ ਜਾਂਦਾ ਸਵਾਲ ਕਹਿੰਦੇ ਆਹ ਵੀ ਐਸ ਬੇਫਾਇਦਾ ਹੋ ਜਾਂਦਾ ਹੈ ਲਾ ਪ੍ਰੈਜ਼ੈਂਸ ਦੀ ਫਰੇਨ ਆਫ ਸਕੋਰਸ ਹੋ ਫਰੇਨ ਸਕੋਰਸ ਹੋ ਕਹਿੰਦੇ ਮਦਦ ਵਾਲੀ ਬ੍ਰੇਕ ਹੋਵੇ ਨਾ ਅਤੇ ਕਹਿੰਦੇ ਵੀ ਆਬੀਅਸ ਨਕਾਰਾ ਹੋ ਜਾਂਦਾ ਇਹਨੂੰ ਉਤਲੇ ਬੇਫਾਇਦਾ ਹੋ ਜਾਂਦਾ ਦੇਖੋ ਆਬੀਅਸ ਆਪਣੀ ਜਗ੍ਹਾ 'ਤੇ ਕੰਮ ਕਰੇਗਾ ਉਹ ਚੀਜ਼ਾਂ ਆਪਣੀ ਜਗ੍ਹਾ 'ਤੇ ਕੰਮ ਕਰਦੀਆਂ ਫਿਰ ਗਲਤ ਇਹਨੂੰ ਫਾਲਸ ਹੋਇਆ ਠੀਕ ਹੈ ਅੱਗੇ ਕਹਿੰਦੇ ਨੇ ਵੀ ਇਸ ਸਿਸਟਮ ਦੀ ਫਰਨਾਂ ਅਤੇ ਐਂਟੀ ਬਲੋਕੇਜ ਜੀਓ ਜਿਹੜਾ ਐਂਟੀ ਬਲੋਕ ਸਿਸਟਮ ਹੈ ਆ ਬੀ ਐਸ ਐਂਟੀ ਬਲੋਕੇਜ ਸਿਸਟਮ ਐਂਟੀ ਬਲੋਕੇਜ ਸਿਸਟਮ ਇਹ ਵੀ ਤਾਂ ਬਲੋਕੇਜ ਜੀਓ ਬਚਾਉਂਦਾ ਬਲੋਕ ਹੋਣ ਤੋਂ ਲੜੋ ਅਤੇ ਟਾਇਰਾਂ ਨੂੰ ਉਹ ਓਤੀਮਾ ਜਾਂਦੋ ਲਾ ਫਰਨਾਤਾ ਇਮਿਲਰਾਂਦੋ ਲਾ ਦਰਜੀਬਿਲਤਾ ਦਲਵੀ ਕੋਲੋ ਕਹਿੰਦੇ ਓਤੀਮਾ ਜਾਂਦੋ ਵਧੀਆ ਯਾਨੀ ਓਤੀਮਾ ਬਣਾਉਂਦਾ ਹੈ ਬ੍ਰੇਕਾਂ ਨੂੰ ਉਹ ਮਿਲ ਰਹਿੰਦਾ ਉਹ ਦੂਜੀ ਬਿਲਤਾ ਦਿਲ ਬਿਲਕੁਲ ਤੀਜੀ ਬਿਲਤਾ ਹੁੰਦੀ ਹੈ ਡਾਇਰੈਕਸ਼ਨ ਔਰ ਵਧੀਆ ਬਣਾਉਂਦਾ ਡਾਇਰੈਕਸ਼ਨ ਵੀ ਗੱਡੀ ਦੁਰੁਸਤ ਫਿਰ ਪਕੜ ਹੋਵੇਗੀ ਤਾਂ ਡਾਇਰੈਕਸ਼ਨ ਵਧੀਆ ਹੋਵੇਗੀ ਨਾ ਕਹਿੰਦੇ ਸੇ ਵਿਕਲ ਅਤੇ ਵਿਕਲ ਦਿੱਤਾ ਤੁਸੀਂ ਫਿਰ ਨਾ ਫਿਰ ਨਾ ਧੂਰਾ ਪਾਣੀ ਮਾਂ ਦਰਿਆ ਲਿਖੋ ਜੇ ਗੱਡੀ ਨੂੰ ਦਿੱਤਾ ਗਿਆ ਬ੍ਰੇਕਾਂ ਸਿਸਟਮ ਪਾਣੀ ਮਾਂ ਦਰਿਆ ਲਿਖੋ ਕਿ ਸਿਸਟਮ ਆ ਵੀ ਇਹ ਐਂਟੀ ਬ੍ਰੇਕ ਸਿਸਟਮ ਹੈ ਕੌਨਸੈਂਟ ਅਤੇ ਆਲੇ ਰੋਡ 'ਤੇ ਦੀ ਬਲੋਕਾਰ ਸੀ ਕਹਿੰਦੇ ਜਦ ਮੇਰੇ ਟਾਇਰਾਂ ਨੂੰ ਬਲੋਕ ਹੋ ਜਾਣ ਆਣ ਕੇ ਕੁਆਂਦ ਵਾਲਾ ਪ੍ਰੈਸ਼ਰ ਨੇ ਨਹੀਂ ਸਰਬਤ ਹੋਈ ਆ ਇਹ ਮੁੱਲ ਤੋਂ ਬਾਅਦ ਆ ਭਾਵੇਂ ਜਿਸ ਟਾਈਮ ਜਿਹੜਾ ਪ੍ਰੈਸ਼ਰ ਸਰਬਤ ਹੋਈ ਆ ਟੈਂਕੀ ਦੇ ਵਿੱਚ ਉਹ ਬਹੁਤ ਜ਼ਿਆਦਾ ਘੱਟ ਵੀ ਹੋਵੇ ਤਾਂ ਦੇਖੋ ਗਲਤ ਕਿਨ ਬਫਾਲਸ ਹੋਇਆ ਜਿਹੜਾ ਪ੍ਰੈਸ਼ਰ ਜੇ ਘੱਟ ਹੋਵੇਗਾ ਨਾ ਤਾਂ ਫਿਰ ਬ੍ਰੇਕਾਂ ਪ੍ਰੋਪਰ ਕੰਮ ਹੀ ਨਹੀਂ ਕਰ ਲੱਗੀਆਂ ਵੀ ਠੀਕ ਹੈ ਇਸ ਕਰਕੇ ਨਿਆਇ ਅਤੇ ਗਲਤ ਕਹਿੰਦੇ ਵੀ ਫਾਲਸ ਹੋਇਆ ਫਜ਼ੂਲ ਗੱਲ ਹੋ ਗਈ ਠੀਕ ਹੈ ਇਸ ਕਰਕੇ ਫਾਲਸ ਹੋਇਆ ਕਿਉਂਕਿ ਜੇ ਪ੍ਰੈਸ਼ਰ ਬ੍ਰੇਕਾਂ ਦਾ ਪ੍ਰੋਪਰ ਹੋਵੇਗਾ ਠੀਕ ਹੈ ਸਰਬਤ ਹੋਈ ਇਹਦਾ ਅਤੇ ਘੱਟ ਹੋਇਆ ਤਾਂ ਫਿਰ ਤਾਂ ਬ੍ਰੇਕਾਂ ਨੇ ਕੰਮ ਨਹੀਂ ਕਰਨਾ ਅਤੇ ਆਬੀਅਸ ਨੇ ਵਿਚਾਰੇ ਨੇ ਕੀ ਕੰਮ ਕਰਨਾ ਠੀਕ ਹੈ ਇਸ ਕਰਕੇ ਫਾਲਸ ਹੋ ਲਓ ਜੀ ਅਸੀਂ ਅੱਗੇ ਆ ਜਾਓ ਅੱਗੇ ਪੜ੍ਹੀ ਕੱਲ੍ਹ ਕੀ ਖਿਆਲ ਹੈ ਪੜ੍ਹਨਾ ਜ਼ੋਰ ਕਿੰਨੇ ਇਸ ਵਿਗੋਲੀ ਪਸੰਦ ਜਿਹੜੀ ਭਾਰੀਆਂ ਗੱਡੀਆਂ ਨੇ ਇੱਕ ਕੰਪਰੈਸੋਰ ਹੈ ਜਿਹੜਾ ਕੰਪਰੈਸੋਰ ਹੈ ਦਲੈਂਪਿਆਂ ਦੇ ਪੈਂਟੂਰਾ ਜਿਹੜਾ ਬ੍ਰੇਕਾਂ ਸਿਸਟਮ ਦਾ ਕੰਪਰੈਸੋਰ ਜੀ ਬਸ ਆਖਰੀ ਪੇਜ ਪੜ੍ਹ ਲੈਂਦੇ ਹਾਂ ਠੀਕ ਹੈ ਫਿਰ ਸਬਦ ਪੜ੍ਹਾਂਗੇ ਇਹ 6 ਕੁਐਸਚਨ ਮੇਰੇ ਖਿਆਲ ਹੈ ਕਹਿੰਦੇ ਵਿਕੋਲੀ ਪ੍ਰਜਾਂਤ ਜਿਹੜੀ ਭਾਰੀ ਗੱਡੀਆਂ ਕੰਪਰੈਸਰ ਦੇ ਲੈਂਪਿਆਂ ਦੀ ਫਰਿਆਂ ਤੁਰਾ ਜਿਹੜਾ ਕੰਪਰੈਸਰ ਲੈਂਪਿਆਂ ਦੀ ਫਰਿਆਂ ਬ੍ਰੇਕਾਂ ਸਿਸਟਮ ਦਾ ਪਨੀਮਾ ਚੀ ਟਾਇਰਾਂ ਵਾਲਾ ਇਹ ਪਨੀਮਾ ਦਿਲਾਲੀ ਕਾ ਦਾ ਜਾਂ ਫਿਰ ਪਨੀਮਾ ਦਿਓ ਪਨੀਮੋ ਦਿਲਾਲੀ ਕਾ ਦਾ ਪ੍ਰੇਨ ਦੇ ਇੰਜਨੀਅਰ ਬੂਮੈਂਟ ਦਲਾ ਮੋਟੋਰੇ ਦਲ ਵਿਕੋਲੋ ਕਹਿੰਦੇ ਜਨਰਲੀ ਉਹ ਮੂਵਮੈਂਟ ਲੈਂਦਾ
ਗੱਡੀ ਦੀ ਮੋਟਰ ਤੋਂ ਦਰੁਸ ਕੰਪੇ ਵੇਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਜੀ ਕਿ ਇੱਕ ਗੱਡੀ ਦੀ ਮੋਟਰ ਤੋਂ ਮੋਤਰੀਨੋ ਤੋਂ ਨਹੀਂ ਮੋਤਰੀਨੋ ਉਹ ਚੀਜ਼ ਹੁੰਦੀ ਹੈ ਠੀਕ ਹੈ ਜਿਵੇਂ ਸਟਾਰਟਰ ਟਾਈਪ ਹੁੰਦੇ ਆ ਇਹ ਗੱਡੀ ਦੀ ਮੋਟਰ ਤੋਂ ਮੂਵਮੈਂਟ ਲੈਂਦਾ ਠੀਕ ਹੈ ਕਿਉਂਕਿ ਕੰਪਰੈਸਰ ਚਲਾਉਣਾ ਨਾ ਤਾਂ ਹੀ ਹਵਾ ਬਣਨੀ ਹੈ ਫਿਰ ਹੋਇਆ ਗੱਡੀ 'ਚ ਸਟਾਰਟ ਹੋਵੇਗੀ ਤਦੀ ਹੋ ਚੱਲੇਗਾ ਸੀ ਵੀ ਕੋਈ ਪਿਤਾ ਜਿਹੜੀ ਭਾਰੀ ਗੱਡੀਆਂ ਕੰਪਰੈਸਰ ਇਹ ਇਹਦਾ ਲੈਂਪਿਆਂ ਦੇ ਫਿਰਾਂ ਤੁਰਾ ਜਿਹੜਾ ਕੰਪਰੈਸਰ ਲੈਂਪਿਆਂ ਦੇ ਫਿਰਾਂ ਤੁਰਾ ਬ੍ਰੇਕਾਂ ਸਿਸਟਮ ਦਾ ਪਾਨੀਮਾ ਦਰਲੀਗੋ ਦਾ ਅਸਪੀਰ ਆ ਰਹੀ ਆ ਉਹ ਹਵਾ ਲੈਂਦਾ ਦਲਾ ਇਸਤੇਰ ਨੂੰ ਇਹ ਰਿਵਰਸ ਹੋ ਉਹਨਾਂ ਫਿਲਟਰੋ ਬਾਹਰਲੀ ਸਾਈਡ ਤੋਂ ਇੱਕ ਫਿਲਟਰ ਤੋਂ ਇਹ ਇਨਵੀਆ ਪ੍ਰੈਸ਼ਨ ਵੈਰਸ ਹੋਇਆ ਸਰਬਤ ਹੋਇਆ ਔਰ ਇੱਕ ਫਿਲਟਰ ਤੋਂ ਪ੍ਰੈਸ਼ਰ ਲੈਂਦਾ ਬਾਹਰਲੀ ਸਾਈਡ ਤੋਂ ਔਰ ਇਨਵੀਆ ਭੇਜਦਾ ਵੈਰਸ ਹੋਇਆ ਸਰਬਤ ਹੋਇਆ ਜਿਹੜੀ ਸਰਬਤ ਹੋਈ ਆ ਨਾ ਜਿਹੜੀ ਟੈਂਕੀਆਂ ਨੇ ਉਹਨਾਂ ਦੀ ਤਰਫ ਭੇਜਦਾ ਦਰੁਸਤ ਕੰਪੇਅਰ ਹੋਇਆ ਸੋ ਵੀ ਕੋਲ ਪਿਜ਼ਾਂ ਜਿਹੜੀ ਭਾਰੀ ਗੱਡੀ ਨੇ ਕੰਪਰੈਸਰ ਜਿਹੜਾ ਹੈ ਇਹਦੇ ਲੈਂਪਿਆਂ ਦੇ ਫਿਰਾਂ ਤੁਰਾ ਜਿਹੜਾ ਕੰਪਰੈਸਰ ਬ੍ਰੇਕਾਂ ਸਿਸਟਮ ਦਾ ਪਾਣੀ ਮਾਤੀ ਕੋ ਪਾਣੀ ਮੇਂ ਦਰਾ ਲਿਖਦਾ ਨਿੱਚ ਸੀ ਤਾਂ ਲੋਡ ਹੁੰਦੀ ਹੈ ਦੀ ਰੈਫਰਦਾਰੇ ਅਲੇ ਬੁਸਕਾਰ ਲਗੁਸਕਾਰ ਸ਼ੋ ਨੇ ਕਹਿੰਦੇ ਵੀ ਇਹਦੀ ਲੋੜ ਹੁੰਦੀ ਕਿ ਜਿਹੜਾ ਰੈਫਰਦਾਰ ਠੰਡਾ ਕਰ ਸਕੇ ਇਹ ਲਿਬੂਫਿਕੇਸ਼ਨ ਔਰ ਲਿਬੂਫਿਕੇਸ਼ਨ ਦੇ ਸਕੇ ਦੂਸਰੇ ਵੀ ਰਿਹਾ ਕਹਿੰਦੇ ਫਿਰਨਾ ਤੁਰ ਪਾਣੀ ਮਾਤੀ ਕੋ ਪਾਣੀ ਮੇਂ ਦਰਾ ਕਹਿੰਦੇ ਨਿੱਚ ਸੀ ਤਾਂ ਰੈਫਰਦਾਰ ਹੈ ਇਹਨੂੰ ਠੰਡਾ ਰੱਖਣ ਦੀ ਲੋੜ ਹੈ ਔਰ ਲਿਬੂਫਿਕੇਸ਼ਨ ਲਿਬੂਫਿਕੇਸ਼ਨ ਦੀ ਵੀ ਇਹਨਾਂ ਚੀਜ਼ਾਂ ਇਹਨਾਂ ਲੋੜ ਹੈ ਕੰਪਰੈਸਰ ਜਿਹੜੇ ਨੇ ਕੰਪਰੈਸਰ ਐਮਰਜੈਂਸ ਫਿਰਨ ਤੁਰ ਉਹਨੂੰ ਦਰੁਸਤ ਕੰਪੇ ਵੀ ਰਿਹਾ ਸੋ ਵੀ ਗੁਲ ਵੀ ਜਾਂਦੇ ਜਿਹੜੀ ਗੱਡੀ ਭਾਰੀਆਂ ਨੇ ਇਹ ਕੰਪਰੈਸਰ ਦੇ ਲੈਂਪਿਆਂ ਦੇ ਫਿਰਨ ਤੁਰ ਜਿਹੜਾ ਕੰਪਰੈਸਰ ਹੈ ਬ੍ਰੇਕਾਂ ਸਿਸਟਮ ਦਾ ਉਹ ਪਾਣੀ ਮਾਤੀ ਕੋ ਪਾਣੀ ਮਦਰਾ ਲਿਖੋ ਦਾ ਜਾਂ ਫਿਰ ਪਾਣੀ ਮਦਰਾ ਲਿਖੋ ਦਾ ਇਹ ਅਲੀਮੈਂਟਾ ਤੋਂ ਕੌਨ ਕੰਬੂਸਟੀਬਲ ਹੈ ਦਲ ਮਤੋਰ ਹੈ ਔਰ ਅਲੀਮੈਂਟੇਸ਼ਨ ਅਲੀਮੈਂਟੇਸ਼ਨ ਦਿੱਤੀ ਜਾਂਦੀ ਹੈ ਯਾਨੀ ਕਿ ਉਹਨੂੰ ਸਪਲਾਈ ਦਿੱਤੀ ਜਾਂਦੀ ਹੈ ਕੰਬੂਸਟੀਬਲ ਹੈ ਦੀ ਕਾਂਬਰ ਦੀ ਕੰਬਸ਼ਨ ਹੁੰਦਾ ਨਾ ਦਲ ਮਤੋਰ ਹੈ ਉਹਦੇ ਤੋਂ ਦੇਖੋ ਕਾਂਬਰ ਦੀ ਕੰਬਸ਼ਨ ਯਾਰ ਮੋਟਰ ਤੋਂ ਮਿਲਦੀ ਹੈ ਠੀਕ ਹੈ ਮੋਟਰ ਦੀ ਬਾਹਰਲੀ ਸਾਈਡ ਤੋਂ ਮਿਲਦੀ ਹੈ ਲੇਕਿਨ ਕਾਂਬਰ ਦੀ ਕੰਬਸ਼ਨ ਨਾਲ ਜਾਂ ਇਹਨਾਂ ਚੀਜ਼ਾਂ ਨਾਲ ਕੋਈ ਤਲਕ ਨਹੀਂ ਹੈ ਵੀ ਉਹਦਾ ਠੀਕ ਹੈ ਯਾਨੀ ਕਿ ਚੈਂਬਰ ਵਗੈਰਾ ਦੇ ਅੰਦਰ ਜਿਹੜੇ ਪਿਸਟਨ ਜਿੱਥੇ ਚੱਲਦੇ ਨੇ ਉਹਨਾਂ ਚੀਜ਼ਾਂ ਦੇ ਨਾਲ ਤਲਕ ਨਹੀਂ ਆਏਗੀ ਉਹ ਇੰਜਨ ਨੂੰ ਸਿਲੋ ਚਲਾਉਣਗੇ ਫਿਰ ਇੰਜਨ ਦੇ ਬਾਹਰ ਜਿਹੜੇ ਬੈਲਟ ਬੁਲਟ ਲੱਗੇ ਹੋਣਗੇ ਚੈਨ ਲੱਗੇ ਹੋਣਗੇ ਉਹਦੇ ਥਰੂ ਚਲੇਗਾ ਇਸ ਕਰਕੇ ਗਲਤ ਨਹੀਂ ਫਾਲਸ ਹੋਇਆ ਕਾਂਬਰੇ ਕੰਬਸ਼ਨ ਨਾਲ ਐਲੀਮੈਂਟੇਸ਼ਨ ਨੂੰ ਉਹਦੇ ਨੂੰ ਇਹਦੇ ਨਾਲ ਕੋਈ ਤਲਕ ਨਹੀਂ ਆਏਗੀ ਦਾ ਠੀਕ ਹੈ ਫਾਲਸੋ ਸਿਵਿਕਲ ਪਿਜ਼ਾਂ ਜਿਹੜੀ ਭਾਰੀ ਗੱਡੀ ਨੇ ਕੰਪਰੈਸਰ ਦੇ ਲੈਂਪਿਆਂ ਦੇ ਫਿਰਾਂ ਤੁਰਾ ਜਿਹੜਾ ਕੰਪਰੈਸਰ ਬ੍ਰੇਕਾਂ ਸਿਸਟਮ ਦਾ ਇਹ ਪਾਣੀ ਮਾਤੀ ਕੋ ਪਾਣੀ ਮਾਤੀ ਵਾਲਾ ਉਹ ਪਾਣੀ ਮਾਤੀ ਵਾਲੀ ਕਦਾ ਇਹ ਅਲੀਮੈਂਟਾ ਤੋਂ ਦਾ ਮਿਸ਼ਚਲਾ ਅਲ 4% ਦੀ ਓਲੀ ਉਹ ਕਹਿੰਦੇ 4% ਓਇਲ ਦੇ ਨਾਲ ਮਿਕਸ ਹੁੰਦਾ ਯਾਰ ਦੇਖਿਆ ਕਦੇ ਕੰਪਰੈਸਰ ਜਿਹੜੇ ਹੁੰਦੇ ਨੇ ਉਹ ਉਹਦੇ ਵਿੱਚ ਜਿਹੜੀ ਹਵਾ ਵਗੈਰਾ ਪ੍ਰੋਡਿਊਸ ਕਰਦਾ ਜੋ ਜਾਂ ਜੋ ਉਹ ਖਾਂਦਾ ਉਹ ਕਹਿੰਦੇ 4% ਓਇਲ ਮਿਕਸ ਹੋਇਆ ਇੰਪੈਂਸ ਰੰਗੂ ਦਾ ਜਿਹੜਾ ਕਹਿੰਦੇ 4% ਓਇਲ ਮਿਕਸ ਹੁੰਦਾ ਜਿਹੜਾ ਹਵਾ ਸਿਸਟਮ ਹੁੰਦਾ ਗਲਤ ਨਹੀਂ ਫਾਲਸ ਹੋਇਆ ਫਜ਼ੂਲ ਦੀ ਗੱਲ ਕੀਤੀ ਨੇ ਵੀ ਸਿਰਫ ਬਿਕੋਜ਼ ਦਿੱਤਾ ਫਿਰ ਰੰਗੂ ਦਾ ਪਾਣੀ ਮਾਤ ਦਰਾ ਲਿਖੋ ਜਿਹੜੇ ਗੱਡੀ ਨੂੰ ਦਿੱਤਾ ਗਿਆ ਬ੍ਰੇਕਾਂ ਸਿਸਟਮ ਪਾਣੀ ਮਾਤ ਦਰਾ ਲਿਖੋ ਦਾ ਇਹ ਕੰਪਰੈਸਰ ਹੈ ਜਿਹੜਾ ਕੰਪਰੈਸਰ ਹੈ ਉਹ ਇਸ ਰੇ ਉਤਲੀਜ਼ਾ ਤੋਂ ਇਸਤੇਮਾਲ ਹੋ ਸਕਦਾ ਕੋਮੇ ਫਰੇਨੋ ਮੋਟੋਰੇ ਕਹਿੰਦੇ ਫਰੇਨੋ ਮੋਟੋਰੇ ਦੇ ਤੌਰ ਤੇ ਇਸਤੇਮਾਲ ਹੋ ਸਕਦਾ ਇਨਵਰਟੈਂਡੋ ਇਲ ਸੈਂਸੋ ਰੋਟਾਸ਼ਨ ਇਹ ਇਨਵਰਟੈਂਡੋ ਇਲ ਸੈਂਸੋ ਰੋਟਾਸ਼ਨ ਹੈ ਜਿੱਧਰ ਉਹਦੀ ਰੋਟੇਸ਼ਨ ਹੈ ਨਾ ਉੱਧਰ ਹੀ ਇਹ ਘੁੰਮਦਾ ਕਹਿੰਦੇ ਕੰਪਰੈਸਰ ਜਿਹੜਾ ਨਾ ਉਹ ਇਸ ਰੇ ਇਸਤੇਮਾਲ ਹੁੰਦਾ ਜਿਵੇਂ ਕਿ ਫਰੇਨੋ ਮੋਟੋਰੇ ਦੇ ਤੌਰ ਤੇ ਇਨਵਰਟੈਂਡੋ ਇਲ ਸੈਂਸੋ ਦਰ ਦੀ ਰੋਟਾਸ਼ਨ ਹੈ ਔਰ ਉੱਧਰ ਹੀ ਘੁੰਮਦੇ ਜਿੱਧਰ ਕਿ ਰੋਟੇਸ਼ਨ ਹੁੰਦੀ ਹੈ ਯਾਨੀ ਕਿ ਗੱਡੀ ਵਗੈਰਾ ਦੀ ਗਲਤੀ ਨੂੰ ਫਾਲਸ ਹੋਇਆ ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਵੀ ਠੀਕ ਹੈ ਇਸ ਕਰਕੇ ਫਾਲਸ ਹੋਇਆ ਇਹ ਰੋਟੇਸ਼ਨ ਰੋਤਾਸ਼ਿਓ ਨੇ ਜਿਵੇਂ ਕਿ ਰੋਤਾਸ਼ਿਓ ਨੇ ਤਾਂ ਮੁਰਾਦ ਹੋ ਜਾਂਦੀ ਜਿਵੇਂ ਕਿ ਟਾਇਰਾਂ ਦੀ ਰੋਟੇਸ਼ਨ ਤੋਂ ਮੁਰਾਦ ਹੋ ਸਕਦੀ ਹੈ ਅਤੇ ਉਹਦੀ ਰੋਟੇਸ਼ਨ ਦੇ ਮੁਰਾਦ ਇਹਦਾ ਕੁਝ ਲੱਗਣੀ ਹੈ ਵੀ ਦੁਬਾਰਾ ਪੜਨਾ ਕਹਿੰਦੇ ਸਰ ਬਿਲਕੁਲ ਜਿੱਦਾਂ ਤੂੰ ਫਰਿਆਂ ਫਰਿਆਂ ਤੂਰ ਪਾਣੀ ਮਦਰਾ ਲਿਖੋ ਦਾ ਇਲ ਕੰਪਰੈਸਰ ਹੈ ਜਿਹੜਾ ਕੰਪਰੈਸਰ ਹੈ ਪੋ ਇਸ ਰੋਤਲੀਜ਼ਾ ਸਮਾਨ ਹੁੰਦਾ ਹੈ ਕੋਮੇ ਫਰੇਨੋ ਮੋਟੋਰ ਦੇ ਤੌਰ 'ਤੇ ਕੰਪਰੈਸਰ ਜਿਹੜਾ ਨਾ ਨਾ ਇਹ ਤੂ ਗੱਲ ਕਰ ਰਹੇ ਹਾਂ ਅਸੀਂ ਪਿੱਛੇ ਧਿਆਨ ਕੀਤਾ ਕਹਿੰਦੇ ਫਰੇਨੋ ਮੋਟੋਰ ਦੇ ਤੌਰ 'ਤੇ ਮੋਟਰ ਬ੍ਰੇਕ ਦੇ ਤੌਰ 'ਤੇ ਯੂਜ਼ ਹੋ ਸਕਦਾ ਇਹ ਇਸਤੇਮਾਲ ਹੋ ਸਕਦਾ ਗਲਤ ਕਹਿੰਦੇ ਫਜ਼ੂਲ ਦੀ ਗੱਲ ਕਰ ਰਹੇ ਨੇ ਫਰੇਨੋ ਮੋਟੋਰ ਦਾ ਇਹਦੇ ਨਾਲ ਕੋਈ ਤਲਕ ਨਹੀਂ ਹੁੰਦਾ ਵੀ ਸੀ ਇਹ ਇਸ ਕਰਕੇ ਫਾਲਸ ਹੋ ਕਹਿੰਦੇ ਮੇਰੇ ਤਨ ਤੋਂ ਸੈਂਸ ਮਤਲਬ ਇਹ ਸੈਂਸ ਦਾ ਰੋਟੇਸ਼ਨ ਹੈ ਮੁਦਾਹਲਤ ਕਰਦਾ ਹੈ ਸੈਂਸ ਦਾ ਰੋਟੇਸ਼ਨ ਜਿਹੜੀ ਰੋਟੇਸ਼ਨ ਹੁੰਦੀ ਹੈ ਨਾ ਜਿਹੜੇ ਟਾਇਰ ਚੱਲਦੇ ਨੇ ਕਹਿੰਦੇ ਉਹਦਾ ਮੁਦਾਹਲਤ ਕਰਦਾ ਗਲਤ ਕਹਿੰਦੇ ਫਾਲਸ ਹੋਇਆ ਇਹਦਾ ਕੰਮ ਹੁੰਦਾ ਕੰਪਰੈਸਰ ਦਾ ਹਵਾ ਪ੍ਰੋਡਿਊਸ ਕਰਨਾ ਨਾ ਕਿ ਅੱਗੇ ਪਿੱਛੇ ਜਿਹੜਾ ਇਨਵਰਟਰ ਦਾ ਮੁਦਾਹਲਤ ਕਰਨਾ ਇਸ ਕਰਕੇ ਫਾਲਸ ਹੋ ਅਤੇ ਲੋਹੀ ਰਗਾਸੀ ਅੱਜ ਲਈ ਇੰਨੇ ਬਹੁਤ ਹੈ ਨਾ